ਸਵਾਗਤ ਜੀ ਤੁਹਾਡਾ ਇੱਕ ਵਾਰਾਂ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਫੋਕਸ ਅਸੀਂ ਆਪਣੇ ਸਮੇਂ ਮੁਤਾਬਕ ਡੇਲੀ ਪਹੁੰਚ ਜਾਈਦਾ ਜੀ ਆਪ ਜੀ ਦੇ ਨਾਲ ਤੇ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਅੱਜ ਵੀ ਜਿਹੜੀਆਂ ਖਬਰਾਂ ਦੇਸ਼ ਵਿਦੇਸ਼ ਦੇ ਨਾਲ ਨਾਲ ਪੰਜਾਬ ਦੇ ਨਾਲ ਖਾਸ ਕਰਕੇ ਸਬੰਧਤ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਇੱਕ ਤਾਂ ਨਵੀਂ ਸਰਕਾਰ ਬਣੀ ਆ ਦੇ ਲੋਕਾਂ ਨੂੰ ਆਸਾਂ ਉਮੀਦਾਂ ਇਹ ਸੀਗੀਆਂ ਵੀ ਸ਼ਾਇਦ ਸਾਡਾ ਕੁਝ ਨਾ ਕੁਝ ਬਣ ਜਵੇ ਪਰ ਫਿਲਹਾਲ ਦੇ ਹਾਲਾਤ ਜਿਹੜੇ ਨੇ ਉਹ ਰੇੜਕੇ ਵਾਲੇ ਜਾਦੇ ਆ ਕਿਹੜੇ ਕਿਹੜੇ ਪਾਸੇ ਕਿਹੋ ਜਿਹਾ ਰੇੜਕਾ ਆਪਾਂ ਉਹਦੀ ਗੱਲ ਵੀ ਕਰ ਲਵਾਂਗੇ ਫਿਰ ਕੇਂਦਰ ਵਾਲੇ ਪਾਸੇ ਵੀ ਕੁਝ ਇੱਕ ਮਸਲੇ ਨੇ ਜਿਹੜੇ ਕਿ ਹੌਲੀ-ਹੌਲੀ ਗਵਾਂਢੀ ਸੂਬਿਆਂ ਵਾਲੇ ਪਾਸੇ ਘੁੰਮਦੇ ਫਿਰਦੇ ਆ ਉਹਦੇ ਵਿੱਚ ਕੁਝ ਕੁ ਲੀਡਰ ਸਹਿਬਾਨਾਂ ਨੇ ਸਿਆਣੀਆਂ ਸਲਾਹਾਂ ਵੀ ਦਿੱਤੀਆਂ ਨੇ ਕੁਝ ਨੂੰ ਲੱਗਦਾ ਵੀ ਨਹੀਂ ਕੋਈ ਗੱਲ ਨਹੀਂ ਮੁੱਦਾ ਹੈ ਤੇ ਬਣਿਆ ਰਹਿਣ ਦਿਓ ਬਾਕੀ ਹੋਰ ਕੀ ਕੀ ਗੱਲਾਂ ਬਾਤਾਂ ਨੇ ਆਪਾਂ ਸਾਰੀਆਂ ਕਰਾਂਗੇ ਨਾਲ ਵੀਰ ਪਰਵੀਰ ਬਾਠੁਰੀ ਹੋ ਬਾਟਸਾਪ ਛੜ ਦੀ ਕਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਰੇ ਸੇਤਾ ਕਿਦਾਂ ਸੇਤਾ ਬਹੁਤ ਵਧੀਆ ਕਿਉਂਕਿ ਮੌਸਮ ਬਦਲ ਗਿਆ ਆਹਾ ਦਿਨ ਲੰਬਾ ਹੋ ਗਿਆ ਉਸ ਬਦਲਣੇ ਤੁਸੀਂ ਟੈਸਲਾ ਵਾਲਿਆਂ ਕੋਲੋਂ ਬੈਟਰੀ ਲਵਾਈ ਇਹ ਵੀ ਹੁਣ ਧੁੱਪਨ ਲੱਗਦੀ ਨਹੀਂ ਨਹੀਂ ਮਹਾਰਾਜ ਇਦਾਂ ਦੀ ਗੱਲ ਕੋਈ ਨਹੀਂ ਉਂ ਹੁੰਦਾ ਕਿ ਦਿਨ ਜ਼ਿਆਦਾ ਚੜ ਗਿਆ ਹਾਂ ਸ਼ਰਾਤਾਂ ਛੋਟੀਆਂ ਹੋ ਗਈਆਂ ਉਦੋਂ ਹੀ ਬੰਦੇ ਨੂੰ ਲੱਗਦਾ ਰਹਿੰਦਾ ਕਿ ਕਰ ਲਓ ਦੁਨੀਆ ਮੁੱਠੀ ਇਹ ਵੀ ਗੱਲ ਠੀਕ ਆ ਨਹੀਂ ਚਲੋ ਅੱਗੇ ਨਾਲੋਂ ਦਿਨਾਂ ਦਾ ਫਰਕ ਪੈਂਦਾ ਹੈ ਇਹਦਾ ਬਾਕੀ ਕਾਰਨ ਹੈ ਨਾ ਅਜੇ ਆਪਣੀਆਂ ਬੈਟਰੀਆਂ ਤੇ ਉਹ ਇੰਡੀਆ ਵਾਲੇ ਹਿਸਾਬ ਨਾਲ ਚੱਲਦੀਆਂ ਤੇ ਜਦੋਂ ਪਤਾ ਹੋਵੇ ਕਿ ਹੁਣ ਦਾਣੇ ਆਉਣ ਵਾਲੇ ਆ ਘਰੇ ਹੈ ਨਾ ਜੀ ਤੇ ਉਦੋਂ ਵੈਸੇ ਹੀ ਥੋੜਾ ਥੋੜਾ ਜ਼ਿਆਦਾ ਵੀ ਨਹੀਂ ਠੀਕ ਆ ਹੁਣ ਲੈਣਾ ਦੇਣਾ ਜਾਂ ਦਿੱਤਾ ਜਾਣਾ ਤੇ ਕੋਈ ਨਹੀਂ ਕਰਨਾ ਮੇ ਪ੍ਰਾਨੇ ਇਹ ਕਰਕੇ ਹੀ ਸਾਰ ਲਵਾਂਗੇ ਸਹੀ ਹੀ ਸਾਲ ਤੇ ਨਿਕਲੂ ਕਿ ਨਹੀਂ ਨਹੀਂ ਇਹ ਬਹੁਤ ਜ਼ਰੂਰੀ ਹੈ ਬਾਕੀ ਸੰਧਾਲੀਆ ਸਭ ਮੈਂ ਸੋਚਦਾ ਸੀ ਕਿ ਹੁਣ ਨਾ ਜਦੋਂ ਦੇ ਘਰ ਨਵੇਂ ਬਣਨ ਲੱਗ ਪਏ ਕਿਉਂਕਿ ਮੋਡੀਫਿਕੇਸ਼ਨ ਤਾਂ ਹੋ ਹੀ ਜਾਂਦੀ ਹੈ ਅੱਗੇ ਹੁੰਦਾ ਸੀ ਕਿ ਸ਼ੀਸ਼ਾ ਜਿਹੜਾ ਨਾ ਸ਼ੀਸ਼ਾ ਹੂੰ ਹੂੰ ਉਹ ਚੱਕਮਾ ਹੀ ਹੁੰਦਾ ਸੀ ਉਹਦੇ ਪਿੱਛੇ ਐ ਸਟੈਂਡ ਜਾਂ ਲੱਗਾ ਹੋਣਾ ਤੇ ਐਦਾਂ ਰੱਖ ਲੈਣਾ ਉਹਨੂੰ ਉਹ ਗੀਠੀ ਅੰਗੀਠੀ ਨੂੰ ਕਹਿੰਦੇ ਉਹਦੇ ਉੱਤੇ ਰੱਖਿਆ ਹੋਣਾ ਤੇ ਉਹਦੇ ਉੱਤੇ ਬੀਬੀਆਂ ਨੇ ਸਿਰ ਬਾਈ ਜਾਣਾ ਉਹਦੇ ਉੱਤੇ ਦਸਤਾਰ ਬੰਨ ਲੈਣੀ ਉਹਦੇ ਉੱਤੇ ਨਿਆਣਿਆਂ ਨੇ ਪਟਕਾ ਬੰਨ ਲੈਣਾ ਉਹਦੇ ਉੱਤੇ ਹੀ ਕਿਸੇ ਬੰਦੇ ਨੇ ਮੇਰੇ ਅ ਉਹ ਸ਼ੀਸ਼ੇ ਦਾ ਕੰਮ ਕੱਲਾ ਇੰਨੇ ਨਹੀਂ ਹੁੰਦਾ। ਦੂਸਰੇ ਕਮਰੇ ਦੇ ਵਿੱਚ ਲਾ ਜਾ ਕੇ ਤੇ ਉਹ ਸ਼ੀਸ਼ੇ ਦੇ ਨਾਲ ਇਹਦਾ ਪਿੱਛੋਂ ਦੇਖ ਵੀ ਲੈਣਾ ਕਿ ਪੱਗ ਦਾ ਲੜ ਠੀਕ ਆ ਗਿਆ। ਪਿੱਛੋਂ ਠੀਕ ਆ ਜਣੀ ਹਿਸਾਬ ਕਿਤਾਬ ਸਾਰਾ। ਤੇ ਉਹੀ ਸ਼ੀਸ਼ਾ ਦਾਣਿਆਂ ਦੇ ਵਿੱਚ ਰੱਖਦੇ ਦਾ ਹੀ ਮੁੜ ਕੇ ਖਿਚੜੀਆਂ ਨਾਲ ਬੋਧੀਆਂ ਆਉਣ। ਹਾਂ। ਤੇ ਜਿਹੜੀਆਂ ਨਾਲ ਟੁਕ 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 ਕੇ ਆਰੀ ਉੱਤੇ ਮਾਰੀ ਜਾਣਾ ਕਿ ਪਾਈ ਮੇਰੀ ਦੁਸ਼ਮਣੀ ਖੜੀ ਆ ਮੇਰੇ। ਯਾਨੀ ਕਿ ਹੁਣ ਸ਼ੀਸ਼ੇ ਕੰਧਾਂ 'ਚ ਲੱਗ ਗਏ। ਜੜ ਦਿੱਤੇ ਗਏ। ਜਾਂ ਇੰਨੇ ਮਹਿੰਗੇ ਹੋ ਗਏ ਦਾਣੇ 'ਚ ਰੱਖੇ ਨਹੀਂ ਜਾ ਸਕਦੇ। ਆ ਨਹੀਂ ਦਾਣੇ 'ਚ ਰੱਖੇ ਨਹੀਂ ਜਾ ਸਕਦੇ ਕਿ ਇੱਕ ਇੱਕ ਤਰੀਕਾ ਵੀ ਹੁੰਦਾ ਵੀ ਮ ਦੂਰ ਤੱਕ ਨਹੀਂ ਜਾ ਸਕਦੀ ਤੇ ਮਾਈ ਨੂੰ ਆਖਣਾ ਵੀ ਤੂੰ ਇੱਥੇ ਜੇ ਆਪਣਾ ਮੰਜਾ ਰੱਖ ਲਾ ਤੇ ਲਾਗੇ ਧੋਪਿਆ ਉਹਨੇ ਥੋੜਾ ਜਿਆਦਾ ਦੂਰੋਂ ਵਖਾੜਨਾ ਵੀ ਜੇ ਉਧਰ ਕਾਮ ਆ ਲੋ ਵੀ ਉਧਰ ਡੰਗਰਾਂ ਵਾਲੇ ਪਾਸੇ ਜਾਂ ਦਾਣੇ ਵਾਲੇ ਪਾਸੇ ਵਿੱਚ ਉਹ ਲਿਸ਼ਕੂਰ ਨਾ ਉਟ ਜੂ ਤਰੀਕਾ ਹੀ ਆ ਤਰੀਕਾ ਹੀ ਆ ਪਰ ਇੱਕ ਚੀਜ਼ ਹੈਗੀ ਆ WhatsApp ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਵੀ ਹੌਲੀ ਹੌਲੀ ਨਾ ਘੁੰਮ ਕੇ ਆਉਣਾ ਉਸੇ ਥਾਂ ਤੇ ਅੱਜ ਪੰਜਾਬ 'ਚ ਬੜਾ ਇਸ ਚੀਜ਼ ਦਾ ਟ੍ਰੈਂਡ ਚੱਲ ਪਿਆ ਸ਼ੁਰੂ-ਸ਼ੁਰੂ 'ਚ ਜਦੋਂ ਕੁਝ ਕਹ ਲੋ ਕਿ ਵੀ ਕਮਰਸ਼ੀਅਲ ਬਿਲਡਿੰਗ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਉਹ ਪੁਰਾਣੀਆਂ ਇੱਟਾਂ ਵਾਲਾ ਪੁਰਾਣਾ ਰੰਗ ਜਾਂ ਉਹ ਕਨ ਦਾ ਗੈਆਰੀ ਸਾਡਾ ਵਿਰਸਾ ਆ ਹੈ ਨਾ ਉਸ ਵਿਰਸੇ ਵਰਾਸਤ ਤੋਂ ਉਹਨਾਂ ਦੇ ਉਸ ਚੱਕਰ ਚ ਆਪਾਂ ਪੈ ਗਏ ਫਿਰ ਹੌਲੀ ਹੌਲੀ ਹੁਣ ਆਪਾਂ ਦੇਖਦੇ ਆਂ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੜੀਆਂ ਥਾਵਾਂ ਤੇ ਉਸੋ ਹੀ ਪੁਰਾਣੀ ਤਰ੍ਹਾਂ ਦੀਆਂ ਹਵੇਲੀਆਂ ਪੁਰਾਣੀ ਤਰ੍ਹਾਂ ਦੇ ਘਰ ਵੀ ਉਹਨੂੰ ਪਲਸਟਰ ਨਹੀਂ ਕਰਨਾ ਪੈਂਟਾਂ ਵਾਲੀ ਰੱਖਣੀ ਆ ਉਹ ਵੀ ਅੱਜ ਕੱਲ ਬੜਾ ਟ੍ਰੈਂਡ ਦੇ ਵਿੱਚ ਆ ਐਂਡ ਹਾਂ ਇਹ ਗੱਲ ਹੈਗੀ ਆ ਵੀ ਉਹਦੇ ਵਿੱਚ ਉਹ ਪਹਿਲਾਂ ਵਾਲੀ ਮਹਾਰਤ ਨਾ ਹੋਣ ਕਰਕੇ ਕਈ ਤਰ੍ਹਾਂ ਦੇ ਜਿਗਾਰਡ ਲਾਉਣੇ ਪੈਂਦੇ ਹੁਣ ਅਗਲਾ ਬੰਦਾ ਤੇ ਕਹਿੰਦਾ ਭਾਉ ਜੀ ਆਪਾਂ ਹੁਣ ਹਵੇਲੀ ਬਣਾਉਣੀ ਉਹ ਪੁਰਾਣੇ ਸਟਾਈਲ ਵਾਲੀ ਤੇ ਸਟਾਈਲ ਤੇ ਪੁਰਾਣੇ ਵਾਲੀ ਤਾਂ ਬਣਾਓਗੇ ਜੀ ਆਰਕੀਟੈਕਚਰ ਸਾਹਿਬ ਨੂੰ ਸਮਝ ਜਾਓਗੇ ਵੀ ਯਾਰ ਇਹਦੀ ਹੁਣ ਕਰੀਏ ਕੀ ਉਹ ਕਹਿੰਦਾ ਇੱਥੋਂ ਆਪਾਂ ਇੱਕ ਪਿਲਰ ਕੱਢ ਦਵਾਂਗੇ ਸਾਰਾ ਇੱਥੋਂ ਇੱਕ ਫਿਰ ਆਪਾਂ ਥੋੜਾ ਜਿਹਾ ਘੁਮਾ ਕੇ ਇੱਥੇ ਦਰਵਾਜ਼ਾ ਦੇ ਗੋ ਨਹੀਂ 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 ਇਦਾਂ ਨਹੀਂ ਇੱਟਾਂ ਦੀ ਝੰਡੀਆਂ ਜੀ ਉਹ ਹੋ ਸਾਹਦਾ ਵੀ ਜਦੋਂ ਦੁਬਾਰਾ ਲੋਡ ਪਾਵੇ ਹੁਣ ਤਾਂ ਇਹ ਜੋ ਮੈਨੂੰ ਸੁਣਨ ਵੇਖਣ ਚ ਆਇਆ ਹੋਇਆ ਕਿ ਵੀ ਦੂਜਿਆਂ ਸੂਬਿਆਂ ਤੋਂ ਕਾਰੀਗਰ ਮਗਾਉਣੇ ਪੈਂਦੇ ਨੇ ਖਾਸ ਕਰਕੇ ਰਾਜਸਥਾਨ ਵਾਲੇ ਪਾਸਿਓਂ ਕਿਉਂਕਿ ਉਧਰ ਜੇ ਵੀ ਕਿਤੇ ਨਾ ਕਿਤੇ ਉਹ ਡਾਟਾ ਵਾਲਾ ਕੰਮ ਚੱਲਦਾ ਵੀ ਯਾਰ ਤੁਸੀਂ ਆ ਕੇ ਸਾਨੂੰ ਬਣਾ ਕੇ ਦਿਓ ਪਤਾ ਨਹੀਂ ਪੰਜਾਬ ਵਾਲਿਆਂ ਨੇ ਆਪਣੇ ਵਿਰਸੇ ਬਰਾਸ ਦੇ ਹਿਸਾਬ ਨਾਲ ਆਪਾਂ ਲਗਾ ਵੀ ਨਹੀਂ ਆਪਾਂ ਐਡਵਾਂਸ ਹੋਣਾ ਤੇ ਹੁਣ ਹੌਲੀ ਹੌਲੀ ਇਹ ਹੋ ਗਿਆ ਵੀ ਉਹ ਮਿਸਤਰੀ ਵੀ ਲੱਭਣੋਂ हट ਗਿਆ ਅਗਲਾ ਜਿਹੜਾ ਉਹ ਆਪਣਾ ਪ੍ਰਵਾਸੀ ਭਰਾ ਉਧਰੋਂ ਆਉਂਦਾ ਕਿਤੇ ਉਹਨੂੰ ਆਖੇਦਾ ਵੀ ਇਦਾਂ ਕਰਨਾ ਉਹ ਕਹਿੰਦਾ ਯਾਰ ਸਾਡੇ ਹਸਾਬਜਤਾ ਨਹੀਂ ਆਉਂਦਾ ਨਹੀਂ ਵੀ ਤੁਸੀਂ ਕੀ ਬਣਾਉ ਇਹਦਾ ਮਤਲਬ ਵੀ ਚੀਜ਼ਾਂ ਨੂੰ ਹੁਣ ਪ੍ਰਾਣੀ ਚੰਗੀ ਲੱਗਣ ਲੱਗ ਪਈ ਪਰ ਉਹਦੇ ਲਈ ਅਵੇਲੇਬਿਲਟੀ ਬੰਦਿਆਂ ਦੀ ਅਜੇ ਘੱਟ ਹੈ ਹੋ ਸਕਦਾ ਉਹਨਾਂ ਦੇ ਟਾਈਮ 'ਚ ਆ ਜਾਈਂ ਸੰਧਾਲੀਆ ਸਾਹਿਬ ਜਦੋਂ ਨਾ ਸੋਹਜ ਦੀ ਸਵਾਦ ਦੀ ਗੱਲ ਆਪਾਂ ਕਰਦੇ ਹਾਂ ਹੁਣ ਦੇਖੋ ਉਦਾਂ ਦਾ ਡਾਟ ਉਦਾਂ ਦੀ ਬਣ ਜੂ ਦੇਖੋ ਉਦਾਂ ਦੀ ਹੋ ਜੂ ਪਰ ਕੋਈ ਨਾ ਕੋਈ ਸਵਾਦ ਠੰਢੀ ਬੜੀ ਹੁੰਦੀ ਸੀ ਹਮ ਗਰਮੀਆਂ ਨੂੰ ਸਾਰੇ ਟੱਬਰ ਨੇ ਉੱਥੇ ਕਾਜੋ ਜਦੋਂ ਜਣੀ ਐਨ ਗਰਮੀ ਹੁੰਦੀ ਨਾ ਕੋਈ ਨਾ ਕੋਈ ਕਮਰਾ ਠੰਡਾ ਹੋਣਾ ਹਮ ਕਿਉਂਕਿ ਉੱਪਰ ਮਿੱਟੀ ਹੁੰਦੀ ਸੀ ਉਹਨੂੰ ਉੱਪਰ ਲੈਂਟਰ ਪਾ ਕੇ ਜੇ ਮੋਰੇ ਡਾਟਾ ਉਦਾਂ ਦੇ ਰੱਖ ਵੀ ਲਵ ਉਹ ਬੱਕਰੀ ਕਲਾ ਕੇ ਮੰਤਰੀਆਂ ਦੇ ਫਰਟੇ ਅੱਜਕਲ ਗੁੰਮ ਹੋਏ ਰਹਿੰਦੇ ਆ ਕਿ ਉਹ ਇੱਧਰ ਉੱਧਰ ਪੈਸੇ ਟਕੇ ਬਾਅਦ ਚ ਕਹਿੰਦੇ ਜੀ ਦੇਣੇ ਪੈਂਦੇ ਆ ਇੱਕ ਮੈਨੂੰ ਹੋਰ ਲੱਗਦਾ ਸੀ ਕਿ ਤੁਸੀਂ ਬਾਹਰੋਂ ਮਿਸਤਰੀ ਲਿਆਓ ਜਿੱਥੋਂ ਮਰਜੀ ਲਿਆਓ ਕੰਮ ਸੂਤ ਨਹੀਂ ਆਉਂਦਾ ਇਸ ਕਰਕੇ ਨਹੀਂ ਆਉਂਦਾ ਕਿ ਹੁਣ ਫਿਲਮ ਦੇਖਣ ਲੋਕ ਜਾਂਦੇ ਆ ਤੇ ਉਥੋਂ ਫਿਰ ਪਾਪਕੋਰਨ ਲੈ ਲੈਂਦੇ ਆ ਹੈ ਤਾਂ ਮੱਕੀ ਦਾ ਦਾਣਾ ਹੀ ਆ ਨਾ ਉਹ ਮੱਕੀ ਦਾ ਦਾਣਾ ਜਦੋਂ ਭੱਠੀ ਦੇ ਭੁੱਜਦਾ ਸੀ ਉਹਦੇ ਵਿੱਚੋਂ ਤੁਸੀਂ ਦੇਖੋ ਕਿ ਉਹ ਦਾਣੇ ਜਿਹੜੇ ਆ ਉਹਦੇ ਵਿੱਚੋਂ ਆਬੂ ਵੀ ਨਿਕਲਣਾ ਕੱਚੇ ਕੱਚੇ ਜਿਹੜੇ ਦਾਣੇ ਜਿਹੜੇ ਹੁੰਦੇ ਨੇ ਨਾ ਜਿਹੋ ਮਿੱਠੇ ਬਹੁਤ ਹੁੰਦੇ ਆ ਉਹ ਵੀ ਨਿਕਲ ਆਉਣਾ ਉਹਦੇ ਵਿੱਚੋਂ ਖਿੱਲਾ ਵੀ ਬਣ ਜਾਣੀਆਂ ਉਹਦੇ ਵਿੱਚੋਂ ਦੂਜੇ ਦਾਣੇ ਵੀ ਭੁੰਨ ਦੇਣੇ ਉਹ ਦਾਣੇ ਭੁੰਨ ਕੇ ਜਦੋਂ ਪਰਨੇ ਚ ਬੰਨ ਕੇ ਗੰਢ ਬੰਨ ਕੇ ਅੱਧੇ ਕ ਜਾਨੀ ਹੱਥ ਘੜਾ ਲੱਗਦਾ ਹੁੰਦਾ ਜੇਬ ਚ ਪਾ ਲੈਣੇ ਪੱਟ ਸੜੀ ਜਾਣਾ ਕੋ ਮਾੜਾ ਮੋਟਾ ਨਹੀਂ ਮਸਲਾ ਹੁੰਦਾ ਸੀ ਉਹਦੇ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਹੁਣ ਆ ਪਾਪਕਨ ਤਾਂ ਲੈ ਲਾਂਗੇ ਉਹ ਜਿਹੜੀਆਂ ਖਿੱਲਾ ਉਹ ਲੈtela ਮੰਗੇ ਉਥੋਂ ਪਰ ਜਿਹੜੇ ਦਾਣੇ ਆਪਾਂ ਪਨਾ ਕੇ ਲਈਦੇ ਸੀ ਤਾਂ ਉਹਨਾਂ 4 ਦਿਨ ਨਿਕਲ ਜਾਣੇ ਸਾਰੇ ਟੱਬਰ ਨੇ ਚੱਪਣੇ ਤੇ ਮੁੜ ਕੇ ਉਹਨਾਂ ਦੇ ਵਿੱਚ ਗੁੜ ਪਾ ਕੇ ਕੁੱਟ ਕੇ ਜਿਹੜੀ ਚੀਜ਼ ਬਣਦੀ ਜਿਵੇਂ ਪੌਪ ਕੌਰਨ ਕੁੱਟ ਕੇ ਬਣਾ ਕੇ ਰੱਖੋ ਇਹਦੀ ਗੱਲ ਹੈਗੀ ਹੁਣ ਪੌਪ ਕੌਰਨ ਤੇ ਫੁੱਲਿਆਂ ਦਾ ਫਰਕ ਤੇ ਰਹਿਣੇ ਰਹਿਣੇ ਹਾਂ ਇੰਨਾ ਜ਼ਰੂਰ ਹੈ ਵੀ ਹੁਣ ਆਪਾਂ ਨੂੰ ਚਾਹੀਦੀਆਂ ਉਹ ਪੁਰਾਣੀਆਂ ਹਵੇਲੀਆਂ ਜਾਂ ਪੁਰਾਣੀ ਦੇਖ ਜਾਂ ਪੁਰਾਣੀਆਂ ਚੀਜ਼ਾਂ ਪਰ ਹਾਂ ਉਹ ਉਹ ਕਿਵੇਂ ਬਣਣਗੀਆਂ ਕਿਵੇਂ ਸਾਰਾ ਕੁਝ ਵਾਪਸ ਆਊਗਾ ਇਹ ਤੇ ਅਜੇ ਟਾਈਮ ਲੱਗਣਾ ਪਰ ਚਲ ਕੋਈ ਗੱਲ ਹੋਰ ਹਮ ਹਮ ਮੁੰਨ ਚੇਤਾ ਆ ਗਿਆ ਦਾਤੀ ਹੁੰਦੀ ਸੀ ਉਹਨਾਂ ਬੀਬੀਆਂ ਦੇ ਕੋਲ ਜਿਹੜੀਆਂ ਦਾਣੇ ਭੁੰਦੀਆਂ ਹੁੰਦੀਆਂ ਹੁੰਦੀਆਂ ਸੀ ਉਹਨਾਂ ਨੇ ਐਸ ਤਰੀਕੇ ਨਾਲ ਐ ਦਾਤੀ ਮਾਰਨੀ ਕਿ ਬਾਹਰ ਨਹੀਂ ਸੀ ਕੁਝ ਡਿਕਣ ਦਿੰਦੀਆਂ ਤੇ ਉਹ ਐ ਕੰਮ ਉੱਪਰ ਦੀ ਜਾਂਦਾ ਹੁੰਦਾ ਸੀ ਐ ਚੰਗੇ ਤਰੀਕੇ ਦੇ ਨਾਲ ਹੀ ਆ ਵੀ ਇਹ ਤਾਂ ਤਰੀਕਾ ਨਾ ਜੀ ਉਹ ਜਿੰਨ ਨੂੰ ਵਾਰ ਹੈਗਾ ਉਹ ਉਸ ਹਿਸਾਬ ਨਾਲ ਆਪਣਾ ਕੰਮ ਕਰੀ ਜਾਂਦਾ ਪਰ ਚਲੋ ਆਪਾਂ ਇਹ ਆਸ ਉਮੀਦ ਕਰਦੇ ਆ ਵੀ ਠੀਕ ਆ ਜੇ ਆਪਾਂ ਤਰੱਕੀ ਕੀਤੀ ਹੈ ਜੇ ਆਪਾਂ ਨੂੰ ਲੱਗਦਾ ਵੀ ਯਾਰ ਹੁਣ ਚਾਰ ਛੇਲੜ ਹੈਗੇ ਆ ਜੀ ਆਪਾਂ ਨੂੰ ਜੇ ਲੱਗਦਾ ਵੀ ਯਾਰ ਆਮ ਘਰ ਨਾਲੋਂ ਜੇ ਉਹ ਘਰ ਬਣਾਉਨੇ ਆ ਹੂੜੇ ਜੇ ਪੈਸੇ ਵੱਧ ਲੱਗਦੇ ਆ ਪਰ ਉਹ ਅੱਜ ਹੀ ਵੱਧ ਲੱਗਣਿਆ ਹੋ ਸਕਦਾ ਅਜੇ ਤੋਂ 15-20 ਸਾਲ ਬਾਅਦ ਫੇਰ ਕਹਿਣਾ ਵੀ ਗੁਰੂ ਕਿਤੇ ਆਹ ਬਣਾ ਗਏ ਸੀ ਬੰਦੇ ਉਦੋਂ ਹਵੇਲੀ ਹੁਣ ਆਹ ਕੋਠੀਆਂ ਕਾਠੀਆਂਿਆਂ ਦਾ ਰਵਾਜ ਨਹੀਂ ਰਹਿ ਗਿਆ ਹੁਣ ਤੇ ਹਵੇਲੀਆਂ ਦਾ ਰਵਾਜ ਆ ਗਿਆ ਇਹ ਦੁਆਰਾ ਕੀ ਪਤਾ ਹੁੰਦਾ ਫੈਸ਼ਨ ਬਦਲਦਾ ਕਿਤੇ ਪਤਾ ਲੱਗਦਾ ਹੁਣ ਜੇ ਪਹਿਲਾਂ ਪੰਜਾਬ ਦੇ ਕੱਚੇ ਘਰਾਂ ਦੇ ਵਿੱਚੋਂ ਜਿਹੜੇ ਆਮ ਘਰ ਹੁੰਦੇ ਕੱਚਿਆਂ ਤੋਂ ਪੱਕੇ ਵਾਲੇ ਪਾਸੇ ਆਏ ਪੱਕੇ ਘਰਾਂ ਚ ਬੜਾ ਸਿੰਪਲ ਹੁੰਦਾ ਹੈ ਪਿੱਛੇ ਕਮਰੇ ਅੱਗੇ ਇੱਕ ਲੰਮਾ ਬਰਾਂਡਾ ਦੋ ਨੁਕਰਾ ਦੇ ਇੱਕ ਪਾਸੇ ਨੂੰ ਚੌਂਦਰਾ ਬਣਾ ਲਓ ਦੂਜੇ ਪਾਸੇ ਬੈਠਕ ਬਣਾ ਲਓ ਤੇ ਡਰਮ ਦਾਣੇ ਵਾਲਾ ਬਰਾਂਡੇ ਜੀ ਹੁੰਦਾ ਸੀ ਆਪ ਉਹ ਬਰਾਂਡੇ ਜਿੰਦਾ ਫਿਰ ਹੁਣ ਨਹੀਂ 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 ਅੱਜ ਕੱਲ ਨਾ ਬਰਾਂਡਾ ਬੰਦ ਕਰ ਲਈਦਾ ਫਿਰ ਬਰਾਂਡਾ ਬੰਦ ਹੋਣ ਲੱਗ ਪਿਆ ਫਿਰ ਬਰਾਂਡੇ ਉਹ ਨਹੀਂ ਅੱਜ ਕੱਲ ਉਹਦਾ ਟ੍ਰੈਂਡ ਹੈ ਇੱਕ ਲੌਬੀ ਬਣਦੀ ਫਿਰ ਜਿਹੜੀ ਲੌਬੀਆਂ ਦੇ ਆ ਗਏ ਫਿਰ ਕੋਠੀਆਂ ਆ ਗਈਆਂ ਫਿਰ ਜਦੋਂ ਕੋਠੀਆਂ ਦਾ ਸਿਰਾ ਲੱਗ ਗਿਆ ਨਾ ਨਹੀਂ ਨਹੀਂ ਯਾਰ ਕੋਠੀ ਨੇ ਠੀ ਵੇਲੀ ਬਣਾਈ ਆਪੇ ਵੇਲੀ ਬਣਾਈਏ ਪੁਰਾਣਾ ਕੰਮ ਵਧੀਆ ਮੈਨੂੰ ਤੁਸੀਂ ਲਿੰਬ ਦੇ ਕਹਿੰਦੇ ਹੋ ਕਿ ਇਹ ਹੈ ਕਿ ਲਿਪ ਦੇ ਕਹਿੰਦੇ ਆ ਕਿ ਉਹ ਮਿੱਟੀ ਗੋਹੇ ਦਾ ਜਿਹੜਾ ਸੁਮੇਲ ਹੁੰਦਾ ਨਾ ਕੰਬੀਨੇਸ਼ਨ ਉਹ ਬੀਬੀਆਂ ਨੇ ਪਹਿਲਾਂ ਮਿੱਟੀ ਲੈ ਕੇ ਆਉਣੀ ਫਿਰ ਉਹਨੂੰ ਮਿਕਸ ਕਰਨਾ ਚੰਗੇ ਤਰੀਕੇ ਨਾਲ ਕਰਕੇ ਤੁਸੀਂ ਉਹ ਦੇਖੋ ਕਿ ਸਾਰਾ ਵੇੜਾ ਜਦੋਂ ਲਿਪਿਆ ਜਾਂਦਾ ਸੀ ਸਾਰਾ ਵੇੜਾ ਹੱਥ ਨਾਲ ਲਿਪਣ ਬੀਬੀਆਂ ਨੇ ਕੈਸੀ ਕਲਾ ਹੁੰਦੀ ਜਾਂ ਕਿਤੇ ਅੱਧਾ ਇੰਚ ਉੱਪਰ ਜਾਂ ਅੱਧਾ ਇੰਚ ਥੱਲੇ ਹੋਵੇ ਇੱਕੋ ਜਿਹਾ ਡਿਜ਼ਾਈਨ ਹੱਥ ਜਦੋਂ ਹੱਥ ਨਾਲ ਐ ਲਿਪਦੀਆਂ ਸੀ ਬੀਬੀਆਂ ਉਹ ਮਾਰੀਆਂ ਨਹੀਂ ਲੀਕਾਂ ਨਹੀਂ ਤਾਂ ਪੈਂਦੀਆਂ ਸੀ ਐਨਿਕ ਜੀਆਂ ਹੁੰਦੀਆਂ ਸੀ ਇਦਾਂ ਨਹੀਂ ਹੁੰਦਾ ਸੀ ਕਿ ਪਾਈ ਉੱਥੋਂ ਚੌੜੀ ਜੀ ਲੀਕ ਹੋ ਗਈ ਤਾਂ ਇੱਥੋਂ ਦੂਸਰੀ ਪੈ ਗਈ ਤੇ ਤੁਸੀਂ ਉਹਦੇ ਵਿੱਚ ਵੀ ਦੇਖੋ ਕਿ ਜਦੋਂ ਬੀਬੀਆਂ ਨੇ ਇਦਾਂ ਉੱਥੋਂ ਲੈਣਾ ਐਂ ਕਰਕੇ ਲੈਣਾ ਤੇ ਆਖਰੀ ਐਂ ਅੰਕਣਾ ਠਾ ਉੱਤੇ ਮਾਰਾ ਹਾਂ ਜੀ ਇਹ ਹੈ ਤੇ ਗੱਲਾਂ ਸਾਰੀਆਂ ਠੀਕ ਆ ਪਰ ਕਾਰਨ ਹੈ ਵੀ ਜਦੋਂ ਆਪਾਂ ਇੱਥੇ ਕਰਦੇ ਆ ਜੀ ਉਦੋਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਚੰਗੀਆਂ ਲੱਗਦੀਆਂ ਇਹ ਅਸੀਂ ਇਸੇ ਕਰਕੇ ਕਰਨ ਲੱਗੇ ਵੀ ਤੁਹਾਨੂੰ ਲੱਗਿਆ ਵੀ ਯਾਰ ਤੁਸੀਂ ਅਸੀਂ ਤੁਹਾਨੂੰ ਪੁਰਾਣੀ ਚੀਜ਼ ਯਾਦ ਕਰਾ ਦਿੰਨੇ ਆ ਸਾਨੂੰ ਵੀ ਚੰਗਾ ਲੱਗਿਆ ਵੀ ਚਲੋ ਕਰਨਾ ਚਾਹੀਦਾ ਚੀਚੇ ਕਿਉਂਕਿ ਕਾਰਨ ਹੈ ਵੀ ਜੇ ਚੇਤੇ ਕਰਾਂਗੇ ਤੇ ਫੇਰ ਹੀ ਹੌਲੀ-ਹੌਲੀ ਯਾਦ ਰਹੂ ਹੂੰ ਹੂੰ ਤੇ ਜੇ ਯਾਦ ਰਹੂ ਤੇ ਹੋ ਸਕਦਾ ਵੀ ਦੁਬਾਰਾ ਬੰਦਾ ਮੋੜਨ ਦੀ ਕੋਸ਼ਿਸ਼ ਵੀ ਕਰੇ ਜੀ ਉਹ ਗੱਲ ਆਪਾਂ ਇਸ ਕਰਕੇ ਸ਼ੁਰੂ ਕੀਤੀ ਕਿਉਂਕਿ ਪਹਿਲਾਂ ਤਾਂ ਕੇਂਦਰ ਸਰਕਾਰ ਇਸ ਪਾਸੇ ਧਿਆਨ ਦੇ ਰਹੀ ਹੈ ਕਿ ਵੀ ਯਾਰ ਆਪਾਂ ਨੂੰ ਲੋੜ ਹੈ ਜ਼ੀਰੋ ਬਜਟ ਖੇਤੀ ਕਰਨ ਜ਼ੀਰੋ ਬਜਟ ਖੇਤੀ ਦਾ ਮਤਲਬ ਇਹ ਹੋ ਗਿਆ ਵੀ ਆਪਾਂ ਕੋ ਰਿਆਂ ਸਪ੍ਰਿਆਂ ਤੋਂ ਦੂਰ ਚਲੀਏ ਬਿਲਕੁਲ ਆਰਗੈਨਿਕ ਹੋਵੇ ਸਾਰਾ ਕੁਝ ਫਿਰ ਇਹ ਸਾਰੇ ਕੁਝ ਦੀ ਚਰਚਾ ਚੱਲਣ ਲੱਗੀ ਪੰਜਾਬ 'ਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀ ਆਰਗੈਨਿਕ ਖੇਤੀ ਜਾਂ ਕੁਦਰਤੀ ਖੇਤੀ ਦੀ ਗੱਲ ਕਰਦੀਆਂ ਹੁਣ ਸਪੀਕਰ ਸਾਹਿਬ ਨੇ ਕੁਤਾਰ ਸਿੰਘ ਸੰਧਵਾ ਸਾਹਿਬ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਜਥੇਬੰਦੀ ਨੂੰ ਕਹਿੰਦੇ ਬੜੀ ਲੋੜ ਹੈ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਅਸੀਂ ਇਨ੍ਹਾਂ ਇਨ੍ਹਾਂ ਚੀਜ਼ਾਂ ਤੋਂ ਹੀ ਸਹਿੜ ਲੀਆਂ ਵੀ ਜਾਂ ਤਾਂ ਰਿਆਂ ਸਪ੍ਰਿਆਂ ਤੋਂ ਹੋ ਗਈਆਂ ਜਾਂ ਅਸੀਂ ਪਾਣੀ ਖਰਾਬ ਕਰ ਲਿਆ ਜਾਂ ਉਹਨਾਂ ਚੀਜ਼ਾਂ ਦਾ ਤਾਲ ਮੇਲੀ ਅਗੜ ਪਿਛੜ ਹੋ ਗਿਆ ਆ ਰਾਂਗੇ ਪਿਛਲੇ ਦਿਨੀ ਇੱਕ ਉਹ ਪਹਿਲਾਂ ਉਹਨੂੰ ਆਂਦੇ ਸੀ ਜੀ ਘਾਹ ਮਾਰਨ ਵਾਲੀ ਦਵਾਈ ਉਹ ਕਿੰਨੇ ਸਾਲ ਆਹੀਂ ਬੜੇ ਸੌਖੇ ਰਹਿ ਗਏ ਵੀ ਯਾਰ ਹੁਣ ਤੇ ਲੈ ਖਾਲ ਖਾ ਲੈਣਾ ਨਹੀਂ ਪੈਂਦਾ ਇੱਕ ਮਿੰਟ ਦੋ ਲੱਗਦਾ ਸ਼ਰ ਸਪਰੇਅ ਕੀਤੀ ਵਟਾਂ ਵੀ ਰੋਡੀਆਂ ਘਾਹ ਖਤਮ ਹੋ ਗਿਆ ਹੈਨਾ ਖਾਲ ਖਾਣ ਦੀ ਵੀ ਲੋੜ ਨਹੀਂ ਫਿਰ ਸਾਨੂੰ ਸਮਝ ਲੱਗੀ ਵੀ ਉਹ ਹੋਏ ਤੇ ਨਰਾ ਕੈਂਸਰ ਹੈ ਹਮ ਹਮ ਕਹਿਣ ਤੋਂ ਬਾਅਦ ਇਹ ਕਿ ਵੀ ਉਹਨਾਂ ਚੀਜ਼ਾਂ ਨੂੰ ਹੁਣ ਜਦੋਂ ਆਪਾਂ ਇੱਕ ਵਾਰ ਦੇਖ ਲਿਆ ਵੀ ਨੁਕਸਾਨਦਾਇਕ ਨੇ ਆਪਾਂ ਵਾਪਸ ਮੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਵੀ ਉਸੇ ਚੀਜ਼ ਦੇ ਵਿੱਚ ਆਪਾਂ ਜ਼ਿਕਰ ਕੀਤਾ ਵੀ ਜੇ ਵਾਪਸ ਮੁੜਨ ਦੀ ਗੱਲ ਚੱਲੀ ਆ ਜੋ ਚੀਜ਼ਾਂ ਆਪਾਂ ਉੱਥੋਂ ਤੱਕ ਲੈ ਕੇ ਪਹੁੰਚੇ ਸੀ ਤੇ ਅੱਗੇ ਤੋਂ ਅੱਗੇ ਸਿਆਣਪ ਚੋਂ ਨਿਕਲੀਆਂ ਸੀ ਬਾਅਦ ਚ ਆਪਾਂ ਆ ਗਏ ਬਾਜ਼ਾਰ ਦੇ ਬਾਸ ਤੇ ਜਦੋਂ ਆਪਾਂ ਵੇਖਿਆ ਵੀ ਬਾਜ਼ਾਰ ਨੇ ਤੇ ਸਾਡਾ ਬੂਰੀਏ ਬਿਸਤਰਾ ਗੋਲ ਕਰਦਣਾ ਆਪਾਂ ਹੁਣ ਫਿਰ ਸਿਆਣਪਾਲੇ ਪਾਸੇ ਨੂੰ ਤੁਰਨ ਲੱਗ ਪਏ ਨਹੀਂ ਜ਼ਰੂਰੀ ਐ ਸੰਧਾਲੀਆ ਸਭ ਦੋ ਤਿੰਨ ਗੱਲਾਂ ਜਿਹੜੀਆਂ ਨਾ ਉਹ ਠੀਕ ਪਾਸੇ ਨੂੰ ਜਾ ਰਹੀਆਂ ਨਤੀਜੇ ਅੱਜ ਆਉਂਦੇ ਆ ਕੱਲ ਆਉਂਦੇ ਆ ਪਰਸੋਂ ਨੂੰ ਕਿਉਂਕਿ ਜਦੋਂ ਘਰ ਦੇ ਵਿੱਚ ਸੋਚਣ ਵਿਚਾਰੇ ਸ਼ੁਰੂ ਹੁੰਦਾ ਨਾ ਕਿ ਨਿਆਣੇ ਨੂੰ ਪੜਨ ਲਾਉਣਾ ਐ ਕਿ ਕੀ ਕਰਨਾ ਚਾਹੇ 4 ਸਾਲ ਬਾਅਦ ਲਾਉਣਾ ਹੋਵੇ 6ਵੇਂ ਚ ਹੋਵੇ ਨਿਆਣਾ ਕਿ 1 ਇਦਾਂ ਹੀ ਹੁਣ ਚਰਚਾ ਚੱਲੀ ਐ ਜੇ ਕੇਂਦਰ ਸਰਕਾਰ ਇਧਰੋਂ ਪੰਜਾਬ ਸਰਕਾਰ ਨੂੰ ਤੇ ਆਮ ਪੰਜਾਬ ਚੋਂ ਸਾਨੂੰ ਕਿੰਨੇ ਮੈਸੇਜ ਆਉਂਦੇ ਅਸੀਂ ਕੁਦਰਤੀ ਖੇਤੀ ਕਰਦੇ ਆਂ ਜੀ ਅਸੀਂ ਤਾਂ ਇਦਾਂ ਕੰਮ ਚਲਾਇਆ ਜੀ ਸਾਡਾ ਤਾਂ ਆਮਦਨ ਵੀ ਚੰਗੀ ਹੁੰਦੀ ਐ ਜੀ ਥੋੜੀ ਜੀ ਮਿਹਨਤ ਕਰਨੀ ਪੈਂਦੀ ਐ ਚੰਗੀ ਗੱਲ ਐ ਜੇ ਪੰਜਾਬ ਦੇ ਪਿੰਡ ਪਿੰਡ ਦੇ ਵਿੱਚੋਂ ਇਦਾਂ ਦੇ ਲੋਕ ਉੱਠ ਰਹੇ ਦੂਸਰਾ ਇਹਦੇ ਨਾਲ ਹੀ ਜੇ ਹੁਣ ਪੰਜਾਬ ਸਰਕਾਰ ਵੀ ਯਤਨ ਕਰਨ ਲੱਗੀ ਐ ਵਿਰੋਧੀ ਧਿਰਾਂ ਵੀ ਕੋਸ਼ਿਸ਼ ਕਰਨ ਖਾਸ ਤੌਰ ਦੇ ਉੱਤੇ ਮੈਨੂੰ ਐ ਲੱਗਦਾ ਕਿ ਜਿਹੜੇ ਆਪਣੇ ਲੀਡਰ ਸਾਹਿਬ ਨੇ ਜਿਨ੍ਹਾਂ ਦੇ ਕੋਲੇ ਚੰਗੀਆਂ ਖੁੱਲੀਆਂ ਜ਼ਮੀਨਾਂ ਇਹ ਨਾਲ ਚਾਰ ਪੈਸੇ ਹੂਰ ਪਾਸਿਓਂ ਵੀ ਆਉਂਦੇ ਆ ਉਹਨਾਂ ਲਈ ਤਾਂ ਕੰਮ ਹੀ ਸਖਾਲਾ ਕਿਉਂਕਿ ਉਹ ਖੇਤੀ ਦੇ ਉੱਤੇ ਨਿਰਭਰ ਥੋੜੀ ਐ ਉਹ ਆਪਣੇ ਖੇਤਾਂ ਦੇ ਵਿੱਚ ਇਦਾਂ ਦਾ ਕੰਮ ਸ਼ੁਰੂ ਕਰਨ ਦੇ ਮੁਰਕੇ ਆਪਣੇ ਪਾਰਟੀ ਦੇ ਵਰਕਰਾਂ ਨੂੰ ਵੀ ਕਹਿਣ ਕਿ ਪਾਈ ਆ ਦੇਖੋ ਐ ਹੁੰਦਾਈ ਅਸੀਂ ਕਰਕੇ ਦੇਖ ਲਿਆ ਤਦਰਪਾ ਦੋ ਤਿੰਨ ਸਾਲ ਪ੍ਰੋਡਕਸ਼ਨ ਥੋੜੀ ਜਿਹੀ ਘਟਦੀ ਐ ਮੁਰਕੇ ਕੰਮ ਚੱਲ ਪੈਂਦਾ ਇਹਦੇ ਨਾਲ ਨਾਲ ਅੱਜ ਹੁਣ ਤੋਂ ਥੋੜੀ ਦੇਰ ਬਾਅਦ ਸੰਧਾਲੀਆਂ ਸਭ ਇੱਕ ਇਕੱਠ ਹੋਣੇ ਹੁਣਾਂ ਬੁੱਢੇ ਨਾਲੇ ਤੇ ਆ ਕਿਉਂਕਿ ਜਦੋਂ ਤੁਸੀਂ ਖੇਤੀ ਦੀ ਗੱਲ ਕੀਤੀ ਸੀ ਖੇਤੀ ਦਾ ਸਬੰਧ ਪਾਣੀ ਨਾਲ ਪਾਣੀ ਦਾ ਸਬੰਧ ਨਹਿਰਾਂ ਨਾਲ ਨਹਿਰਾਂ ਦਾ ਸਬੰਧ ਸਤਲੁਜ ਨਾਲ ਤੇ ਬਿਆਸ ਨਾਲ ਤੇ ਸਤਲੁਜ ਤੇ ਬਿਆਸ ਇੱਕ ਜਗ੍ਹਾ ਇਕੱਠੇ ਵੀ ਹੁੰਦੇ ਆ ਉਹਨਾਂ ਦੇ ਵਿੱਚ ਬੁੱਢਾ ਨਾਲਾ ਪੈਂਦਾ ਤੇ ਬੁੱਢੇ ਨਾਲੇ ਦੇ ਵਿੱਚ ਕੈਮੀਕਲ ਬਹੁਤ ਹੁੰਦਾ ਉਹ ਕੈਮੀਕਲ ਸਤਲੁਜ ਚ ਵੜਦਾ ਜਾਂ ਉਹ ਸਾਂਝੀ ਦਰਿਆ ਚ ਵੜਦਾ ਉੱਥੋਂ ਨਹਿਰਾਂ ਜਾਂਦਾ ਨਹਿਰਾਂ ਦਾ ਪਾਣੀ ਫਿਰ ਖੇਤਾਂ ਨੂੰ ਲੱਗਦਾ ਤੇ ਖੇਤਾਂ 'ਚ ਬਹੁਤ ਕੁਝ ਚਲੇ ਜਾਂਦਾ ਹਮ ਅੱਜ ਬੁੱਢੇ ਨਾਲੇ ਦੇ ਉੱਤੇ ਇਕੱਠ ਹੋਣ ਲੱਗਾ ਸ਼ਾਇਦ ਜਦੋਂ ਦੀ ਪੰਜਾਬ ਦੀ ਮੌਜੂਦਾ ਸਰਕਾਰ ਬਣੀ ਹੈ ਪਹਿਲਾ ਇਕੱਠ ਹੈ ਬੁੱਧੀਜੀਵੀ ਆਉਣਗੇ ਮਾਹਿਰ ਹੋਣਗੇ ਤੇ ਉਥੇ ਆ ਕੇ ਕਾਠ ਇਸ ਕਰਕੇ ਕਰਨਾ ਕਿ ਭਾਈ ਆ ਬੁੱਢਾ ਨਾਲਾ ਇਹਦੇ ਵਿੱਚ ਜ਼ਹਿਰੀਲੇ ਪਦਾਰਥ ਬਹੁਤ ਡਿੱਗਦੇ ਆ ਚੇਰ ਹੋ ਗਿਆ ਵਰੇ ਹੋ ਗਿਆ ਅਸੀਂ ਬਾਰ ਬਾਰ ਯਤਨ ਕਰ ਰਹੇ ਆ ਪਰ ਉਹ ਕੰਮ ਨੇਪਰੇ ਨਹੀਂ ਚੜਦਾ ਬੰਦ ਨਹੀਂ ਹੁੰਦਾ ਜ਼ਹਿਰੀਲਾ ਪਾਣੀ ਬੜੀ ਚੰਗੀ ਗੱਲ ਹੈ ਭਾਵੇਂ ਗੁਰਪ੍ਰੀਤ ਸਿੰਘ ਚੰਦਵਾਜਾ ਹੋਰੀ ਹੋਣ ਜਾਂ ਉਹਨਾਂ ਦੇ ਸਾਰੇ ਸਾਥੀ ਹੋਣ ਬਾਰ ਬਾਰ ਉਦਮ ਕਰਦੇ ਨੇ ਤਾਂ ਘਰ ਦਾ ਕੰਮ ਛੱਡ ਕੇ ਜਾਣਾ ਔਖਾ ਬਹੁਤ ਹੁੰਦਾ ਤੇ ਅੱਜ ਦੇਖਦੇ ਆ ਕਿ ਪੰਜਾਬ ਦੇ ਕਿੰਨੇ ਕੁ ਲੋਕ ਨੇ ਜਿਹੜੇ ਕਿ ਉਸ ਲਹਿਰ ਦੇ ਨਾਲ ਜੁੜ ਕੇ ਕੋਸ਼ਿਸ਼ ਕਰਨਗੇ ਕਿ ਭਾਈ ਆਪਾਂ ਪੰਜਾਬ ਨੂੰ ਪੈਰਾਂਸਰ ਲਿਆਉਣਾ ਇੰਨਾ ਕੰਮ ਤਾਂ ਕਰਨਾ ਹੀ ਪਊਗਾ ਜੇ ਦੇਖੋ ਕਾਠ ਹੋਵੇ ਤੇ ਉਹ ਤੋਂ ਕੁਛ ਨਾ ਕੁਛ ਪ੍ਰੋਡਕਟਿਵਿਟੀ ਨਿਕਲੇ ਆਪਾਂ ਆਸ ਕਰਦੇ ਆ ਪਰ ਮੈਨੂੰ ਆਸ ਘਟ ਹੈ ਓਕੇ ਕਾਰਨ ਇਹ ਵੀ ਇਲੈਕਸ਼ਨਾਂ ਤੋਂ ਪਹਿਲਾਂ ਵੀ ਤੁਹਾਨੂੰ ਧਿਆਨ ਚ ਹੋਣਾ ਵੀ ਕੁਝ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਜਿਨ੍ਹਾਂ ਨੇ ਜ਼ਿਕਰ ਕੀਤਾ ਸੀ ਵੀ ਯਾਰ ਆ ਉਹ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਪਰ ਹਾਮੀ ਭਰਨ ਦੀ ਲੋੜ ਆ ਤੇ ਜਿਹੜੀ ਪੋਲੀਟੀਕਲ ਪਾਰਟੀ ਹਾਮੀ ਭਰੂਗੀ ਅਸੀਂ ਉਹਦੇ ਨਾਲ ਤੁਰਨੂੰ ਤਿਆਰ ਆ ਜੀ ਉਦੋਂ ਵੀ ਆਪਾਂ ਕਿਹਾ ਸੀ ਵੀਰ ਜਾਓ ਆਹੀ ਤਾਂ ਮੌਕਾ ਆ ਉਹ ਕਿਹੜਾ ਵੀ ਕੁਝ ਆਪਣੇ ਲਈ ਮੰਗਦੇ ਆ ਪੰਜਾਬ ਲਈ ਮੰਗਦੇ ਆ ਮਿੱਟੀ ਲਈ ਮੰਗਦੇ ਆ ਪਾਣੀ ਲਈ ਮੰਗਦੇ ਆ ਗਾਂ ਕਹਿ ਲੋਗੇ ਵੀ ਆਮ ਲੋਕਾਂ ਲਈ ਮੰਗਦੇ ਜਾਂ ਆਪਾਂ ਐਂ ਕਹ ਲਈ ਵੀ ਪੰਜਾਬ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਮੰਗਦੇ ਵੀ ਜੇ ਹਵਾ ਪਾਣੀ ਸ਼ੁੱਧ ਹੋਊਗਾ ਤੇ ਜਿਉਂਦੇ ਬਸਦੇ ਰਵਾਂਗੇ ਤੰਦਰੁਸਤ ਰਵਾਂਗੇ ਉਦੋਂ ਵੀ ਕਿਤੇ ਕਿੰਨੇ ਕੁ ਲੋਕਾਂ ਨੇ ਆਮੀ ਭਰੀ ਸੀ ਗੱਲ ਤੁਹਾਡੀ ਠੀਕ ਹੈ ਜਦੋਂ ਤੁਸੀਂ ਆ ਗੱਲ ਕੀਤੀ ਨਾ ਕਿ ਆਸ ਘਟ ਹੈ ਤਾਂ ਮੈਨੂੰ ਇੱਕ ਐਨ ਲਾਈਵ ਐਗਜ਼ਾਮਪਲ ਚ ਤੇ ਆ ਗਈ ਵੈਸੇ ਦਾ ਤੁਹਾਨੂੰ ਕਈ ਗੱਲਾਂ ਦੀ ਆਸ ਪਿਛਲੇ ਸਮੇਂ ਚ ਘਟ ਰਹੀਆਂ ਪਰ ਹੁੰਦੀਆਂ ਰਹੀਆਂ ਚੰਗੀਆਂ ਸੀ ਉਹ ਛੱਤੀਸਗੜ੍ਹ ਭਾਰਤ ਦਾ ਇੱਕ ਸੂਬਾ ਆਦੀਵਾਸੀ ਬਹੁਤ ਲੋਕ ਰਹਿੰਦੇ ਉੱਥੇ ਇਹ ਵੀ ਮੰਨਿਆ ਜਾਂਦਾ ਕਿ ਭਾਈ ਇਲਾਕਾ ਪਛੜਿਆ ਪੰਜਾਬ ਦੇ ਮੁਕਾਬਲ ਤਨ ਜੇ ਗੱਲ ਕਰੀਏ ਐਜੂਕੇਸ਼ਨ ਦੀ ਘਾਟ ਬਹੁਤ ਸਾਰੀਆਂ ਚੀਜ਼ਾਂ ਦੀ ਖੜੇਜ ਪਦਾਰਥ ਬਹੁਤ ਪਰ ਉਹ ਲੋਕਾਂ ਦੇ ਘੱਟ ਹੁੰਦੇ ਆ ਕਿਸੇ ਹੋਰ ਦੇ ਵੱਧ ਹੁੰਦੇ ਆ ਛੱਤੀਸਗੜ੍ਹ ਦੇ ਵਿੱਚ ਜਿਹੜਾ ਵੱਡਾ ਸ਼ਹਿਰ ਹੈ ਰਾਏਪੁਰ ਉੱਥੋਂ 150 ਕਿਲੋਮੀਟਰ 150 ਕਿਲੋਮੀਟਰ ਦੂਰ ਜਾਨੀ ਕਿ ਚੰਡੀਗੜ੍ਹੋਂ ਜਲੰਧਰ ਤੱਕ ਇੱਕ ਪਿੰਡ ਹੈ ਪਾਲਵਾੜੀ ਉਹ ਪਾਲਵਾੜੀ ਪਿੰਡ ਜਿਹੜਾ ਉਹ ਆਸ ਦਿਂਦਾ ਪੰਜਾਬ ਦੇ ਲੋਕਾਂ ਨੂੰ ਕਿ ਠੀਕ ਹੈ ਸਰਕਾਰਾਂ ਕੁਝ ਕਰਦੀਆਂ ਸਿਆਸੀ ਪਾਰਟੀਆਂ ਕੁਝ ਕਰਦੀਆਂ ਕਿ ਨਹੀਂ ਕਰਦੀਆਂ ਉਹ ਇੱਕ ਵੱਖਰੀ ਗੱਲ ਹੈ। ਛੱਤੇਸਗੜ੍ਹ ਦੇ ਵਿੱਚ ਕੋਈ ਸ਼ਰਾਬ ਬੰਦੀ ਨਹੀਂ। ਯਾਨੀ ਕਿ ਉੱਥੇ ਸ਼ਰਾਬ ਬਣਾਉਣ ਦੇ ਕਾਰਖਾਨੇ ਵੀ ਆ ਸ਼ਰਾਬ ਵੇਚਣ ਲਈ ਠੇਕੇ ਵੀ ਆ ਜਿਦਾ ਪੰਜਾਬ 'ਚ ਆ। ਪਰ ਉਹ ਜਿਹੜਾ ਪਾਲਵਾੜੀ ਪਿੰਡ ਆ ਉੱਥੇ 50 ਸਾਲ ਹੋ ਗਏ ਸ਼ਰਾਬ ਨਹੀਂ ਵਿਕੀ। ਉੱਥੋਂ ਦੇ ਲੋਕ ਸ਼ਰਾਬ ਨਹੀਂ ਪੀਂਦੇ। ਇਹ ਨਹੀਂ ਕਿ ਸਰਕਾਰ ਨੇ ਉੱਥੇ ਕਾਨੂੰਨੀ ਪਾਬੰਦੀ ਲਾਤੀ ਹੈ ਕਿਉਂਕਿ ਕਿਹੜਾ ਪਿੰਡ ਆ ਜਿੱਥੇ 2 4 5 7 10 ਬੰਦੇ ਨਹੀਂ ਹੁੰਦੇ। 5 ਦਹਾਕੇ ਪਹਿਲਾਂ ਉਸ ਆਦੀਵਾਸੀ ਇਲਾਕੇ ਦੇ ਵਿੱਚ ਪਿੰਡ ਦੀਆਂ ਬੀਬੀਆਂ ਨੇ ਕਮੇਟੀ ਬਣਾ ਲਈ 50 ਸਾਲ ਪਹਿਲਾਂ ਦੀ ਗੱਲ ਕਰਦਾ ਪਿੰਡ ਦੀਆਂ ਬੀਬੀਆਂ ਨੇ ਕਮੇਟੀ ਬਣਾ ਲਈ ਕਮੇਟੀ ਬਣਾ ਲਈ ਕੰਮ ਔਖਾ ਬੜਾ ਬੰਦੇ ਐ ਕਰਨਗਾ ਤੂੰ ਹੀ ਹੁਣ ਪੀਣੋ ਰੋਕੋਗੇ ਸਾਨੂੰ ਉਹਨਾਂ ਨੇ ਗੁੱਸਾ ਕਿਲਾ ਕਿਸੇ ਨੇ ਨਹੀਂ ਕੀਤਾ ਹਫ਼ਤੇ ਚ ਇੱਕ ਦਿਨ ਨਿਰਧਾਰਤ ਕਰ ਲਿਆ ਅੱਜ ਤੱਕ ਵੀ ਚੱਲਦਾ ਸਾਰੇ ਪਿੰਡ ਦੀਆਂ ਬੀਬੀਆਂ ਸਾਰੀਆਂ ਇਕੱਠੀਆਂ ਹੋ ਕੇ ਕੱਲੀ ਕੱਲੀ ਗਲੀ ਜਾਂਦੀਆਂ ਇਕੱਲੇ ਇਕੱਲੇ ਘਰ ਜਾਂਦੀਆਂ ਜਾ ਕੇ ਸਮਝਾਉਂਦੀਆਂ ਤੇ 50 ਸਾਲਾਂ ਤੋਂ ਨਾ ਸ਼ਰਾਬ ਵਿਕੀ ਨਾ ਸ਼ਰਾਬ ਕੋਈ ਖਰੀਦਾ ਨਾ ਕੋ ਸ਼ਰਾਬ ਪੀਂਦਾ ਤੇ ਅਸਰ ਕੀ ਹੈ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਬੀਬੀਆਂ ਨੇ ਕਮੇਟੀਆਂ ਬਣਾ ਲਈਆਂ ਉੱਥੇ ਵੀ ਕੰਮ ਇਹੀ ਸ਼ੁਰੂ ਹੋ ਗਿਆ ਕਈ ਪਿੰਡਾਂ ਦੇ ਵਿੱਚ ਉੱਥੇ ਐਨ ਮਕਮਲ ਸ਼ਰਾਬ ਬੰਦੀ ਹੈ ਨਾ ਸਰਕਾਰ ਨੇ ਪਾਬੰਦੀ ਲਾਈ ਨਾ ਕੋਈ ਕਾਨੂੰਨ ਬਣਿਆ ਬੀਬੀਆਂ ਕਹਿੰਦੀਆਂ ਕਿ ਘਰ ਦੇ ਪੈਸੇ ਜਿਹੜੇ ਬਚਦੇ ਆ ਮੰਨ ਲਓ ਕਿ ਚਾਰ ਬੋਤਲਾਂ ਘਰ ਚ ਖਪਤ ਹੁੰਦੀ ਹੈ 200 ਦੀ ਬੋਤਲ ਲਾ ਲਓ 800 ਬਚ ਗਿਆ ਉਹ ਬੀਬੀਆਂ ਕਹਿੰਦੀਆਂ 800 ਉਹੀ ਨਿਆਣਿਆਂ ਦੀ ਪੜ੍ਹਾਈ ਤੇ ਨਿਆਣਿਆਂ ਦੀ ਸਿਹਤ ਦੇ ਉੱਤੇ ਲਾਉਣੇ ਆ ਜੇ ਛੱਤੀਸਗੜ ਵਰਗਾ ਸੂਬਾ ਉਹਦੇ ਕੁਝ ਪਿੰਡ 50 ਸਾਲ ਪਹਿਲਾਂ ਇਹ ਦੇਖ ਕੇ ਕਿ ਸ਼ਰਾਬ ਸੇਤ ਨਹੀਂ ਵੀ ਨੁਕਸਾਨਦਾ ਇੱਕ ਆ ਪੈਸੇ ਵੀ ਖਰਾਬ ਹੁੰਦੇ ਆ ਬੀਬੀਆਂ ਉੱਠ ਕੇ ਜਿੱਥੇ ਮਰਦ ਪ੍ਰਧਾਨ ਸਮਾਜ ਐ ਉੱਥੇ ਜਿੱਥੇ ਪੜ੍ਹਾਈ ਘਟ ਐ ਜੇ ਉੱਥੇ ਕੰਮ ਕਰ ਸਕਦੀਆਂ ਕੋਈ ਕਰੇ ਨਾ ਕਰੇ ਜੇ ਪੰਜਾਬ ਦੇ ਲੋਕ ਐਸ ਮੁੱਦੇ ਦੇ ਉੱਤੇ ਇਕੱਠੇ ਹੋਗੇ ਦੇਖੋ ਪਾਣੀ ਕਾਹਦਾ ਪੈਂਦਾ ਹੋਊਗਾ ਕਿਸੇ ਫੈਕਟਰੀ ਦਾ ਪੈਂਦਾ ਹੋਊਗਾ ਕਿਸੇ ਉਦਯੋਗ ਦਾ ਪੈਂਦਾ ਹੋਊਗਾ ਕੋਈ ਪਤਾ ਨਹੀਂ ਹੁੰਦਾ ਲੋਕ ਫੇ ਮੁੜ ਕੇ ਕਹਿਣ ਲੱਗ ਪੈਂਦੇ ਹੁੰਦੇ ਇੱਕ ਟਵਿੱਟਰ ਤੇ ਕੈਂਪੇਨ ਨਹੀਂ ਚਲਾਉਣੀ ਆ ਬਾਈਕਟ ਆਹਾ ਬਾਈਕਟ ਉਹ ਬਾਈਕਟ ਇਹੇ ਆਪੇ ਕੰਮ ਜਾਂਦਾ ਫੇ। ਹਣ ਚਲੋ ਆਪਾਂ ਤੇ ਆਨੇ ਵੀ ਚੰਗੀ ਗੱਲ ਆ। ਦੇਖੋ ਕਾਰਨ ਵੀ ਇਹਦੇ ਜਿ ਕਿਸੇ ਨਾਲ ਕੋਈ ਰੌਲਾ ਤਾਂ ਹੈ ਨਹੀਂ। ਜਿਹੜੀ ਵੀ ਕੋਸ਼ਿਸ਼ ਆ ਉਹ ਤੇ ਇਸ ਚੀਜ਼ ਦੇ ਲਈ ਕੋਸ਼ਿਸ਼ ਆ ਵੀ। ਜਿਹੜਾ ਇੱਕ ਵਾਰ ਉੱਥੋਂ ਪਾਣੀ ਦਾ ਟੋਕਾ ਜਿੱਦਾਂ ਹੁਣ ਤੁਸੀਂ ਸਾਥ ਲੋਈ ਬਿਆਸ ਦੀ ਗੱਲ ਕਰਦੇ ਹੋ ਵਾਲੀ ਕਿ ਹਰੀਕੇ ਪੱਤਨ ਦੋਦ ਰਿਆ ਇਕੱਠੇ ਹੋਈ ਉਸ ਤੋਂ ਬਾਅਦ ਗਾਂ ਨਹਿਰਾਂ ਨਿਕਲ ਗਈਆਂ। ਹੁਣ ਉੱਥੇ ਕੋਈ ਇਹ ਥੋੜਾ ਵੀ ਲੈ ਵੀ ਆਹ ਜਿਹੜੀ ਇੱਕ ਚੂਲੀ ਪਾਣੀ ਦੀ ਆ ਇਹ ਸੀ ਇੱਥੋਂ ਪਾਈ ਇਹ ਨਹਿਰ ਚ ਤੇ ਇਹ ਫਲਾਨੇ ਪਿੰਡ ਦੇ ਫਲਾਨੇ ਵਾਟਰ ਵਰਕਰਸ ਦੇ ਵਿੱਚ ਦੀ ਘੋਮ ਦੀ ਫਲਾਨੀ ਟੁੱਟੀ ਜੋ ਫਲਾਨੇ ਦੇ ਘਰੇ ਜਾਣੀ ਇਦਾਂ ਤੇ ਹੋਣਾ ਨਹੀਂ। ਕੀ ਪਤਾ ਵੀ ਕਿਹੜਾ ਪਾਣੀ ਕਿੱਥੋਂ ਕਿੱਥੋਂ ਤੱਕ ਪੜਨਾ ਇਸ ਕਰਕੇ ਜੇ ਮੇਰੇ ਖਿਆਲ ਨਾਲ ਜੁੜ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਤੇ ਵਧੀਆ ਗੱਲ ਮੈਂ ਤਾਂ ਕਹਿੰਦਾ ਪਾਣੀ ਦੇ ਨਾਲ ਨਾਲ ਉਹ ਕੁਦਰਤੀ ਖੇਤੀ ਵਾਲਾ ਕੰਮ ਹੈ ਕਿ ਤੇ ਪਿੰਡ ਪੱਦਰ ਤੇ ਹੋ ਜੂਗਾ ਨਾ ਜੀ ਉਸ ਸਿਸਟਮ ਦੇ ਬਹੁਤਾ ਕਾਮਯਾਬ ਨਾ ਹੋਣ ਦਾ ਕਾਰਨ ਸਿਰਫ ਸਿਰਫ ਇਹ ਹੋਈ ਵੀ ਏਕਾ ਘਟਾ ਹੁਣ ਜੇ ਮੰਨ ਲਓ ਵੀ ਕੁਦਰਤੀ ਖੇਤੀ ਦੀ ਉਪਜ ਘਟਿਆ ਅਗਲੇ ਨੂੰ ਹੁੰਦਾ ਵੀ ਯਾਰ ਹੁਣ ਇੰਨੀਆਂ ਕੁ ਪਿੰਡੀਆਂ ਇੰਤੇ ਇੰਨੇ ਕ ਆਪਣੇ ਕਦੂ-ਕਦੂ ਜੇ ਤੇ ਇਹ ਕਿੰਨੇ ਲੈਣੇ ਮੈਂ ਸਾਈਕਲ ਤੇ ਰੱਖ ਕੇ ਕਿਧਰ ਤੁਰਾਂ ਫਿਰੂੰ ਹਮ ਪਰ ਜੇ ਉਹੋ ਹੀ ਮੰਨ ਲਓ ਰਕਬਾ ਵਧੇਰੇ ਹੋ ਗਏ ਈ ਮੰਨ ਲਓ ਇੱਕ ਪਿੰਡ ਹੈ ਪਿੰਡ ਦੇ ਇਕਾਈ ਹੈ ਇਕਾਈ ਦੇ ਵਿੱਚ ਵਾਵਾ ਏਕੜ ਦੇ ਵਿੱਚ ਉਹ ਕੁਦਰਤੀ ਖੇਤੀ ਹੁੰਦੀ ਹੈ ਜਦੋਂ ਉਸ ਪਾਰਟਿਕੂਲਰ ਜਿਹੜੀ ਕਹਿ ਲਓ ਕਿ ਵੀ ਖੇਤੀ ਇੱਕ ਕਿਸਮ ਕੁਦਰਤੀ ਖੇਤੀ ਦੀ ਪ੍ਰੋਡਕਸ਼ਨ ਵਧੇਰੇ ਹੋ ਗਈ ਤੇ ਵਪਾਰੀ ਨੇ ਵੀ ਆਪੇ ਪਹੁੰਚ ਜਾਣਾ ਵੀ ਯਾਰ ਫਲਾਣੇ ਥਾਂ ਤੇ ਮੈਂ ਗੱਡੀ ਲੈ ਕੇ ਗਿਆ ਮੇਰੀ ਗੱਡੀ ਉੱਥੋਂ ਇੱਕੋ ਥਾਂ ਤੋਂ ਭਰ ਜਾਣੀ ਹੈ ਉਦੋਂ ਬਾਅਦ ਮੇਰਾ ਕਿਰਾਇਆ ਵੀ ਵੱਜ ਜਾਣਾ ਤੇ ਮੈਂ ਵੱਡੇ ਸ਼ਹਿਰ ਚ ਜਾ ਕੇ ਮਹਿੰਗੀ ਵੇਚ ਲਵਾਂ ਹਮਮ ਕਾਰਨ ਸਿਰਫ ਇਹ ਆ ਵੀ ਜਦੋਂ ਕੋਈ ਇਕੱਠ ਬਣਦਾ ਫੇਰ ਆਸ ਹੁੰਦੀ ਆ ਵੀ ਹਾਂ ਯਾਰ ਇਸ ਇਕੱਠ ਚੋਂ ਕੁਛ ਨਾ ਕੁਛ ਨਿਕਲ ਸਕਦਾ ਹਾਂ ਕੱਲਾ ਦੁਕੱਲਾ ਬੰਦਾ ਕਈ ਵਾਰਾਂ ਕੋਸ਼ਿਸ਼ ਕਰਦਾ ਤੇ ਉਹਨੂੰ ਲੱਗਦਾ ਵੀ ਯਾਰ ਮੈਂ ਕਰ ਰਿਹਾ ਪਹੁੰਚ ਨਹੀਂ ਰਿਹਾ ਜਾਂ ਫਿਰ ਕਿਤੇ ਕਿਤੇ ਅਗਲਾ ਪਤਾ ਦੇ ਲਈ ਛੱਡ ਜਾਂਦਾ ਵੀ ਨਹੀਂ ਯਾਰ ਇਹ ਜੇ ਕੋਈ ਨਵੀਂ ਦੁਨੀਆ ਕਰਦੀ ਤੇ ਫਿਰ ਨਾ ਸਹੀ ਹੁਣ ਮੈਂ ਤੇ ਆਪਣੇ ਜੋਗੇ ਬੀਜ ਲਈ ਨੇ ਬਦ ਦਫਾ ਕਰੂ ਹੈਨਾ ਬਾਕੀ ਗੱਲ ਸੰਧਾਲੀਆ ਸਭ ਪਹਿਲ ਕਦਮੀ ਨਹੀਂ ਹੁੰਦੀ ਐ ਮੈਂ ਇੱਕ ਸਵਾਲ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਛੱਡਦਾ ਪੰਜਾਬ ਦੇ ਮਾਲਵਾ ਇਲਾਕੇ ਚ ਇੱਕ ਪਹਿਲ ਕਦਮੀ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਹੋਈ ਐ ਪਹਿਲ ਕਦਮੀ ਕੀ ਸ਼ੁਰੂ ਹੋਈਆ ਕਿਤਾਬਾਂ ਬੜੀਆਂ ਮਹਿੰਗੀਆਂ ਨੇ ਨਿਆਣੀਆਂ ਅੱਜਕੱਲ ਹਰ ਮਾਪਾ ਕਿਤਾਬਾਂ ਵਾਲੀ ਦੁਕਾਨ ਤੇ ਆ ਐਨੇ ਜੀ ਪੈਨ ਦੇ ਦਿਓ ਐਨੀਆਂ ਜੀ ਕਾਪੀਆਂ ਦੇ ਦਿਓ ਐਨੀਆਂ ਇਹਨੂੰ ਜਿਲਦਾਂ ਦੇ ਦੇ ਦਿਓ ਐਨੀਆਂ ਕਿਤਾਬਾਂ ਦੇ ਦੇ ਦਿਓ ਸਕੂਲ ਚ ਫੀਸ ਦੇ ਕੇ ਆਇਆ ਫੰਡ ਦੇ ਕੇ ਆਇਆ ਕਿਉਂਕਿ ਪ੍ਰਾਈਵੇਟ ਸਕੂਲਾਂ ਚ ਪੜਾਉਣੇ ਨੇ ਲੈਣੇ ਆਪਾਂ ਹੁਣ ਉਹ ਵੱਡਾ ਸਾਰਾ ਵਰਕਾ ਬਣ ਜਾਂਦਾ 10000 ਲੱਗਿਆ 20 ਲੱਗਿਆ 26 ਲੱਗਿਆ ਕਈਆਂ ਦੇ ਨੇ ਬੱਚੇ ਤਿੰਨ ਜਾਂ ਚਾਰ ਹੁੰਦੇ ਆ ਉਹ ਤਾਂ ਕਹਿੰਦੇ ਕਿ ਭਾਈ ਕੜ ਪਾਟ ਗਿਆ ਹੀ ਕੰਮ ਹੀ ਹੋ ਗਿਆ ਹੀ ਹੁਣ ਐਨੇ ਪੈਸੇ ਲੱਗ ਗਏ ਹੁਣ ਉੱਥੇ ਹੋ ਸਕਦਾ ਕਿ ਅਸੀਂ ਤੁਸੀਂ 4 ਦਿਨ ਗੱਲਾਂ ਕਰੀਏ ਖਬਰਾਂ ਜਦੋਂ ਦਾਖਲੇ ਹੁੰਦੇ ਆ ਮੁਰਖੇ ਚੁੱਪ ਕਰ ਜੀ ਮਾਲਵੇ ਦੇ ਇੱਕ ਇਲਾਕੇ ਚ ਕਿਹੜਾ ਇਲਾਕਾ ਕੌਣ ਕਰਦਾ ਕਿੱਥੇ ਕਰਦਾ ਪਤਾ ਜਿਨ੍ਹਾਂ ਨੂੰ ਹੈਗਾ ਉਹ ਟਿੱਪਣੀਆਂ ਜ਼ਰੂਰ ਕਰਦੇ ਹੋ ਉੱਥੇ ਇੱਕ ਵਿਅਕਤੀ ਵਿਸ਼ੇਸ਼ ਨੇ ਕੰਮ ਸ਼ੁਰੂ ਕੀਤਾ ਸੰਸਥਾ ਬਣਾਈ ਪਹਿਲਾਂ 20 ਲੋਕਾਂ ਨੂੰ ਕਿ ਪਾਈ ਜੇ ਤੁਹਾਡੇ ਕੋਲ ਕਿਤਾਬਾਂ ਹੈਗੀਆਂ ਤੁਹਾਡੇ ਬੱਚਿਆਂ ਨੇ ਕਿਤਾਬਾਂ ਜਿਹੜੀਆਂ ਹੈਗੀਆਂ ਤੁਸੀਂ ਉਹ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਕਿਤਾਬਾਂ ਸਾਡੇ ਕੋਲੇ ਹੋਰ ਕਿਹੜੇ ਬੱਚੇ ਦੀਆਂ ਹੈਗੀਆਂ ਚੇਂਜ ਕਰ ਲਾਂਗੇ ਐਕਸਚੇਂਜ ਕਰ ਲਾਂਗੇ ਕੋਈ ਗੱਲ ਨਹੀਂ ਤੁਸੀਂ ਲੈ ਜਿਓ ਦੇ ਦਿਓ ਹੌਲੀ ਹੌਲੀ 200 ਬੰਦੇ 300 ਬੰਦੇ ਬੰਦਿਆਂ ਦੀ ਗਿਣਤੀ ਵਧ ਗਈ ਪਰਿਵਾਰਾਂ ਦੀ ਜਿਹੜੇ ਪੱਕੇ ਹੀ ਨਾਲ ਜੁੜ ਗਏ ਉਹ ਮੇਲਾ ਲਾ ਦਿੰਦੇ ਆ ਇੱਕ ਦਿਨ ਨਰਧਾਰਤ ਕਰ ਦਿੰਦੇ ਆ ਸੁਨੇਹਾ ਭੇਜ ਦਿੰਦੇ ਆ ਕਿ ਜਿਹੜੀਆਂ ਤੁਹਾਡੇ ਕੋਲੇ ਬਾਧੂ ਕਿਤਾਬਾਂ ਨੇ ਤੁਹਾਡੇ ਬੱਚੇ ਪੜ ਗਏ ਉਹ ਲੈ ਕੇ ਆ ਜਾਓ ਤੇ ਉੱਥੇ ਵੀਰੋਂ ਲਿਖ ਕੇ ਲਾ ਲੈਂਦੇ ਆ ਮੂਰੇ ਤੇ ਜਿਹੜੀਆਂ ਤੁਹਾਨੂੰ ਚਾਹੀਦੀਆਂ ਜੇ ਹੋਰ ਕਿਸੇ ਕੋਲ ਬਾਧੂ ਆ ਤੋ ਉਹ ਤੁਹ ਲੈ ਜਾਓ ਨਾ ਤੁਸੀਂ ਰੁਪਈਆ ਦੇਣਾ ਤੇ ਨਾ ਰੁਪਈਆ ਲੈਣਾ ਜ਼ਰੂਰੀ ਨਹੀਂ ਕਿ ਜੇ ਤੁਸੀਂ ਕਿਤਾਬਾਂ ਉੱਥੇ ਲੈਣੀਆਂ ਤਾਂ ਤੁਸੀਂ ਆਪਣੀਆਂ ਕਿਤਾਬਾਂ ਲੈ ਕੇ ਜ਼ਰੂਰ ਆਓ ਹੋ ਸਕਦਾ ਤੁਹਾਡੇ ਬੱਚੇ ਦੇ ਕੋਲੇ ਉਹ ਕਿਤਾਬਾਂ ਨਾ ਹੋਣ ਜਾਂ ਕੁਝ ਵੀ ਹੋ ਜਾਏ। ਯਾਨੀ ਜਦੋਂ ਇਦਾਂ ਦੇ ਐਕਸਚੇਂਜ ਮੇਲੇ ਲੱਗਣ ਲੱਗ ਪੈਂਦੇ ਆ ਉਹ ਵੀ ਤਾਂ ਇੱਕ ਫੁਰਨਾ ਹੀ ਆ ਨਾ। ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਇੱਕ ਇਲਾਕੇ ਦੇ ਲੋਕਾਂ ਨੇ ਸੋਚਿਆ ਕਿ ਭਾਈ ਆਹ ਕੰਮ ਹੋਇਆ ਉਹਨਾਂ ਨੇ ਕਰ ਦਿੱਤਾ। ਬਾਕੀ ਕਰ ਲੈਣਗੇ। ਉਦਮ ਕਰਨਾ ਪੈਣਾ। ਕੁਦਰਤੀ ਖੇਤੀ ਵੀ ਸ਼ੁਰੂ ਹੋ ਜੂ। ਆ ਗੰਦਾ ਪਾਣੀ ਜਿਹੜਾ ਪਦਾਰਥਾਂ ਵਾਲਾ ਪਾਣੀ ਪੈਂਦਾ ਹੈ ਬੁੱਢੇ ਨਾਲੇ ਚ ਸਤਲੋਈ ਦੇ ਵਿੱਚ ਉਹ ਵੀ ਬੰਦ ਹੋ ਜੂ ਨਸ਼ੇ ਵਿਕਣੇ ਵੀ ਬੰਦ ਹੋ ਸਕਦੇ ਆ ਜੇ ਉੱਥੇ ਬੀਬੀਆਂ ਇਕੱਠੀਆਂ ਹੋ ਕੇ ਸ਼ਰਾਬ ਬੰਦ ਕਰਾ ਸਕਦੀਆਂ ਚਿੱਟਾ ਵੀ ਤਾਂ ਬੰਦ ਹੋਈ ਸਕਦੀ ਨਹੀਂ ਬਿਲਕੁਲ ਹੋ ਸਕਦਾ ਆ ਦੇਖੋ ਕਿਤਾਬਾਂ ਵਾਲੀ ਗੱਲ ਤੇ ਕਿੰਨੀ ਵਧੀਆ ਭਈ ਆਪਹੋਂ ਦੇ ਖੋਣ ਦੀ ਰੇਟ ਦੇ ਵਿੱਚ ਜੇ ਕੋਈ ਚੰਗੀਆਂ ਮੰਨ ਲਓ ਕਿਤਾਬਾਂ ਆਖ ਜੀ ਫਲਾਨੇ ਆਥਰ ਦੀ ਚਾਹੀਦੀ ਹੈ ਜੀ ਫਲਾਨੀ ਸਟੱਡੀ ਦੇ ਲਈ ਫਲਾਨੀ ਕਿਤਾਬ ਹੀ ਚਾਹੀਦੀ ਹੈ ਜੀ ਤੇ ਉਹ ਕਿਤਾਬਾਂ ਅਚਾਨਕ ਪਿਛਲੇ ਸਾਲ ਕੋਈ ਰੇਟ ਹੁੰਦਾ ਅਗਲੇ ਸਾਲ ਉੱਤੀ ਰਾਪਰ ਜੀ ਇੰਨਾ ਵਧ ਗਿਆ ਹੁਣ ਪਤਾ ਨਹੀਂ ਵੀ ਸਿਆਹੀ ਮਹਿੰਗੀ ਹੋਈ ਕਿ ਕਾਗਜ਼ ਮਹਿੰਗਾ ਹੋ ਪਰ ਕਾਰਨੇ ਵੀ ਕਿਤਾਬ ਚ ਲਿਖਿਆ ਤੇ ਉਹ ਯਹਾਂ ਉਹਦਾ ਐਡੀਸ਼ਨ ਹੋ ਸਕਦਾ ਵੀ ਐਸ ਐਡੀਸ਼ਨ ਦੀ ਹੋ ਐਸ ਐਡੀਸ਼ਨ ਦੀ ਐਸ ਐਡੀਸ਼ਨ ਦੀ ਹੈ ਥੋੜੀ ਬਹੁਤ ਚੇਂਜ ਹੋ ਸਕਦੀ ਨਹੀਂ ਤਾਂ ਬਹੁਤਾ ਕਰਕੇ ਸੇਮ ਹੀ ਹੁੰਦੀ ਹੈ ਉਹ ਜੇ ਕਿਸੇ ਜਵਾਗ ਦੇ ਕੰਮ ਆ ਗਈ ਤੇ ਉਹਦੀ ਡਿਗਰੀ ਚ ਕੰਮ ਆ ਜਾਣੀ ਹੈ ਜਾਂ ਉਹਦੀ ਕਲਾਸ ਪਾਸ ਹੋ ਜਾਣੀ ਹੈ ਆਦਰਵਾਇਜ਼ ਫਿਰ ਉਹਦਾ ਇੱਕੋ ਹੀ ਕੰਮ ਹੁੰਦਾ ਵੀ ਉਹ ਦੋ ਬੋਰੀਆਂ ਵਾਲਾ ਬੰਦਾ ਹੁੰਦਾ ਇੱਕ ਉਹਦੇ ਕੋਲੇ ਸਾਈਕਲ ਹੁੰਦਾ ਤੇ ਉਹ ਪਿੰਡ ਪਿੰਡ ਓਕਾ ਦਿੰਦਾ ਹੁੰਦਾ ਵੀ ਹਾਂ ਵੀ ਰੱਦੀ ਵੇਚ ਲਓ ਤੇ ਉਸ ਰੱਦੀ ਚ ਪਤਾ ਨਹੀਂ ਵੀ ਉਹਨਾਂ ਸਾਰੀਆਂ ਕਿਤਾਬਾਂ ਦੇ ਕਿਸੇ ਨੂੰ 10 ਮਿਲਣੇ ਕਿ ਕਿਸੇ ਨੂੰ 15 ਮਿਲਣੇ ਮੋਟੀ ਜੀ ਗੱਲ ਹੈ ਕਿ ਇੱਕ ਬੋਤਲ ਜਿੰਨੇ ਵੀ ਸਿੱਧੀ ਗੱਲ ਹੈ ਉਹ ਕਿਸੇ ਦਾ ਸਾਲ ਲੰਘ ਜਾਣਾ ਸਾਲ ਲੰਘ ਜਾਣਾ ਕੀ ਪਤਾ ਕਿਸੇ ਨੂੰ ਡਿਗਰੀ ਮਿਲ ਜAVE ਉਹਦੇ ਵਿੱਚ ਆਪਾਂ ਵੱਡੀਆਂ ਕਲਾਸਾਂ ਦੀ ਵੀ ਗੱਲ ਕਰ ਲੈਂਦੇ ਆ ਸੋ ਵਧੀਆ ਗੱਲ ਹੈ ਜੇ ਇਸ ਤਰ੍ਹਾਂ ਕਾਰਨ ਇਹ ਆ ਵੀ ਸਾਰਾ ਕੁਝ ਆਪਾਂ ਜੇ ਆਖੀਏ ਵੀ ਉੱਪਰ ਲਿਆਂਨੇ ਕਰਦਣਾ ਲੀਡਰਾਂ ਕਰਦਣਾ ਪ੍ਰਸ਼ਾਸਨ ਨੇ ਕਰਦਣਾ ਉਹ ਵੀ ਨਹੀਂ ਹੁੰਦਾ ਬੰਦਾ ਆਪਣੇ ਤੌਰ ਤੇ ਵੀ ਥੋੜਾ ਥੋੜਾ ਹੰਬੜਾ ਮਾਰਨਾ ਸ਼ੁਰੂ ਕਰੇ ਤੇ ਜਿੱਦਾਂ ਹੁਣ ਆ ਉਦਾਹਰਣ ਜੇ ਛਤੀਸਗੜ੍ਹ ਦੀ ਸੀਗੀ ਹੋ ਸਕਦਾ 2 4 5 ਉਦਾਹਰਨਾਂ ਪੰਜਾਬ ਦੇ ਪਿੰਡਾਂ ਚੋਂ ਨਿਕਲਣ ਲੱਗ ਪਣ ਬકરી ਬકરી ਤਰ੍ਹਾਂ ਦੀਆਂ ਤੇ ਫਿਰ ਇਹਦਾ ਵੇਖਸ ਵੇਖ ਹੀ ਹੁੰਦਾ ਹੁਣੇ ਆਪਾਂ ਜਿੱਦੋਂ ਕਿ ਕਿਸ ਨੇ ਹਵੇਲੀ ਬਣਾ ਲਈ ਉਹਦੇ ਚਲੋ ਪੈਸੇ ਵਾਲਾ ਕੰਮ ਹੈ ਕੱਲੇ ਦਗਲੇ ਵਾਲਾ ਕੰਮ ਹੈ ਪਰ ਉਹਦੇ ਬਾਅਦ ਇੱਕ ਦੂਜਾ ਤੀਜਾ ਚੌਥਾ ਪੰਜਵਾਂ ਸਾਰੇ ਬਣਾਉਣ ਲੱਗ ਪਏ ਜੇ ਪਿੰਡਾਂ 'ਚ ਇਹੋ ਜਿਹਾ ਕੰਮ ਹੋ ਗਿਆ ਤੇ ਉਹ ਵੀ ਤੁਰ ਹੀ ਸਕਦਾ ਤੁਰ ਸਕਦਾ ਜੀ ਬਾਕੀ ਸੰਧਾਲੀਆ ਸਾਹਿਬ ਹੁਣ ਜੇ ਆਪਾਂ ਪੰਜਾਬ ਵਾਲੇ ਪਾਸੇ ਨੂੰ ਤੁਰੀਏ ਨਹੀਂ ਅੱਗੇ ਮੈਂ ਉਹ ਪੰਜਾਬ 'ਚ ਸੀਗੇ ਉਹ ਮਰੇ ਅਸਲੀ ਪੰਜਾਬ 'ਚ ਅੱਛਾ ਰਾਜਨੀਤੀ ਵਾਲਾ ਹਾਂ ਪੋਲੀਟੀਕਲ ਪੋਲੀਟੀਕਲ ਪੰਜਾਬ ਉੱਥੇ ਉਹਨਾਂ ਹਾਲਾਤੇ ਬਣ ਗਿਆ ਨਵਜੋਤ ਸਿੰਘ ਸਿੱਧੂ ਹੋਰੀ ਖੁਦ ਦੌੜੇ ਭੱਜੇ ਫਿਰਦੇ ਆ ਕਿ ਭਾਈ ਕਾਂਗਰਸ ਬਚਾਉਣੀ ਬਚਾਉਣੀ ਹੈ ਅਸਤੀਫਾ ਜੇ ਮਨਜ਼ੂਰ ਨਹੀਂ ਜ਼ੀਰਾ ਹਲਾਕੇ ਚ ਗਿਆ ਸੀ ਉਹਦੇ ਤੋਂ ਬਾਅਦ ਲੁਧਿਆਣੇ ਚਲੇ ਗਿਆ ਉੱਥੇ ਇੱਕ ਕਾਂਗਰਸੀ ਵਰਕਰ ਦੀ ਮੌਤ ਹੋਈ ਕਤਲ ਹੋਇਆ ਤੇ ਉੱਥੇ ਆ ਕੇ ਪ੍ਰਸ਼ਾਸਨ ਨੂੰ 48 ਘੰਟੇ ਦਾ ਸਮਾਂ ਦੇ ਕੇ ਆਏ ਕਿ ਭਾਈ ਇਨਸਾਫ ਦੇ ਦਿਓ ਨਹੀਂ ਤਾਂ ਫਿਰ ਸਾਨੂੰ ਸੜਕਾਂ ਤੇ ਉਤਰਨਾ ਆਉਂਦਾ ਹੈ ਫਿਰ ਕਹਿੰਦੇ ਜੀ ਆ ਦੇਖੋ ਗੁਰਦਾਸਪੁਰ ਦੇ ਵਿੱਚ ਵੀ ਸਾਡੇ ਬੰਦੇ ਕਤਲ ਕਰ ਦਿੱਤੇ ਗਏ ਮੈਂ ਕਹਿੰਦੇ ਇੰਨੀ ਕਤਲੋਗਾਰਦ ਕਿਸੇ ਵੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਹੁੰਦੀ ਨਹੀਂ ਦੇਖੀ ਜਿੰਨੀ ਮੈਂ ਹੁਣ ਆ ਸਰਕਾਰ ਦੇ ਕਾਰਜਕਾਲ 'ਚ ਹੁੰਦੀ ਦੇਖੀ ਹੈ ਠੀਕ ਹੈ ਉਹਨਾਂ ਨੇ ਕਹਿ ਦਿੱਤਾ ਤੇ ਇਹ ਵੀ ਕਿਤਨੇ ਕਿਤੇ ਚਰਚਾ ਚੱਲਦੀ ਹੈ ਕਿ اچانک ਨਵਜੋਤ ਸਿੰਘ ਸਿੱਧੂ ਸਰਗਰਮ ਨਹੀਂ ਹੋ ਸਕਦੇ ਚਰਚਾ ਚੱਲਦੀ ਹੈ ਕਿ ਕਿਤੇ ਇਹ ਤਾਂ ਨਹੀਂ ਹਾਈ ਕਮਾਂਡ ਦੇ ਵਿੱਚੋਂ ਕਿਸੇ ਨੇ ਕਿਹਾ ਹੋਵੇ ਠੀਕ ਹੈ ਸਿੱਧੂ ਸਾਹਿਬ ਉਹਦੋਂ ਤੁਹਾਨੂੰ ਮੌਕਾ ਨਹੀਂ ਦੇ ਸਕੇ ਤੁਸੀਂ ਇੱਕ ਵਾਰੀ ਕਰੋ ਪੈਰਾਂ ਸਿਰ ਫਿਰ ਜੇ ਪਾਰਟੀ ਪੈਰਾਂ ਸਿਰ ਹੁੰਦੀ ਹੈ ਕਿਉਂਕਿ اچانک ਸਿੱਧੂ ਸਾਹਿਬ ਦਾ ਉੱਠ ਪੈਣਾ اچانک ਪਾਰਟੀ ਦੇ ਕਈ ਲੀਡਰ ਜਿਹੜੇ ਕਦੇ ਉਹਨਾਂ ਦੇ ਨੇੜੇ ਤੱਕ ਨਹੀਂ ਸੀ ਖੜਦੇ ਉਹਨਾਂ ਦੇ ਨਾਲ ਤੁਰ ਪੈਣਾ ਅੰਦਾਜ਼ਾ ਲੱਗਦਾ ਕਿ ਕੰਮ ਇਧਰਲੇ ਪਾਸੇ ਨੂੰ ਹੁੰਦਾ ਹੋਊਗਾ ਦੋ ਬੰਦਿਆਂ ਦੀ ਬੜੀ ਚਰਚਾ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਰਵਨੀਤ ਬਿੱਟੂ ਕਿ ਉਹ ਵੀ ਕਾਂਗ ਹੁਣ ਸਿੱਧੂ ਸਾਹਿਬ ਸਰਗਰਮ ਹੋ ਗਏ ਅਚਾਨਕ ਬਿੱਟੂ ਸਾਹਿਬ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਫੋਟੋ ਆਉਂਦੀਆਂ ਕਿ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਮਿਲਣ ਗਿਆ ਮੁਲਾਕਾਤ ਬੜੇ ਸਤਿ ਭਾਵਨਾ ਭਰਪੂਰ ਮਾਹੌਲ ਦੇ ਵਿੱਚ ਹੋਈ ਮੈਂ ਪੰਜਾਬ ਦੇ ਕੁਝ ਭੱਖਦੇ ਮਸਲਿਆਂ ਦੇ ਉੱਤੇ ਉਹਨਾਂ ਦੇ ਨਾਲ ਚਰਚਾ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਸੁਹਿਰਦਤਾ ਪੂਰਕ ਵਿਚਾਰ ਕੀਤੀ ਜਾਊਗੀ ਅਸਲ ਗੱਲ ਜਿਹੜੀ ਹੈ ਨਾ ਉਹ ਫੋਟੋ ਦੀ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਭਗਵੰਤ ਮਾਨ ਹੋਲੀ ਜਾਂਦੇ ਆ ਜਾਂ ਉਸ ਤੋਂ ਪਹਿਲਾਂ ਚੰਨੀ ਹੋਣੀ ਜਾਂਦੇ ਆ ਤਾਂ ਹੁਣ ਇੱਕ ਸੂਬੇ ਦੇ ਮੁੱਖ ਮੰਤਰੀ ਵੱਲੋਂ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਣਾ ਐਂਡ ਉਹਦੇ ਵਿੱਚ ਵੀ ਦੂਰੀ ਜੀ ਬਣਾ ਕੇ ਮਿਲਣਾ ਐਂਡ ਈਵਨ ਉਦੋਂ ਤਾਂ ਮਾਸਕ ਵਾਲਾ ਕੰਮ ਹੀ ਸੀਗਾ ਜਦੋਂ ਭਗਵੰਤ ਮਾਨ ਰੋਣ ਦੀ ਗੱਲ ਕੀਤੀ ਉਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਮਾਸਕ ਲਾਇਆ ਸੀ ਭਾਵੇਂ ਕਿ ਮਾਨ ਸਾਹਿਬ ਨੇ ਨਹੀਂ ਲਾਇਆ ਸੀ ਪਰ ਇਸ ਫੋਟੋ 'ਚ ਨਾ ਤਾਂ ਬਿੱਟੂ ਸਾਹਿਬ ਨੇ ਮਾਸਕ ਲਾਇਆ ਨਾ ਪ੍ਰਧਾਨ ਮੰਤਰੀ ਜੀ ਨੇ ਮਾਸਕ ਲਾਇਆ ਤੇ ਜਿੱਦਾਂ ਨੇੜੇ ਚਾਰੇ ਹੱਥ ਜੋੜ ਕੇ ਦੋ ਉਹਨਾਂ ਦੇ ਦੋ ਉਹਨਾਂ ਦੇ ਉਹ ਫੋਟੋ ਉਹਨਾਂ ਨੇ ਲਾਈ ਏ ਉਹਦੇ 'ਚ ਹਾਲਾਂਕਿ ਉਹਨਾਂ ਨੇ ਉਹ ਕੁਝ ਬਹੁਤਾ ਸਥਾਰ ਤੇ ਨਹੀਂ ਦਿੱਤਾ ਹੂੰ ਹੂੰ ਪਰ ਕਿਆਫੇ ਅੰਦਾਜ਼ੀ ਕਈ ਤਰ੍ਹਾਂ ਦੇ ਲੱਗਣ ਲੱਗ ਪਏ ਵੀ ਇੰਨੀ ਨੇੜਤਾ ਦੇਖੋ ਕਈ ਕਈ ਗੱਲਾਂ ਦੇ ਸੰਧਾਲੀਆ ਸਾਹਿਬ ਹੁੰਦੀਆਂ ਬਿੱਟੂ ਸਾਹਿਬ ਲਗਾਤਾਰ ਤਿੰਨ ਵਾਰ ਦੇ ਐਮਪੀ ਨੇ ਇਲੈਕਸ਼ਨ ਉੱਪਰੋਂ ਸਿਰ ਤੇ ਆਈ ਖੜੀ ਐ ਉਹ ਉਹ ਕਹਿੰਦੇ ਉਹਦੇ ਕਾਂਗਰਸ ਦੇ ਪੱਕੇ ਬੰਦੇ ਆ ਕਿਉਂਕਿ ਉਹੋ ਇੱਕੋ ਇੱਕ ਲੀਡਰ ਨੇ ਪੰਜਾਬ ਦੇ ਜਿਹੜੇ ਕਹਿੰਦੇ ਉਹ ਹਾਈ ਕਮਾਂਡ ਦਾ ਕੋਈ ਕਸੂਰ ਨਹੀਂ ਅਚਾਨਕ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਣ ਜਾਣਾ ਪਤਾ ਨਹੀਂ ਕਦੋਂ ਦਾ ਸਮਾਂ ਲੈਂਦੇ ਹੋਣੇ ਪਰ ਇਹਦੇ ਨਾਲ ਕੇਰੀ ਹੁੰਦਾ ਕਿ ਪਾਰਟੀ ਦੇ ਅੰਦਰ ਵੀ ਕਿਤੇ ਮਾੜਾ ਮਰ ਦੱਸਤਾ ਜਣਾ ਵੀ ਦੇਖ ਲੋ ਦੇਖ ਲਓ ਫਿਰ ਹਾਂ ਨਹੀਂ ਤਾਂ ਮੈਂ ਦੇਖ ਲਉ ਇਹ ਨਾ ਉਹ ਦੇਖ ਲਈ ਜਾਊਗੇ ਪਰ ਨਹੀਂ ਚਲੋ ਅਜੀ ਉਹਨਾਂ ਨੇ ਇਹੋ ਜਿਹਾ ਕੋਈ ਇਸ਼ਾਰਾ ਨਹੀਂ ਦਿੱਤਾ ਆਪਾਂ ਇਹਦੇ ਤੇ ਗੱਲ ਨਹੀਂ ਕਰੀ ਨਾ ਇਦਾਂ ਹੋ ਸਕਦੀ ਹੈ ਹਾਂ ਨਾ ਇਦਾਂ ਹੋ ਸਕਦੀ ਪਰ ਹਾਂ ਇਦਾਂ ਵੀ ਫੋਟੋ ਤਸਵੀਰ ਉਹਨਾਂ ਨੇ ਸਾਂਝੀ ਕੀਤੀ ਦੁਬਾਰਾ ਗੱਲ ਕਰੀਏ ਸਿੱਧੂ ਸਾਹਿਬ ਦੀ ਉਹ ਗੱਲ ਕਿਤੇ ਨਾ ਕਿਤੇ ਉਹਦੇ ਚ ਲੱਗਦੀ ਆ ਵੀ ਸਿੱਧੂ ਸਾਹਿਬ ਦੀ ਸਰਗਰਮੀ ਐਵੇਂ ਨਹੀਂ ਜਾਪਦੀ ਹੁਣ ਜੇ ਦੇਸੀ ਆਧਾਰਨ ਦੇਣੀ ਹੋਵੇ ਤਾਂ ਕਿਸੇ ਕੋਲ ਹੁੰਦਾ ਨਾ ਵੀ ਉਹ ਯਾਰ ਲਾਇਸੈਂਸ ਬਣਾਉਣਾ ਉਹ ਕਹਿੰਦੇ ਕੋਈ ਨਹੀਂ ਲਾਇਸੈਂਸ ਤੇ ਦੇ ਦੇ ਦਿਆਂਗੇ ਪਹਿਲਾਂ ਗੱਡੀ ਚਲਾ ਕੇ ਵਿਖਾਓ ਹੈ ਨਾ ਵੀ ਕਿਤੇ ਇਦਾਂ ਦੇ ਨਹੀਂ ਵੀ ਲਾਇਸੈਂਸ ਜਿਹੜਾ ਉਹ ਦੇਣ ਤੋਂ ਪਹਿਲਾਂ ਇੱਕ ਵਾਰ ਗੱਡੀ ਚੈੱਕ ਕੀਤੀ ਜਾ ਰਹੀ ਵੀ ਆਂ ਜੀ ਚਲਾ ਕੇ ਵਿਖਾਓ ਵੀ ਬੰਦਾ ਠੀਕ ਲਾਉਂਦਾ ਬੈਕ ਵੀ ਲਾਉਂਦਾ ਅੱਗੇ ਪਿੱਛੇ ਮੋੜਦਾ ਬਲਾਈਂਡ ਸਪੌਟ ਚੈੱਕ ਕਰਦਾ ਹੈ ਨਾ ਸੁਮਨ ਲੱਗਦਾ ਵੀ ਉਹ ਉਹ ਦਿਸਿਆ ਹੀ ਨਹੀਂ ਆ ਆ ਨਹੀਂ ਚਲੋ ਹੁਣ ਦੇਖੋ ਵੀ ਜੇ ਸਿੱਧੂ ਸਾਹਿਬ ਇਹਦੇ ਚ ਕਾਮਯਾਬ ਹੁੰਦੇ ਹੈ ਕਿ ਨਹੀਂ ਹੁੰਦੇ ਪਰ ਨਾਲ ਟਵੀਟਾਂ ਵਾਲਾ ਦੌਰ ਵੀ ਤੇ ਚੱਲ ਪਿਆ ਨਾ ਨਹੀਂ ਦੇਖੋ ਸੰਧਾਲੀ ਸਭ ਕਈ ਵਾਰੀ ਨਾ ਬੰਦਾ ਨਿਰਾਸ਼ ਹੁੰਦਾ ਨਿਰਾਸ਼ ਹੁੰਦਾ ਬਾਬਾ ਤੇ ਇੰਨਾ ਥੱਕਿਆ ਹੁੰਦਾ ਕਹੇ ਰਿਆਂ ਕੰਨ ਤੇ ਹੱਥ ਰੱਖ ਲੈਂਦਾ ਉਹਨੂੰ ਕਹਣਾ ਇਦਾਂ ਨਹੀਂ ਥੋੜਾ ਜਿਹਾ ਇਦਾਂ ਵਧੀਆ ਤਰੀਕੇ ਨਾਲ ਚੰਗੀ ਤਰ੍ਹਾਂ ਸੰਤੋਸ਼ਟ ਹੋ ਕੇ ਬਾ ਮੱਥਾ ਵਿਲਾ ਲਓ ਹੁਣ ਕਾਂਗਰਸ ਨੂੰ ਨਿਰਾਸ਼ਾ ਦੇ ਦੌਰ ਚੋਂ ਕੱਢਣਾ ਹੀ ਭਾਈ ਨਿਰਾਸ਼ਾ ਦੇ ਦੌਰ ਚੋਂ ਇਸ ਕਰਕੇ ਕੱਢਣਾ ਕਿਉਂਕਿ ਉਹਨਾਂ ਦੀ ਵਿਰੋਧੀ ਧਰਤੀ ਭੂਮਿਕਾ ਤੇ ਉਹ ਚੰਗੇ ਤਰੀਕੇ ਦੇਖਣ ਕਿ ਕੀ ਹੁੰਦਾ ਚੰਗੇ ਤਰੀਕੇ ਉਹਦੇ ਉੱਤੇ ਗੱਲ ਕਰਨ ਆਪਸ ਦੇ ਵਿੱਚ ਹੀ ਨੇ ਰਲ ਕੇ ਬੈਠਦੇ ਮੈਂ ਇਸ ਗੱਲ ਨੂੰ ਬੜਾ ਹੈਰਾਨ ਉਹਨਾਂ ਦੇ ਕੋਲੇ ਬੰਦੇ ਬਹੁਤ ਸੀ ਇੱਕ ਮੁੱਖ ਮੰਤਰੀ ਸਨ ਪਿਛਲੇ ਚੰਨੀ ਸਾਹਿਬ ਦੋ ਉਪ ਮੁੱਖ ਮੰਤਰੀ ਸਨ ਤਿੰਨ ਚਾਰ ਕਾਰਜਕਾਰੀ ਪ੍ਰਧਾਨ ਵੀ ਲਾਇਓ ਸੀ ਉਹਨਾਂ ਨੇ ਹੁਣ ਕਿਤੇ ਕਤਲ ਹੋ ਜਾਂਦਾ ਜਾਂ ਕਿਤੇ ਕੁਝ ਵੀ ਗੱਲ ਹੁੰਦੀ ਮੀਟਿੰਗਾਂ ਲਾਓ ਯਾਰ ਪੁੱਛੋ ਆਪਣੇ ਪਾਰਟੀ ਦੇ ਵਰਕਰਾਂ ਤੋਂ ਕਿ ਭਾਈ ਕੀ ਗੱਲ ਹੋਈ ਵੋਟਾਂ ਕਿਉਂ ਨਹੀਂ ਪਈਆਂ ਘਾਟ ਕਾਦੀ ਰਹਿ ਗਈ ਤੰਗੀ ਕਮੀ ਬੇਸ਼ੀ ਕਾਦੀ ਰਹਿ ਗਈ ਕਿਉਂਕਿ ਕੋਵਿਡ ਆਇਆ ਸੀ ਉਹ 5-5 ਕਿਲੋ ਦੀਆਂ ਥੈਲੀਆਂ ਤਾਂ ਬਥੇਰੀਆਂ ਫੋਟੋਸ਼ਾਪ ਸ਼ਾਪ ਸ਼ਾਪ ਕੇ ਲਾਲਾ ਕੇ ਪ੍ਰਕਾਸ਼ਿਤ ਕਰ ਕਰਕੇ ਵੰਡੀਆਂ ਇਹਦੇ باوجود ਲੋਕਾਂ ਵੋਟਾਂ ਘਾਤੋ ਨਹੀਂ ਪਈਆਂ ਹੁਣ ਉਹਦੀ ਜਗ੍ਹਾ ਦੇ ਉੱਤੇ ਜੇ ਹੋਰ ਤਰੀਕੇ ਕੰਮ ਹੋਈ ਜਾਊਗਾ ਤਾਂ ਫਿਰ ਔਖਾ ਔਇਲਾ ਸਾਹਿਬ ਦਾ ਪਹਿਲਾਂ ਜ਼ਿਕਰ ਕਰ ਲਓ ਬਾਕੀ ਫਿਰ ਕਰਦੇ ਹਾਂ ਤੁਹਾਨੂੰ ਔਇਲਾ ਸਾਹਿਬ ਦੀ ਜਗ੍ਹਾ ਕਰ ਲੈਣੇ ਜੇ ਬਿੱਟੂ ਸਾਹਿਬ ਜਾ ਕੇ ਦਿੱਲੀ ਮਿਲੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਔਇਲਾ ਸਾਹਿਬ ਮਿਲੇ ਨੇ ਆਵਾਜ਼ਾਈ ਮੰਤਰੀ ਨੂੰ ਜੀ ਨਿਤਨ ਗਟਕਰੀ ਸਾਹਿਬ ਦੇਖੋ ਕਾਰਨ ਆਇਆ ਵੀ ਜਿਹੜਾ ਉਹ ਜੰਮੂ ਕਟੜਾ ਵਾਲਾ ਨਿਕਲਣਾ ਹਾਈਵੇ ਪੰਜਾਬ ਦੇ ਵਿੱਚ ਦੀ ਜਿਹੜਾ ਬੜਾ ਰੌਲਾ ਪੈਂਦਾ ਕਿਉਂਕਿ ਜਿਹੜੇ ਜਥੇਬੰਦੀਆਂ ਨੇ ਜਾਂ ਜਿਹੜੇ ਕਿਸਾਨ ਨੇ ਉਹ ਕਹਿੰਦੇ ਵੀ ਆਹ ਦਾ ਕਮਾਲ ਹੋ ਗਈ ਮਹਾਰਾਜ ਪੰਜਾਬ ਦੇ ਵਿਚਾਲੇ ਦੀ ਤੁਸੀਂ ਸੜਕ ਕੱਢਣੀ ਹੈ ਜੀ 15 ਫੁੱਟ ਉੱਚੀ ਕਹਿੰਦੇ ਉਹਦੀ ਹਾਈਟ ਹੋਣੀ ਹੈ ਤੇ ਜੇ ਸਾਹਿਬ ਨਾਲ 15 ਫੁੱਟ ਉੱਚੀ ਤਾਂ ਕੰਧ ਹੀ ਹੋ ਗਈ ਵੀ ਇੱਕ ਪੰਜਾਬ ਉਸ ਪਾਸੇ ਹੋ ਜਾਊਗਾ ਇੱਕ ਉਸ ਪਾਸੇ ਹੋ ਜਾਊਗਾ ਵੀ ਜਿਹਦੀ ਪੈੜੀ ਵੇਚਦੀ ਨਿਕਲ ਗਈ ਪੀ ਨਾ ਤੋਂ ਦੀ ਕਮਬੈਨ ਉਧਰ ਜਾਊਗੀ ਨਾ ਟਰੈਕਟਰ ਜਾਊਗਾ ਨਾ ਕੋ ਪਾਣੀ ਦਾ ਸਾਧਨ ਰਹੂਗਾ ਜੇ ਕੋਈ ਨੀਵੀਂ ਉੱਚੀ ਥਾਂ ਆ ਵੀ ਇਧਰੋਂ ਪਾਣੀ ਇਧਰ ਨੂੰ ਜਾਂਦਾ ਤੁਸੀਂ ਉੱਥੇ ਡਾਫਲਾਤੀ ਜ਼ਮੀਨਾਂ ਉੱਥੇ ਡੁੱਬ ਜਾਣਗੀਆਂ ਵੀ ਉਹ ਸਾਰੀਆਂ ਮੰਗਾਂ ਨੇ ਜਿਨ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਇਸ ਮਸਲੇ ਦੇ ਉੱਪਰ ਵੀ ਜਿੰਨੀਆਂ ਮੰਗਾਂ ਸੀ ਉਹ ਕਹਿੰਦੇ ਵੀ ਆਪਾਂ ਜਾ ਕੇ ਦੱਸਤੀਆਂ ਫਿਰ ਅਮਰਸਰ ਕਹਿੰਕੇ ਅਮਰਸਰ ਤੋਂ ਐਮਪੀ ਲੋਕ ਸਭਾ ਨੇ ਲੋਕ ਸਭਾ ਦੇ ਐਮਪੀ ਨੇ ਉਹਦੇ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ ਵੀ ਮਹਾਰਾਜ ਆ ਸਾਡੇ ਦੁੱਖੜਿਆ ਜੀ ਇਹਨਾਂ ਦਾ ਕੁਝ ਨਾ ਕੁਝ ਹੱਲ ਕਰੋ ਹੁਣ ਕਹਿੰਦੇ ਆ ਵੀ ਗਟਕਰੀ ਸਾਹ ਉਹਨੇ ਨਾਲੋਂ ਨਾਲ ਹੀ ਕ ਬੀਬੀ ਹਰਸਿਮਰਤ ਕੌਰ ਬਾਦਲ ਵੀ ਇੱਦਾਂ ਹੀ ਮੈਂਬਰ ਪਾਰਲੀਮੈਂਟ ਨੇ ਦੇਖੋ ਸਾਰੇ ਹੀ ਮੈਂਬਰ ਪਾਰਲੀਮੈਂਟ ਬਹੁਤ ਸਰਗਰਮ ਨੇ ਡਿੰਪਾ ਸਾਹਿਬ ਸਰਗਰਮ ਹੋਏ ਬੀਬੀ ਪ੍ਰਨੀਤ ਕੌਰ ਉਹਨਾਂ ਨੇ ਮੁਲਾਕਾਤਾਂ ਕੀਤੀਆਂ ਮਨੀਸ਼ ਤਵਾੜੀ ਉਹ ਵੀ ਹਮੇਸ਼ਾ ਸਰਗਰਮ ਰਹਿੰਦੇ ਆ ਆਪਾਂ ਔਜਲਾ ਸਾਹਿਬ ਦੀ ਜ਼ਿਕਰ ਕਰ ਲਿਆ ਬਿੱਟੂ ਸਾਹਿਬ ਦਾ ਜ਼ਿਕਰ ਕਰ ਲਿਆ ਯਾਨੀ ਹਰ ਇੱਕ ਲੀਡਰ ਸਰਗਰਮ ਹੈ ਤੇ ਬੀਬੀ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਚ ਬੋਲੇ ਆ ਉਹ ਕਹਿੰਦੇ ਜੀ ਦੇਖੋ 84 ਚ ਅਟੈਕ ਕਰਾਇਆ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਸਿੱਧਾ ਕਾਂਗਰਸ ਦਾ ਨਾਮ ਲਿਆ ਉਹਨਾਂ ਨੇ ਮਾੜਾ ਮੋਟਾ ਰੌਲਾ ਬ੍ਰੋਧੀ ਚ ਪ ਫਿਰ ਉਹ ਕਹਿੰਦੇ ਜੀ ਦੇਖੋ سزا ਪੂਰੀ ਹੋ ਚੁੱਕੀ ਐ ਸਿੱਖ ਕੈਦੀ ਜੇਲਾਂ ਚ ਨਹੀਂ ਹੋਰ ਕਈ ਤੁਸੀਂ ਛੱਡੀ ਜਾਂਦੇ ਹੋ ਸਪੈਸ਼ਲ ਨਾਂ ਵੀ ਲਿਆ ਤੇ ਸਾਡੇ ਸਿੱਖ ਕੈਦੀ ਜੇ سزا ਪੂਰੀ ਕਰ ਚੁੱਕਿਆ ਤੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੁੰਦੀ ਠੋਕ ਬਜਾ ਕੇ ਬੀਬੀ ਜੀ ਨੇ ਬੜੀ ਤੇਜ਼ ਰਫਤਾਰ ਦੇ ਨਾਲ ਤੇ ਬੜੀ ਯਾਨੀ ਗੂੜੀ ਸ਼ਬਦਾਵਲੀ ਦੇ ਨਾਲ ਗੱਲਾਂ ਕੀਤੀਆਂ ਕਿ ਭਾਈ ਜਿਹੜੇ ਸਿੱਖ ਕੈਦੀ ਨੇ ਜੇ ਸਜ਼ਾਾਂ ਪੂਰੀਆਂ ਹੋ ਚੁੱਕੀਆਂ ਰਿਹਾ ਕਰੋ ਕਰ ਦੇ ਕਿਉਂ ਨਹੀਂ ਮੇਰੇ ਖਿਆਲ ਨਾਲ ਇਹ ਮਸਲਾ ਜੇ ਚੁੱਕਿਆ ਜਾ ਸਕਦਾ ਤੇ ਚੁੱਕ ਵੀ ਇਕੱਲੇ ਦਾ ਨਹੀਂ ਸਕਦਾ ਹੈ ਹੈਨਾ ਹੁਣ ਕਾਂਗਰਸ ਪਾਰਟੀ ਜਿਹੜਾ ਚੁੱਕਣਾ ਨਹੀਂ ਜੀ ਹੁਣ ਦੇਖੋ ਇੱਕ ਦਿਨ ਉਹ ਚੰਡੀਗੜ੍ਹ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਫਿਰ ਉਹ ਸਿੱਖਾਂ ਦੀ ਰਿਹਾਈ ਦੀ ਗੱਲ ਕਰਦੇ ਵੀ ਮਹਾਰਾਜ ਜਿਹਨਾਂ ਨੂੰ ਸੁਝਾਵਾਂ ਮਿਲ ਚੁੱਕੀਆਂ ਇਹਦਾ ਮਤਲਬ ਇਹ ਹੋ ਗਿਆ ਵੀ ਭਾਵੇਂ ਉਹਨਾਂ ਦੀ ਹਾਜ਼ਰੀ ਐ ਇਸ ਵੇਲੇ ਦੋ ਹੀ ਹੈ ਸੁਖਵੀਰ ਸਿੰਘ ਬਾਦਲ ਸਾਹਿਬ ਹੋਵੇ ਜਾਂ ਹਰਸ਼ਮਿਤ ਬਾਦਲ ਹੋਰੀ ਹੋਗੇ ਉਹ ਕਹਿੰਦੇ ਵੀ ਕਮੀ ਪੇਸ਼ੀ ਨਾ ਉੱਥੇ ਕਦੇ ਵੀ ਨਜ਼ਰ ਆਵੇ ਕਿਉਂਕਿ ਪਹਿਲੇ ਦਿਨ ਹੀ ਭਗਵਾਨ ਮਾਨੂ ਨੇ ਕਹਿੰਦੇ ਹਨ ਮੈਂ ਤੇ ਇਕੱਲਾ ਹੀ ਸੀ ਉੱਥੇ ਮੈਂ ਇਕੱਲਾ ਨਹੀਂ ਸੀ ਖੰਗਣ ਦਿੰਦਾ ਨਹੀਂ ਨਹੀਂ ਉਹ ਕਹਿੰਦਾ ਮੈਨੂੰ ਬਿਠਾਉਣੇ ਆਉਂਦੇ ਆ ਮੈਂ ਮੈਨੂੰ 7 ਸਾਲਾਂ ਹੀ ਬਹੁਤ ਤਜਰਬਾ ਆ ਗਿਆ ਜੀ ਹੁਣ ਜੇ ਉਹ ਇੱਕ ਹੋ ਕੇ ਕਹਿੰਦੇ ਵੀ ਅਸੀਂ ਆਪਣੀ ਗੱਲ ਕਰ ਸਕਦੇ ਸੀ ਤੇ ਇਹ ਤੇ ਸੁਖ ਨਦ ਹੋ ਜਾਣੇ ਨੇ ਜੀ ਬਾਕੀ ਜਿਹੜਾ ਆ ਮੁੱਦਾ ਉਹਨਾਂ ਨੇ ਹੁਣ ਚੁੱਕਿਆ ਇਹ ਮੁੱਦਾ ਹੁਣ ਦਾ ਨਹੀਂ ਤਾਂ ਬੜੀ ਧੀਰ ਦਾ ਸਰਕਾਰ ਮੈਂ ਖਾਸ ਕਰਕੇ ਇਲੈਕਸ਼ਨਾਂ ਦੇ ਨੇੜੇ ਜੇ ਤੇ ਇਦਾਂ ਜੇ ਜਾਪਣ ਲੱਗ ਪਈ ਸੀ ਗੱਲ ਵੀ ਮਾਰੇ ਸ਼ਾਇਦ ਭੁੱਲਰ ਸਾਹਿਬ ਦੀ ਰਹੀ ਹੋ ਜਵੇ ਪਰ ਉਹ ਹੁੰਦੀ 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 ਅਖੀਰ ਤੇ ਆ ਕੇ ਫਿਰ ਉੱਥੇ ਅੜ ਗਈ ਕਿ ਹਾਂਜੀ ਮਹਾਰਾਜ ਇੱਕ ਉਹ ਰਿਵਿਊ ਬੋਰਡ ਹੈ ਰਿਵਿਊ ਬੋਰਡ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਰੇਡ ਆਮ ਆਦਮੀ ਪਾਰਟੀ ਵਾਲਿਆਂ ਨੇ ਪਾ ਦਿੱਤਾ ਉਹਦਾ ਕੋਈ ਜਵਾਬ ਦਿਓ ਜੀ ਹਾਲਾਂਕਿ ਜਵਾਬ ਆਮ ਆਦਮੀ ਪਾਰਟੀ ਵਾਲੇ ਪਾਸੋਂ ਆਇਆ ਵੀ ਮਹਾਰਾਜ ਸਾਡੀ ਤਾਂ ਉਹਦੇ ਵਿੱਚ ਬਹੁਤ ਮਤ ਹੈ ਨਹੀਂ ਉਹ ਤਾਂ ਕੇਂਦਰ ਸਰਕਾਰ ਦੀ ਗੱਲਬਾਤ ਹੈ ਪਰ ਹੁਣ ਜੀ ਕੇਂਦਰ ਸਰਕਾਰ ਦੇ ਧਿਆਨ ਚ ਵੀ ਲੋਕ ਸਭਾ ਚ ਮੁੱਦਾ ਲਿਆਤਾ ਤੁਸੀਂ ਆਸ ਕਰ ਸਕਦੇ ਹੋ ਚੰਦ ਦਿਨਾਂ ਚ ਕੋਈ ਨਾ ਕੋਈ ਫੈਸਲਾ ਆ ਜੇ ਸੰਧਾਲੀਆ ਸਾਹਿਬ 25 ਜਾਂ 26 ਮਹੀਨੇ 2 ਸਾਲ ਤੋਂ 1 ਜਾਂ 2 ਮਹੀਨੇ ਉੱਪਰ ਦਾ ਸਮ ਜੇ ਭਗਵੰਤ ਮਾਨ ਹੋਰੀ ਇਕੱਲਾ ਹੀ ਬੰਦਾ ਐਮਪੀ ਸੀ ਹੂੰ ਪਹਿਲਾਂ 4 ਜਣੇ ਸੀਗੇ ਉਹਨਾਂ ਦੇ ਵਿੱਚੋਂ ਵੀ 2 ਆਡੋ ਗਿਆ ਸੀ 2 ਰਹਿ ਗਏ ਸੀ ਬਹੁਤੀ ਸਰਗਰਮੀ ਭਗਵੰਤ ਮਾਨ ਹੋ ਰਹੀ ਹੁੰਦੀ ਸੀ ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਵੀ ਹੁੰਦੀ ਸੀ ਤੁਸੀਂ ਦਿੱਲੀ ਦੀ ਵੀ ਗੱਲ ਕਰਨੀ ਆ ਹੋਰ ਵੀ ਗੱਲ ਕਰਨੀ ਆ ਅਸੀਂ ਪਾਰਟੀ ਅੱਗੇ ਵਧਾਉਣੀ ਆ ਉਹ ਬੰਦਾ ਦੋ ਵਾਰੀ ਐਮਪੀ ਬਣ ਕੇ ਉਥੇ ਸਵਾਲ ਪੁੱਛ ਕੇ ਬਹਿਸ ਹਿੱਸਾ ਲੈ ਕੇ ਜੇ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਤੇ ਮੈਂ ਕਹਿੰਨਾ ਕਿ ਸਮਾਂ ਬਾਕੀਆਂ ਦੇ ਕੋਲੇ ਵੀ ਹੈਗਾ ਭਾਵੇਂ ਔਜਲਾ ਸਾਹਿਬ ਨੇ ਬਿੱਟੂ ਸਾਹਿਬ ਨੇ ਬੀਬੀ ਬਾਦਲ ਨੇ ਸੁਖਵੀਰ ਸਿੰਘ ਬਾਦਲ ਹੋਰੀ ਨੇ ਤਵਾੜੀ ਸਾਹਿਬ ਨੇ ਕੋਈ ਵੀ ਬੰਦਾ ਤੁਸੀਂ ਐਮਪੀ ਹੋ ਤੁਹਾਨੂੰ ਉੱਥੇ ਬੋਲਣ ਦਾ ਸਮਾਂ ਮਿਲਦਾ ਤੁਹਾਡੇ ਤੇ ਤੇ ਇਹ ਵੀ ਨਹੀਂ ਡਿਊਟੀ ਹੁੰਦੀ ਕਿ ਤੁਸੀਂ ਪੰਜਾਬ ਤੋਂ ਬਾਹਰ ਨਹੀਂ ਗੱਲ ਕਰਨੀ ਆ ਮੈਂ ਕਹਿੰਦਾ 25 26 ਮਹੀਨਾ ਹੀ ਨਾਸੀ ਦੁਆ ਲਿਆ ਦਿਓ ਕਰੀ ਪੰਜਾਬ ਦੇ ਮੁੱਦੇ ਚੁੱਕ ਚੁੱਕ ਕੇ ਪਤਾ ਲੱਗ ਜਿਵੇਂ ਉੱਥੇ ਕਿ ਭਾਈ ਕਿਤੇ ਗੱਲ ਕੀਤੀ ਹੈ ਪੰਜਾਬ ਦੇ ਲੋਕ ਬੜੀ ਛੇਤੀ ਨੋਟਿਸ ਲੈਂਦੇ ਆ ਕਿ ਭਾਈ ਆਹ ਦੇਖੋ ਸਾਡੀ ਠੋਕ ਪਿਆ ਕੇ ਗੱਲ ਕੀਤੀ ਹੈ ਇਹ ਨਹੀਂ ਕਿ ਮੈਂ ਕਹਿੰਦਾ ਕੋਈ 167 ਦੀ ਉਦਾਹਰਣ ਹੈ 57 ਦੀ ਉਦਾਹਰਣ ਹੈ ਜਾਂ 77 ਦੀ ਉਦਾਹਰਣ ਹੈ ਆ 15 ਦਿਨ ਪਹਿਲਾਂ ਹੀ ਅਸਤੀਫਾ ਦਿੱਤਾ ਭਗਵੰਤ ਮਾਨ ਉਹਨੇ ਹੁਣ ਦੀ ਉਦਾਹਰਣ ਹੈ ਕਿ ਭਾਈ ਜੇ ਉਹ ਬੰਦਾ ਮੁੱਖ ਮੰਤਰੀ ਬਣ ਸਕਦਾ ਤੁਹੀ ਵੀ ਲਾਈਨ ਚ ਲੱਗੋ ਸੁਕਣਾ ਨਹੀਂ ਨਾਲੇ ਇਹ ਤੋਂ ਇਲਾਵਾ ਪੋਜ਼ਿਟਿਵਿਟੀ ਦੀ ਗੱਲ ਕਰਨੀ ਤੇ ਰਾਜਾ ਵੜੇਂਗੋ ਰਾ ਕੀਦੀ ਉਹ ਕਹਿੰਦੇ ਕਮਾਲ ਹੋ ਗਈ ਆ ਆਮ ਆਦਮੀ ਪਾਰਟੀ ਵਾਲੇ 92 ਸੀਟਾਂ ਜਿੱਤ ਗਏ ਕਹਿੰਦੇ ਸਾਰੇ ਟੌਰ ਮਾਰੀ ਜਾਂਦੇ ਕਿ ਫਿਰ ਕੀ ਹੋ ਗਿਆ ਉਹ ਨਵੀਂ ਪਾਰਟੀ ਜੇ 92 ਜਿੱਤ ਗਈ ਹੈ ਤੇ ਕੋਈ ਗੱਲ ਨਹੀਂ ਅਸੀਂ ਕੰਮ ਕਰੀਏ 27 ਜਹੀਂ 100 ਵੀ ਜਿੱਤ ਸਕਦੇ ਹਮਮਹ ਕਿਹੜੀ ਗੱਲਾਂ 'ਚੋਂ ਗੱਲ ਹੈ ਚੰਗੀ ਗੱਲ ਆ ਇਹ ਤਾਂ ਸੋਚਦੇ ਆ ਹੈ ਨਾ ਮਤਲਬ ਜੇ ਹੁਣ ਤੋਂ ਹੀ ਉਹ 27 ਦੇ ਹਿਸਾਬ ਨਾਲ 100 ਸੀਟਾਂ ਦਾ ਦਾਵਾ ਕਰਦੇ ਆ ਤੇ ਮੇਰੇ ਖਿਆਲ ਨਾਲ ਸਾਰੀਆਂ ਪੋਲੀਟਿਕਲ ਪਾਰਟੀ ਨੂੰ ਜੋੜ ਲਾਉਣਾ ਜਿਹਦਾ ਆਪਾਂ ਦੇ ਉਸੇ ਦਿ ਪੀ ਜੇ ਇਸ ਵਕਤ ਤੇ ਹੋ ਸਦਾ ਹਰੇਕ ਬੰਦਾ ਆਖੇ ਵੀ ਫਲਾਣਾ ਵੀ ਹਾਰ ਗਿਆ ਫਲਾਣਾ ਵੀ ਹਾਰ ਗਿਆ ਫਲਾਣਾ ਵੀ ਹਾਰ ਗਿਆ ਜੀ ਪਹਿਲੀ ਗੱਲ ਤੇ ਵੀ ਹਾਰ ਨੂੰ ਰਿਵਿਊ ਕੀਤਾ ਜਾਵੇ ਵੀ ਕਾਰਨ ਕੀ ਰਹੇ ਦੂਜਾ ਉਹਨਾਂ ਦਾ ਤਕੜੇ ਹੋਣਾ ਬਹੁਤ ਜ਼ਰੂਰੀ ਕਿਉਂਕਿ ਵਿਰੋਧੀ ਧਿਰ ਜੇ ਨਹੀਂ ਤਕੜੀ ਹੋਊਗੀ ਉਹਨਾਂ ਹੀ ਅਗਲੇ ਬੰਦ ਨੂੰ ਘੇਰ ਕੇ ਦੱਸਿਆ ਜਾਦਾ ਵੀ ਨਾ ਵੀਰ ਆਹ ਕੰਮ ਨਹੀਂ ਕਰਾ ਹੈ ਨਾ ਹੁਣ ਕਿਹਾ ਹੀ ਜਾ ਰਿਹਾ ਕਿਉਂਕਿ ਹੁਣ ਜੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਜੋ ਪੰਜਾਬ ਦੇ ਵਿੱਚ ਥੋੜੇ 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 ਥਾਵਾਂ ਦੇ ਉੱਪਰ ਰੌਲੇ ਪੈਣ ਲੱਗੇ ਆ ਉਹਨਾਂ ਰੌਲਿਆਂ ਦੇ ਉੱਪਰ ਹੁਣ ਜਾਖੜ ਸਾਹਿਬ ਦੇ ਭਤੀ ਉਸੇ ਟਵੀਟ ਨੂੰ ਰੀਟਵੀਟ ਕਰਦੇ ਆ ਦੂਸਰੇ ਪਾਸਿਓਂ ਮਾਝੇ ਚੋਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਗੱਲ ਉਹ ਕਰਦੇ ਵੀ ਸਦਕੇ ਤੁਹਾਡੇ ਬਦਲਾ ਦੇ ਜਵਾਨੋਂ ਇਹੋ ਚੇਂਜ ਭਾਲਦੇ ਸੀ ਪੰਜਾਬ ਵਾਲੇ ਜਿਹੜੀ ਤੁਸੀਂ ਲਾਏ ਹੋ ਵੀ ਇੱਥੇ ਵੀ ਟਰੱਕ ਯੂਨੀਅਨ ਤੇ ਉੱਥੇ ਵੀ ਟਰੱਕ ਯੂਨੀਅਨ ਤੇ ਜੇ ਟਰੱਕਾਂ ਯੂਨੀਅਨ ਦੇ ਵਿੱਚ ਜਾ ਕੇ ਇਹੋ ਕੋਸ਼ਿਸ਼ ਕਰਨਾ ਸੀ ਤੇ ਫਿਰ ਇਸ ਬਦਲਾ ਦੀ ਲੋੜ ਕੀ ਸੀ ਪੰਜਾਬ ਨੂੰ ਸਵਾਲ ਉਹਨਾਂ ਦਾ ਜਾਇਜ਼ ਹੈ ਨਹੀਂ ਵੈਸੇ ਹੈਰਾਨੀ ਵਾਲੀ ਗੱਲ ਹੈ ਸੰਧਾਲੀਆ ਸਾਹਿਬ ਸਭ ਤੋਂ ਵੱਧ ਝਗੜੇ ਟਰੱਕ ਯੂਨੀਅਨਾਂ ਦੇ ਹੋ ਰਹੇ ਆ ਕਿਤੇ ਜੀ ਕਬਜ਼ਾਕਰਾਤਾ ਹੁਣ ਅਬੋਰ ਦੇ ਵਿੱਚ ਤਾਂ 2 ਧੜੇ ਕਿਆ ਜਾਂਦਾ ਕਿ ਸੱਤਾਧਾਰੀ ਤੇ ਦੇ ਸਮਰਥਕ ਨੇ ਆਪਸ ਹੀ ਭੜ ਗਿਆ ਡੰਡੇ ਵੀ ਚੱਲੇ ਇੱਕ ਦੋ ਬੰਦੇ ਜਿਹੜੇ ਜ਼ਖਮੀ ਵੀ ਹੋਏ ਇਹਦੇ ਉੱਤੇ ਕਾਬੂ ਪੈਣਾ ਫੌਰੀ ਤੌਰ ਦੇ ਉੱਤੇ ਬਹੁਤ ਜ਼ਰੂਰੀ ਆ ਕਿ ਭਾਈ ਇਹ ਡਾਂਗਾ ਸੋਟਿਆਂ ਦੇ ਨਾਲ ਥੋੜੀ ਨਾਲੇ ਯੂਨੀਅਨ ਦੇ ਵਿੱਚ ਪ੍ਰਧਾਨਗੀ ਦਾ ਕਾਹਦਾ ਰੌਲਾ ਹਾਂ ਥੋੜਾ ਜਿਹਾ ਧਿਆਨ ਹੀ ਰੱਖਣ ਕਿ ਪਤਾ ਲੱਗਾ ਚਰਚਾ ਚੱਲਦੀ ਐ ਸੂਤਰ ਹੀ ਨਹੀਂ ਅਜੇ ਕਲੀਅਰ ਨਹੀਂ ਹੋਇਆ ਕਿ ਭਗਵੰਤਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਸ਼ਾਇਦ ਫੈਸਲਾ ਕਰ ਦਵੇ ਕਿ ਭਾਈ ਜਿਹੜਾ ਕਿਸਾਨ ਦੇ ਕੋਲ ਟਰੈਕਟਰ ਹੈ ਤੇ ਟਰਾਲੀ ਹੈ ਤੁਸੀਂ ਕਣਕ ਬੀਜਦੇ ਹੋ ਕਣਕ ਵੱਢਦੇ ਹੋ ਕਣਕ ਮੰਡੀ ਚ ਲੈ ਕੇ ਜਾਂਦੇ ਹੋ ਉਹਦੇ ਤੋਂ ਬਾਅਦ ਤੁਸੀਂ ਵਿਹਲੇ ਹੋ ਜਾਂਦੇ ਆ ਤੂੜੀ ਢੋਣੀ ਹੁੰਦੀ ਕੱਲੀ ਕਿ ਹੋ ਸਕਦਾ ਹੈ ਕਿ ਜਿਹੜਾ ਕੰਮ ਪਹਿਲਾਂ ਟਰੱਕਾਂ ਦੇ ਕੀਤਾ ਜਾਂਦਾ ਸੀ ਕਿ ਮੰਡੀਆਂ ਦੇ ਵਿੱਚੋਂ ਕਣਕ ਤੇ ਝੋਨਾ ਸ਼ੈਲਰਾਂ ਤੱਕ ਲੈ ਕੇ ਜਾਓ ਗਡੌਨ ਤੱਕ ਲੈ ਕੇ ਜਾਓ ਜਾਂ ਜਿੱਥੇ ਵੀ ਪਹੁੰਚਾਉਣਾ ਹੈ ਨੇੜੇ ਹੀ ਹੁੰਦਾ ਕਿ ਹੁਣ ਹੋ ਸਕਦਾ ਕਿ ਪੰਜਾਬ ਦੇ ਕਿਸਾਨ ਦੀ ਆਮਦਨ ਦੇ ਵਸੀਲੇ ਵਧਾਉਣ ਦੇ ਲਈ ਉਹਨਾਂ ਨੂੰ ਵੀ ਕਿਸ ਨਾ ਕਿਸੇ ਤਰੀਕੇ ਆਗਿਆ ਦਿੱਤੀ ਜਾਵੇ ਕਿ ਜੇ ਤੁਹਾਡੇ ਕੋਲ ਟਰੈਕਟਰ ਤੇ ਤੁਹਾਡੇ ਕੋਲ ਟਰਾਲੀ ਹੈ ਚੰਗੀ ਹਾਲਤ ਦੇ ਵਿੱਚ ਹੈ ਤਾਂ ਮੰਡੀਆਂ ਦੇ ਵਿੱਚੋਂ ਲਿਫਟਿੰਗ ਦਾ ਕੰਮ ਜਾਣੀ ਕਿ ਮੰਡੀ ਚ ਆਈ ਵਿਕੀ ਹੋਈ ਕਣਕ ਜਿਹੜੀ ਕਿ ਬੋਰੀਆਂ ਚ ਬੰਦ ਐ ਮੂੰਹ ਸੀਤੇ ਹੋਏ ਨੇ ਉਹਨੂੰ ਮੰਡੀ ਦੇ ਵਿੱਚੋਂ ਨਿਰਧਾਰਤ ਥਾਂ ਤੱਕ ਢੋਣ ਦਾ ਕੰਮ ਜਿਹੜਾ ਟਰੈਕਟਰ ਟਰਾਲੀ ਨਾਲ ਹੀ ਕਿਸਾਨ ਵੀ ਕਰ ਸਕਦੇ ਆ ਅਜੇ ਅਜੇ ਵਿਚਾਰ ਅਧੀਨ ਐ ਫੈਸਲਾ ਨਹੀਂ ਹੋਇਆ ਪਰ ਕਹਿੰਦੇ ਆ ਕਿ ਪਾਈ ਜੇ ਫੈਸਲਾ ਹੋਇਆ ਤਾਂ ਟਰੱਕ ਵਾਲੇ ਔਖੇ ਭਾਰੇ ਬੀ ਹੋ ਸਕਦੇ ਆ ਤੇ ਹੋ ਸਕਦੇ ਆ ਪਰ ਇਸ ਤੋਂ ਪਹਿਲਾਂ ਉਹ ਸੀਗਾ ਕਿ ਹਾਂਜੀ ਟਰੈਕਟਰ ਟਰਾਲੀ ਕੋਲੇ ਜੀ ਕਮਰਸ਼ੀਅਲ ਪਰਮਿਟ ਚਾਹੀਦਾ ਹੁਣ ਪਤਾ ਨਹੀਂ ਵੀ ਸ਼ਾਇਦ ਉਹਨੂੰ ਖਤਮ ਕੀਤਾ ਜਾਵੇ ਜਾਂ ਇਸ ਤੋਂ ਪਹਿਲਾਂ ਵੀ ਏਕ ਦੋ ਵਾਰ ਚੱਲਦੀਆਂ ਰਹੀਆਂ ਗੱਲਾਂ ਉਦੋਂ ਵੀ ਇਤਰਾਜ਼ ਇਹੀ ਹੁੰਦਾ ਰਿਹਾ ਵੀ ਮਹਾਰਾਜ ਜ ਟਰੈਕਟਰ ਟਰਾਲੀ ਨਾਲ ਹੀ ਸਾਰਾ ਕੁਝ ਹੋਣਾ ਤੇ ਫਿਰ ਟਰੱਕ ਕਦਲੀ ਨੇ ਜੀ ਅਸੀਂ ਕੀ ਕਰਾਂਗੇ ਅਸੀਂ ਕੀ ਕਰਾਂਗੇ ਹੈਨਾ ਇਸੀ ਦਾ ਇਤਰਾਜ਼ ਕਰਦੇ ਰਹਾ ਪਰ ਦੂਜੇ ਪਾਸੇ ਇਹਦੇ ਨਾਲ ਉਦੋਂ ਹੀ ਲੌਜੀਕ ਦਿੱਤਾ ਜਾਂਦਾ ਸੀ ਵੀ ਮਾਰਿਆ ਟਰੈਕਟਰ ਟਰਾਲੀ ਦੇ ਨਾਲ ਕੀ ਇਕੱਲੇ ਦਾਣੇ ਢੋਏ ਜਾਂਦੇ ਆ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰ ਲਈ ਤੇ ਪੰਜਾਬ ਦੇ ਜੇ ਤੁਸੀਂ ਇਟਾਂ ਦੀ ਗੱਲ ਕਰ ਲਓ ਤਾਂ ਟਰੈਕਟਰ ਟਰਾਲੀਆਂ ਤੇ ਰੇਤ ਦੀ ਗੱਲ ਕਰ ਲਓ ਤਾਂ ਟਰੈਕਟਰ ਟਰਾਲੀਆਂ ਤੇ ਤੂੜੀ ਹੋ ਗਈ ਲੱਕੜਾਂ ਦਾ ਕੰਮ ਹੋ ਗਿਆ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਟਰੈਕਟਰ ਟਰਾਲੀ ਤੇ ਆਲਰੇਡੀ ਹੁੰਦੇ ਆ ਹਮਮ ਤੇ ਜੇ ਮੰਨ ਲਓ ਕਿ ਵੀ ਹਾੜੀ ਸੋਣੀ ਦੋ ਹੀ ਸੀਜ਼ਨ ਹੁੰਦੇ ਆ ਉਹ ਵੀ 10 ਨਹੀਂ ਤੇ 15 ਦਿਨ ਲੱਗ ਜੂਗੇ ਤੇ ਜੇ ਮੰਨ ਲਓ ਪੂਰੇ ਪੰਜਾਬ ਚੋਂ ਟਰੈਕਟਰ ਟਰਾਲੀ ਚੱਲਣ ਲੱਗ ਪਏ ਤੇ ਦਰ ਉਹਦਰ ਤੇ ਕਿਤੇ ਕਿਸੇ ਦੇ ਕਿਤੇ ਕਿੰਨੇ ਕਿ ਗੇੜੇ ਲੱਗ ਜਾਣੇ ਆ ਉਹੀ ਸਗੋਂ ਉਤੋਂ ਲਿਫਟਿੰਗ ਦਾ ਕੰਮ ਸੌਖਾ ਛੇਤੀ ਹੋ ਜੂ ਤੇ ਜਾਂ ਕਹਿ ਲਓ ਕਿ ਵੀ ਕਿਸੇ ਨੂੰ ਵੰਡ ਵਰਤ ਕੇ ਕੋਈ 150 ਮਿਲ ਵੀ ਜਾਊਗਾ ਤੇ ਹਰਜੀ ਵੀ ਕੋਈ ਨਹੀਂ ਬਾਕੀ ਅਜੇ ਤਾਂ ਫੈਸਲਾ ਸਰਕਾਰ ਨੇ ਕਰਨਾ ਬਿਲਕੁਲ ਸੰਧਾਲੀਆ ਸਭ ਉਸਦਾ ਟਰੱਕਾਂ ਵਾਲਿਆਂ ਦਾ ਵੀ ਆਪਣਾ ਪੱਖ ਜਾਇਜ਼ ਹੋਵੇ ਕਿਉਂਕਿ ਜਿਨ੍ਹਾਂ ਦੇ ਕੋਲ ਇੱਕ ਦੋ ਹੀ ਟਰੱਕ ਹਨ ਉਹ ਵੀ ਬਹੁਤ ਔਖੇ ਨੇ ਗੁਜ਼ਾਰਾ ਉਹਨਾਂ ਦਾ ਵੀ ਨਹੀਂ ਚੱਲਦਾ ਬੜਾ ਕੰਮ ਖਰਾਬ ਜਾ ਹੁੰਦਾ ਪਿਛਲੇ ਦਿਨੀ ਇੱਕ ਸੱਜਣ ਨੇ ਮੈਸੇਜ ਕੀਤਾ ਕਹਿੰਦੇ ਜੀ ਔਸ ਸੂਬੇ ਤੋਂ ਚੱਲੇ ਆ ਪੰਜਾਬ ਤੱਕ ਪਹੁੰਚੇ ਆ ਇੱਕ ਸੂਬੇ ਦਾ ਛੱਡ ਕੇ ਉਹ ਕਹਿੰਦੇ ਜੀ ਹਰ ਸੂਬੇ 'ਚ ਪੈਸੇ ਦੇ ਕੇ ਆਉਣਾ ਪਿਆ ਆ ਉਹ ਹੈ ਤਾਂ ਔਖੀ ਆ ਉਹ ਇੱਕ ਵੀਡੀਓ ਵੀ ਵਾਇਰਲ ਸੀ ਨਾ ਉੱਥੇ ਹੈ ਤਾਂ ਪਤਾ ਨਹੀਂ ਪਤਾ ਨਹੀਂ ਪੰਜਾਬ ਦੇ ਆ ਜਾਂ ਪੰਜਾਬ ਤੋਂ ਬਾਹਰ ਦੀ ਆ ਵੀ ਉਹ ਜਿਹੜਾ ਸਟੇਟ ਦੀ ਐਂਟਰੀ ਤੋਂ ਹੁੰਦਾ ਵੀ ਉੱਥੇ ਟਰੱਕ ਡੱਕਿਆ ਗਿਆ ਤੇ ਉਹ ਬੰਦਾ ਜਿਹੜਾ ਸੀਗਾ ਉਹ ਵਾਰ-ਵਾਰ ਪਤਾ ਨਹੀਂ ਕੁਝ ਕਹਿੰਦਾ ਹੋਵੇ ਕਿਉਂਕਿ ਆਡੀਓ ਤੇ ਹੈ ਨਹੀਂ ਸੀ ਸੀਸੀਟੀਵੀ ਦੀ ਫੁਟੇਜ ਸੀਗੀ ਉਹ ਥੋੜਾ ਜਿਹਾ ਰੈਗਲਾ ਬੰਦਾ ਡਰਾਈਵਰ ਤੇ ਕੁਝ ਕਹਿੰਦਾ ਰਿਹਾ ਤੇ ਹਾਰ ਕੇ ਉਹਨੂੰ ਕੁਝ ਨਾ ਲੱਭੋ ਉਹਨੇ ਮੂੰਹ ਤੇ ਲੱਤ ਮਾਰੀ ਉਹਦੇ ਬੰਦੇ ਨੇ ਹੈਨਾ ਹੁਣ ਉਹ ਉਹਨੂੰ ਕੋਈ ਇਹਦਾ ਇਦਾਂ ਵੀ ਦੇਖ ਸਕਦਾ ਵੀ ਆਹ ਦੇਖੋ ਜੀ ਟਰੱਕ ਡਰਾਈਵਰ ਦਾ ਉਸ ਮੁਲਾਜ਼ਮ ਦਾ ਬਿਹੇਵ ਕੀ ਹੈ ਹੁਣ ਦੂਜਾ ਐਂਗਲ ਜੇ ਦੇਖਿਆ ਜਾਵੇ ਤੇ ਉਹ ਪਤਾ ਨਹੀਂ ਕਿੰਨਾ ਕੁ ਦੁਖੀ ਹੋਣਾ ਵਿਚਾਰਾ ਜਿੰਨੇ ਆਹ ਸਟੈਪ ਚੁੱਕਿਆ ਪਤਾ ਤੇ ਉਹਨੂੰ ਵੀ ਸੀਗਾ ਜੇ ਮੈਂ ਆਹ ਸਟੈਪ ਚੁੱਕਿਆ ਤੇ ਕੀ ਮੇਰੇ ਨਾਲ ਕੀ ਹੋਣਾ ਨਹੀਂ ਬਿਲਕੁਲ ਉਹ ਤੇਲ ਜਿੰਨਾ ਕੁ ਤੇਲ ਦਾ ਖਰਚਾ ਹੁੰਦਾ ਕਹਿੰਦੇ ਓਨਾਂ ਕੁ ਪਰਚੀਆਂ ਦਾ ਵੀ ਹੋ ਜਾਂਦਾ ਰਿਹਾ ਸੀ ਉਹ ਬਲਵੇ ਉਖਾ ਹੋ ਜਾਂਦਾ ਸਾਰੀਆਂ ਚੀਜ਼ਾਂ ਨੇ ਜੇ ਆਪਾਂ ਇਹ ਸਾਰੇ ਕੁਝ ਨੂੰ ਇਹ ਦੇਖਿਆ ਜਾਵੇ ਵੀ ਹਾਂ ਭਾਈ ਐਸੀ ਕੀ ਕਹਾਣੀਆਂ ਵੀ ਟਰੱਕ ਯੂਨੀਅਨ ਮੇਰੇ ਅੰਡਰ ਚਾਹੀਦੀ ਹੈ ਵੀ ਉੱਥੇ ਦੇ ਕਿਤੇ ਕੁਝ ਹੋ ਨਹੀਂ ਤੇ ਹਾਂ ਜੇ ਟਰੱਕ ਯੂਨੀਅਨ ਦੀ ਗੱਲ ਦੂਰ ਹੋ ਗਈ ਟਰੱਕ ਯੂਨੀਅਨ ਕਿਉਂ ਆ ਟਰੱਕਾਂ ਦਾ ਕਰਕੇ ਜੀ ਟਰੱਕ ਕਿਉਂ ਆ ਟਰੱਕਾਂ ਵਾਲਿਆਂ ਦਾ ਕਰਕੇ ਜੀ ਉਹਨਾਂ ਬੰਦਿਆਂ ਦਾ ਦੁੱਖ ਦਰਦ ਵੀ ਸਮਝ ਲਿਆ ਵੀ ਵੀਰ ਮੇਰੇ ਤੁਹਾਨੂੰ ਕਿੱਥੇ ਕਿੱਥੇ ਤੰਗੀ ਆ ਇਹਦੇ ਉੱਪਰੋਂ ਕੋਈ ਹਰਾ ਪੈਨ ਜਿੱਦਾਂ ਮਾਨ ਸਾਹਿਬ ਕਹਿੰਦੇ ਵੀ ਹੁਣ ਲੋਕਾਂ ਦੇ ਪੱਖੇ ਚੱਲਣਾ ਮੈਂ ਨਾ ਸਾਰਿਆਂ ਉਹਨਾਂ ਦੇ ਪੱਖੇ ਚੱਲੇ ਜਿੱਥੇ ਜਿੱਥੇ ਜਿੰਨੂੰ ਜਿੰਨੂੰ ਵੀ ਲੱਗਦਾ ਵੀ ਯਾਰ ਮੇਰਾ ਹੱਕ ਬਣਦਾ ਸੀ ਤੇ ਮੈਨੂੰ ਦਵਾ ਦਿਓ ਜੀ ਨਹੀਂ ਜ਼ਰੂਰੀ ਹੈ ਬਾਕੀ ਸੰਧਾਲੀਆ ਸਭ ਇੱਕ ਮੀਟਿੰਗ ਭਗਵੰਤ ਮਾਨ ਹਰ ਨੇ ਕਰ ਲਈ ਇੱਕ ਮੀਟਿੰਗ ਭਗਵੰਤ ਮਾਨ ਸਾਹਿਬ ਜ਼ਰੂਰ ਕਰਨ ਦੀ ਮੰਗ ਹੋਈ ਹੈ ਇੱਕ ਮੀਟਿੰਗ ਉਹਨਾਂ ਨੇ ਅੱਜ ਕਰਨੀ ਹੈ ਯਾਨੀ ਕਿ ਤਿੰਨ ਹੋ ਗਈਆਂ ਪ੍ਰੇਮ ਸਿੰਘ ਚੰਦੂ ਮਾ ਜੀ ਚਲੋ ਗੱਲ ਕਰੋ ਤੁਸੀਂ ਕੋਈ ਨਹੀਂ ਨਹੀਂ ਮ ਚੰਦੂ ਮਾਜਰਾ ਸਾਹਿਬ ਅਕਾਲੀ ਦਲ ਦੇ ਲੀਡਰ ਨੇ ਵੱਖਵਾ ਖੋਦਦੇ ਆ ਤੇ ਰਹੇ ਆ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਾਲ ਲਿਆ ਤੇ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਜੀ ਬੀਬੀਐਮਬੀ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਕਈ ਹੋਰ ਮੁੱਦੇ ਬੀਐਸਐਫ ਦੇ ਅਧਿਕਾਰ ਖੇਤਰ ਚਵਾਦੇ ਦਾ ਮੁੱਦਾ ਕਿ ਅਸੀਂ ਭਗਵੰਤ ਮਾਨ ਸਾਹਿਬ ਉਹ ਮੁੱਖ ਮੰਤਰੀ ਨੇ ਲੀਡ ਕਰਦੇ ਨੇ ਸੂਬੇ ਨੂੰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਰਪਾਰਟੀ ਮੀਟਿੰਗ ਸੱਦੋ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਸੱਦਿਆ ਸਾਡੀ ਪਾਰਟੀ ਨੇ ਸਾਥ ਦਿੱਤਾ ਕਿਉਂਕਿ ਮਤਾ ਠੀਕ ਸੀ ਹੁਣ ਸਰਪਾਰਟੀ ਮੀਟਿੰਗ ਸੱਤੋਂ ਸਰਪਾਰਟੀ ਮੀਟਿੰਗ ਦੇ ਫੈਸਲੇ ਲਓ ਬਫ ਦੇ ਲੈ ਕੇ ਕੇਂਦਰ ਤੱਕ ਦਿੱਲੀ ਤੱਕ ਚਲੀਏ ਆਪਾਂ ਹੱਥ ਤੇ ਹੱਥ ਤਰ ਕੇ ਬੈਠ ਨਹੀਂ ਸਕਦੇ ਗੱਲ ਠੀਕ ਹੈ ਉਹਨਾਂ ਦੀ ਕਿਉਂਕਿ ਰਾਜਪਾਲ ਸਾਹਿਬ ਦੇ ਕੋਲੇ ਪਾਸ ਹੋਏ ਮਤੇ ਦੀ ਫਾਈਲ ਦਾ ਕੀ ਪਤਾ ਕਿੰਨੇ ਦਿਨ ਪਈ ਰਹਿਣੀ ਹੈ ਇਹ ਚੰਦੂ ਮਾਇਰਾ ਸਾਹਿਬ ਨੇ ਕਹਿਤਾ ਅੱਜ ਜਿਹੜੇ ਐਸਐਸਪੀ ਨਵੇਂ ਜ਼ਿਲ੍ਹਿਆਂ ਦੇ ਵਿੱਚ ਲਾਏ ਆ ਕਿਉਂਕਿ ਟਰਾਂਸਫਰ ਕੀਤੀਆਂ ਸੀ ਬਹੁਤ ਸਾਰੀਆਂ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਨੇ ਉਹਨਾਂ ਦੀ ਮੀਟਿੰਗ ਸੱਦ ਲਈ ਹੈ ਹੁਣ ਤੋਂ ਥੋੜੀ ਦੇਰ ਬਾਅਦ ਹੋਣੀ ਹੈ ਤੇ ਉਮੀਦ ਹੈ ਕਿ ਉਹਦੇ ਵਿੱਚ ਕਹਿਣਗੇ ਕਿ ਭਾਈ ਸਿਆਸੀ ਤੌਰ ਦੇ ਉੱ ਸਮਝ ਲਓ ਕਿ ਰਹਿਤ ਹੀ ਉਹ ਤੁਹਾਨੂੰ ਕੋਈ ਬੰਦਾ ਕਹੂਗਾ ਨਹੀਂ ਮਾੜਾ ਚੰਗਾ ਕੰਮ ਕਰਨ ਨੂੰ ਪਰ ਲੋਕਾਂ ਨੂੰ ਇਨਸਾਫ ਤੁਸੀਂ ਦੇਣਾ ਹੈ ਆਹ ਕੰਮ ਜਿਹੜੇ ਪਿਛਲੇ ਸਮੇਂ ਚੱਲਦੇ ਰਹਿ ਉਹਨੂੰ ਹੁਣ ਤੁਸੀਂ ਠੱਲਣਾ ਹੈ ਪਰ ਜਿਹੜੀ ਮੀਟਿੰਗ ਡਿਪਟੀ ਕਮਿਸ਼ਨਰ ਸਾਹਿਬਾਨ ਡੀਸੀ ਸਾਹਿਬ ਨੇ ਉਹਨਾਂ ਦੇ ਨਾਲ ਕੀਤੀ ਆ ਤੇ ਉਹਦੇ ਵਿੱਚ ਕਿਹਾ ਕਿ ਭਾਈ ਸਿਆਸੀ ਦਬਾਅ ਕੋਈ ਨਹੀਂ ਹਾਂ ਲੋਕਾਂ ਦੇ ਚੁਣੇ ਨੁਮਾਇੰਦਿਆਂ ਦਾ ਸਤਿਕਾਰ ਜ਼ਰੂਰ ਕਰਿਓ ਤੇ ਲੋਕਾਂ ਦਾ ਪੂਰੇ ਦਾ ਪੂਰਾ ਸਤਿਕਾਰ ਤੇ ਸਨਮਾਨ ਹੋਣਾ ਚਾਹੀਦਾ ਤੇ ਲੋਕ ਨਾ ਤੁਹਾਡੇ ਦਫ਼ਤਰਾਂ ਚ ਆਉਣ ਆਪਣੇ ਅਮਲੇ ਫੈਲੇ ਨੂੰ ਅਫਸਰਾਂ ਨੂੰ ਕਹੋ ਕਿ ਪਿੰਡਾਂ ਜਾ ਕੇ ਕੈਂਪ ਲਾਉਣ ਲੋਕਾਂ ਦੇ ਕੰਮ ਉਹਦੇ ਘਰ ਚੁਣੇ ਚਾਹੀਦੇ ਆ ਮੇਰੇ ਖਿਆਲ ਨਾਲ ਇਹ ਤਿੰਨਾਂ ਹੀ ਮੀਡੀਆਂ ਦੀਆਂ ਗੱਲਾਂ ਜਿਹੜੀਆਂ ਬੜੀਆਂ ਸਹੀ ਆ ਕਿਉਂਕਿ ਇੱਕ ਦੇ ਜੇ ਡੀਸੀ ਸਾਹਿਬਾਨ ਕਿਤੇ ਜਾਂਦੇ ਨੇ ਜਾਂ ਗੱਲੋ ਕਿ ਵਿੱਚ ਵਿੱਚ ਨੂੰ ਇਹ ਵੀ ਕਿਹਾ ਵੀ ਜਿੱਥੇ ਕਿਤੇ ਵੀ ਕੋਈ ਕੰਮ ਚੱਲਦਾ ਤੁਸੀਂ ਅਚਨਚੇਤ ਚੈਕਿੰਗ ਕਰ ਲਓ ਹਮ ਹਮ ਅਚਨਚੇਤ ਚੈਕਿੰਗ ਦੇ ਵਿੱਚ ਇਹ ਤੇ ਹਣੀ ਵੀ ਡੀਸੀ ਸਾਹਿਬ ਨੂੰ ਰੋਜ਼ ਜਾਣਾ ਪੈਣਾ ਕਿਤੇ ਮਹੀਨੇ ਦੇ ਵਿੱਚ ਇੱਕ ਅੱਧਾ ਢੇੜਾ ਵੀ ਵੱਜ ਗਿਆ ਤੇ ਇੱਕ ਅੱਧਾ ਵੀ ਕੋਈ ਕਾਂ ਟੰਗਿਆ ਗਿਆ ਤੇ ਇਹਨੇ ਨੂੰ ਅਗਲੇ ਨੰਬਰ ਦੇ ਨੂੰ ਕੰਨ ਹੋਏ ਦੀ ਕੋਈ ਪਤਾ ਨਹੀਂ ਸਾਹਿਬ ਨੇ ਗਦੋਂ ਆ ਜ ਉਹਦੇ ਵਿੱਚ ਸੈਂਕੜੇ ਲੋਕਾਂ ਦੇ ਕੰਮ ਹੋ ਜਾਣੇ ਆ ਉਹਨਾਂ ਤੱਕ ਉਹ ਮੈਸੇਜ ਪਹੁੰਚਣਾ ਵੀ ਯਾਰ ਕੁਝ ਚੇਂਜ ਹੈਗੀ ਕੁਝ ਬਦਲਾਅ ਹੈਗਾ ਹੋ ਸਕਦਾ ਵੀ ਇਹ ਮਾਨ ਸਰਕਾਰ ਦੇ ਪੱਖ ਚ ਚੱਲੇ ਜੇ ਚੀਜ਼ ਤੁਸੀਂ ਜਿਹੜੀ ਚੰਦੂ ਮਾਇਰਾ ਸਾਹਿਬ ਨੇ ਜਾਂ ਅਕਾਲੀ ਦਲ ਨੇ ਗੱਲ ਕਹੀ ਮੈਨੂੰ ਲੱਗਦਾ ਵੀ ਉਹਦੇ ਵਿੱਚ ਇੱਕ ਚੀਜ਼ ਸ਼ਾਇਦ ਉਹਨਾਂ ਨੂੰ ਹੋਰ ਐਡ ਕਰਨੀ ਚਾਹੀਦੀ ਸੀ ਵੀ ਜਾਂ ਇਵਨ ਮਾਨ ਸਾਹਿਬ ਆਪ ਵੀ ਸੋਚਣਾ ਵੀ ਜਦੋਂ ਇਹ ਚੰਡੀਗੜ੍ਹ ਵਾਲਾ ਮਸਲਾ ਬੀਬੀਐਮਬੀ ਵਾਲਾ ਮਸਲਾ ਚੱਲਦਾ ਆ ਜਾਂ ਇਧਰਲੇ ਪਾਸੇ ਮਤਾ ਪਾਸ ਕਰਦੇ ਨੇ ਅਚਾਨਕ ਫਿਰ ਉਹ ਪਾਰਟੀ ਦਾ ਪ੍ਰੋਗਰਾਮ ਆ ਜਾਂਦਾ ਵੀ ਆਪਾਂ ਗੁਜਰਾਤ ਜਾਣਾ ਹੈ ਹਮ ਹਣਾ ਹੁਣ ਮਸਲਾ ਤਾਂ ਇੱਥੇ ਆ ਪੰਜਾਬ ਦੇ ਵਿੱਚ ਕੰਮ ਆਪਾਂ ਨੂੰ ਇਥੇ ਜੇ ਕਰਨ ਦੀ ਲੋੜ ਹੈ ਉਹਦੇ ਵਿੱਚ ਗੁਜਰਾਤ ਦਾ ਗੁਜਰਾਤ ਦੀਆਂ ਲੈਸ਼ਨਾ ਜੇ ਦੂਰ ਨੇ ਜੇ ਮੰਨ ਲਓ ਪ੍ਰੋਗਰਾਮ 2 ਹਫਤੇ ਲੇਟ ਵੀ ਬਣ ਜਵੇ ਤੇ ਕੋਈ ਫਰਕ ਤੇ ਪੈ ਨਹੀਂ ਚੱਲਾ ਵੀ ਉਹ ਤੁਹਾਡਾ ਭਲਾ ਹੈ ਤੁਸੀਂ ਲੇਟ ਹੋ ਗਏ ਯਾਰ ਗੁਜਰਾਤ ਵਾਲਿਆਂ ਦੇ ਵੋਟਾਂ ਪਾਤੀਆਂ ਹੁਣ ਇਸੇ ਤਰ੍ਹਾਂ ਹੀ ਕੱਲ ਨੂੰ ਹੋ ਸਕਦਾ ਹਿਮਾਚਲ ਦੀ ਕਾਲ ਵੀ ਆ ਜਾਏ ਵੀ ਇਸ ਦਿਨ ਭਗਵੰਤ ਹਮ ਹਿਮਾਚਲ ਜਾ ਰਹੇ ਆਹਾਂ ਜਾਣ ਜੀ ਸਕਦੇ ਦੇਖੋ ਜੀ ਪਾਰਟੀ ਆ ਆਪਾਂ ਤਾਂ ਕੌਣ ਹੁੰਨੇ ਰੋਕਣ ਵਾਲੇ ਪਰ ਆਪਾਂ ਇਹ ਬੇਨਤੀ ਕਰਦੇ ਵੀ ਅਜੇ ਜਮਾ ਗੱਡੀ ਵੱਡੀ ਹੈ ਹਮ ਹਮ ਤੇ ਗੱਡੀ ਦੇ ਟਾਇਰ ਵੀ ਚੈੱਕ ਕਰਨੇ ਆ ਹਵਾ ਵੀ ਚੈੱਕ ਕਰਨੀ ਆ ਤਰਪਾਲ ਵੀ ਚੈੱਕ ਕਰਨੀ ਨਾਲ ਕਲੀਨਰ ਕਿਹੜਾ ਕਿਹੜਾ ਉਹਦਾ ਵੀ ਪਤਾ ਕਰਨਾ ਡੀਜ਼ਲ ਵੀ ਚੈੱਕ ਕਰਨਾ ਇਹ ਵੀ ਪਤਾ ਕਰਨਾ ਇਹ ਬੈਟਰੀ ਚੁੱਕਦੀ ਸਲਵ ਕੇ ਜਾਂ ਫਿਰ ਕਿਹੋਲੇ ਢਾਲ ਜੀ ਤੇ ਰੇੜ ਜੀ ਦੇ ਡੱਕਣੀ ਪੈਂਦੀ ਵੀ ਠਕਾ ਲਾ ਕੇ ਸਟਾਰਟ ਕਰਨੀ ਪੈਂਦੀ ਥੋੜੇ ਜਿਹੇ ਦਿਨ ਮੈਨੂੰ ਲੱਗਦਾ ਵੀ ਪੰਜਾਬ ਵਾਲੇ ਪਾਸੇ ਜੇ ਲਾਲਣ ਮਾਨਸਾਹ ਤੇ ਜੇ ਵਿਰੋਧੀ ਧਿਰਾਂ ਵੀ ਕਹਿੰਦੇ ਵੀ ਕਿਤੇ ਮਿਲ ਕੇ ਜਾਣ ਦੀ ਲੋੜ ਆ ਤੇ ਮੇਰੇ ਖਿਆਲ ਨਾਲ ਉਹ ਵੀ ਉਦਾਹਰਨ ਸੈੱਟ ਕਰ ਦੇਣੀ ਚਾਹੀਦੀ ਆ ਵੀ ਆਓ ਯਾਰ ਚੱਲੀ ਆਪਾਂ ਇਕੱਠਾਂ ਨਹੀਂ ਜ਼ਰੂਰੀ ਆ ਸੰਧਾਲੀਆ ਸਭ ਜਿਹੜੇ ਬੰਦੇ ਨੇ ਨਾ ਰਸੋਈ ਜਿਹੜੀ ਬੀਬੀ ਨੇ ਨਵੀਂ ਸਾਂਭਣੀ ਉਹ ਵਾਕੇ ਉਹਨੇ ਪਹਿਲਾਂ ਸਾਰੇ ਕੱਲੇ ਕੱਲੇ ਡੱਬੇ ਦਾ ਢੱਕਣ ਖੋਲ੍ਹ ਕੇ ਦੇਖਣਾ ਹੁੰਦਾ ਅੱਛਾ ਇਹ ਚ ਖੰਡ ਐ ਚ ਪੱਤੀ ਐ ਅਛਾ ਖੰਡ ਮੂਰੇ ਰੱਖ ਲਵਾਂ ਪੱਤੀ ਨਾਲ ਰੱਖ ਲਵਾਂ ਲੇਚੀਆਂ ਦੀ ਲੋੜ ਪੈਣੀ ਐ ਆ ਅਛਾ ਇਹ ਤਾਂ ਕਦੇ ਕਦੇ ਲੋੜ ਪੈਣੀ ਐ ਇਹਦੀ ਅਨਾਰ ਦਾਣੇ ਦੀ ਇਹ ਥੋੜਾ ਜਿਹਾ ਪਿੱਛੇ ਰੱਖ ਲੈਨੇ ਆ ਫ੍ਰੀਜ ਦੇ ਵਿੱਚ ਵੀ ਆਟਾ ਪਾਣੀ ਜੂਸ ਇਦਾਂ ਦੀਆਂ ਚੀਜ਼ਾਂ ਮੂਰੇ ਹੁੰਦੀਆਂ ਜਿਹੜੀਆਂ ਕਦੇ ਕਦੇ ਵਰਤੀਆਂ ਜਾਣੀਆਂ ਉਹਨਾਂ ਨੂੰ ਪਿਛਲੇ ਪਾਸੇ ਰੱਖਣਾ ਹੁੰਦਾ ਜਿਹਦਾ ਐਕਸਪਾਇਰੀ ਡੇਟ ਜਿਹਨਾਂ ਦੀ ਨੇੜੇ ਹੋਵੇ ਲਾਲਾ ਜੀ ਉਹ ਚੀਜ਼ ਮੂਰੇ ਰੱਖਦੇ ਹੁੰਦੇ ਨਾ ਕਿ ਪਾਈ ਉਹ ਪਹਿਲਾਂ ਕੱਢਣੀ ਇਹ ਨਾ ਹੋਵੇ ਪਿੱਛੇ ਪਈ ਪੇ ਐਕ ਇਦਾਂ ਹੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਉਹਨਾਂ ਨੇ ਅਜੇ ਕੀ ਕਿੱਥੇ ਚਣਿਆ ਕਿਹੜੀ ਚੀਜ਼ ਕਿੰਨੀ ਕੁ ਝੋਲ ਮਾਰਦੀ ਹੈ ਕਿੱਥੇ ਮੇਕ ਠੋਕਣ ਵਾਲੀ ਹੈ ਕਿੱਥੇ ਪੇਚ ਕੱਸਣ ਵਾਲਾ ਉਹ ਥੋੜੀ ਜਿਹਾ ਦੇਖਣਾ ਤੁਹਾਡੀ ਗੱਲ ਬਿਲਕੁਲ درست ਹੈ ਪਰ ਮੈਨੂੰ ਸੰਧ ਵਾਲੀ ਅਸਮੈਂ ਲੱਗਦਾ ਕਿ ਚਾਹੇ ਬੀਬੀਆਂ ਨੂੰ 1000 ਰੁਪਏ ਦੇਣਾ ਹੈ ਚਾਹੇ ਬੇਰੁਜ਼ਗਾਰੀ ਭੱਤਾ ਹੈ ਚਾਹੇ ਬਿਜਲੀ ਮੁਫਤ ਹੈ ਬਹੁਤ ਸਾਰੇ ਵਾਅਦੇ ਨੇ ਉਹਨਾਂ ਦੇ ਵਿੱਚੋਂ ਬਾਕੀ ਚੀਜ਼ਾਂ ਤਾਂ ਪੈਸਿਆਂ ਦੇ ਨਾਲ ਹੋਣੀਆਂ ਕਈ ਚੀਜ਼ਾਂ ਪੈਸਿਆਂ ਦੇ ਨਾਲ ਨਹੀਂ ਹੋਣੀਆਂ ਖਾਸ ਤੌਰ ਦੇ ਉੱਤੇ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਹਨਾਂ ਨੇ ਸਦਿਆ ਤੇ ਉੱਥੇ ਕਿਹਾ ਕਿ ਭਾਈ ਬਿਹਤਰ ਕਾਰਗੁਜ਼ਾਰੀ ਦਾ ਅਵਾਰਡ ਦੇਾਂਗੇ ਕਿ ਤੁਸੀਂ ਪਿੰਡਾਂ ਜਾਣਾ ਆਪਣੇ ਅਧੀਨ ਕਿਉਂਕਿ ਡੀਸੀ ਸਾਹਿਬ ਦੇ ਕੋਲ ਸਾਰਾ ਜ਼ਿਲ੍ਹਾ ਹੁੰਦਾ ਆਖਰੀ ਫੈਸਲਾ ਉਹਨਾਂ ਦਾ ਹੀ ਹੁੰਦਾ ਉਹਨਾਂ ਨੇ ਥੱਲੇ ਇੰਪਲੀਮੈਂਟ ਕਰਨੀਆਂ ਸਾਰੀਆਂ ਚੀਜ਼ਾਂ ਅੱਗੇ ਕੀ ਹੁੰਦਾ ਸੀ ਕਿ ਭਾਈ ਠੀਕ ਹੈ ਕੋਈ ਕਿਸੇ ਲੀਡਰ ਦਾ ਨੀੜਲਾ ਬੰਦਾ ਕੋਈ ਕਿਸੇ ਦਾ ਨੀੜਲਾ ਬੰਦਾ ਠੀਕ ਹੈ ਚੱਲੀ ਜਾਂਦਾ ਜੀ ਕੰਮ ਉਹ ਖੁਸ਼ ਆ ਤਾਂ ਸਾਰੇ ਖੁਸ਼ ਹੁਣ ਇਹ ਗੱਲ ਚੰਗੀ ਕੀਤੀ ਭਗਵੰਤਮਾਨ ਸਾਹਿਬ ਨੇ ਜੇ ਪ੍ਰੈਕਟੀਕਲੀ ਲਾਗੂ ਹੋ ਜਵੇ ਕਿ ਭਾਈ ਲੋਕ ਖੁਸ਼ ਆ ਤਾਂ ਅਸੀਂ ਖੁਸ਼ ਆ ਹਾਂ ਤੁਹਾਡੀ ਕਾਰਗੁਜ਼ਾਰੀ ਬਿਹਤਰ ਹੋਣੀ ਚਾਹੀਦੀ ਅਸੀਂ ਤੁਹਾਨੂੰ ਅਵਾਰਡ ਦੇ ਪੰਜਾਬ ਪੁਲਿਸ ਦੇ ਵਿੱਚ ਜਿਹਦਾ ਜਨਮ ਦਿਨ ਹੈ ਉਹਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲੱਗੇ ਆ। ਦਿਓ ਉਹ ਤਾਂ ਬਹੁਤ ਵਧੀਆ ਮਨਣਾ ਵੀ ਜੇ ਉੱਪਰੋਂ ਫੈਸਲਾ ਆ ਗਿਆ ਹੁਣ ਤੁਸੀਂ ਆਪ ਦੋਖੋ ਮੈਂ ਵੀ ਸੋਚਦਾ ਵੀ ਹੁਣ ਗਰਮੀ ਵਧ ਗਈ। ਮੰਨ ਲਓ ਜਨਾਬ ਦਾ ਅੱਜ ਦਿਨ ਸੁੱਧਿਆ ਤੇ ਦਿਨ ਸੁੱਧ ਦੇ ਸਾਬ ਨਾਲ ਉਹ ਅੰਦਰੋਂ ਪਿੰਡੋਂ ਖੁਸ਼ ਹੋਣ ਪਿਆ ਠੀਕ ਆ ਯਾਰ ਦਿਨ। ਆਉਂਦੇ ਹੀ ਸਾਬ ਦਾ ਫੋਨ ਆ ਗਿਆ ਉਹਨਾਂ ਨੇ ਮਤਲਬ ਟੀ 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 ਜਿਵੇਂ ਆਮ ਭਾਸ਼ਾ ਹੁੰਦੀ ਹੈ ਨਾ ਉਹ ਸਾਬ ਨਾਲ ਗੱਲ ਕਰਦੇ ਡਿਊਟੀ ਵੀ ਕਸੂਤੇ ਥਾਂ ਲਾ ਗਈ ਉਦੋਂ ਮੋਟਰਸਾਈਕਲ ਚਾੱਕ ਕੇ ਪੰਜ ਚਾਰ ਪੰਡਾਂ ਦੇ ਪਿੰਡਾਂ ਦੇ ਗੇੜੇ ਵੀ ਲਾਉਣੇ ਪੈ ਗਏ। ਤੇ ਜੇ ਸ਼ਾਮ ਨੂੰ ਤੁਸੀਂ ਉਸ ਬੰਦੇ ਕੋਲੋਂ ਪਾ ਲਓ ਵੀ ਤੁਸੀਂ ਜੀ ਕਹਿਣਾ ਤੇ ਜੀ ਕਹੋਣਾ ਹੈ। ਸ਼੍ਰੀਮਾਨ ਜੀ کہہ ਕੇ ਗੱਲ ਕਰਨੀ ਆਉ ਖਾ ਇਹਦਾ। ਹਾਂ ਹੈ ਨਾ ਹੁਣ ਜੇ ਉਹਨਾਂ ਦਾ ਦੇਣਿਆ ਤੇ ਉਸ ਮੌਕੇ ਨੂੰ ਰੈਗਨਾਈਜ਼ ਕੀਤਾ ਜਾਊਗਾ ਵੀ ਚਲੋ ਬਰਫੀ ਛਕਦੇ ਆਂ ਜੀ ਲੱਡੂ ਛਕਦੇ ਆਂ ਜੀ ਆਹ ਲਓ ਜੀ ਸਨਮਾਨ ਚਿੰਨ ਦੀ ਬਹੁਤ ਆਪਣੇ ਲਿਆ ਕੇ ਹੈ ਨਾ ਵੀ ਬਹੁਤ ਵਧੀਆ ਹੈ। ਕੀ ਗੱਲ ਹੋਈ ਤੁਸੀਂ? ਉਹ ਉਹ ਥੋੜਾ ਦੂਰੋਂ ਨਹੀਂ ਨਹੀਂ ਮੈਂ ਵੈਸੇ ਗੱਲ ਮੈਂ ਤਾਂ ਸਿਰਫ ਇੰਨੀ ਗੱਲ ਕਰਦਾ ਵੀ ਅਗਲਿਆਂ ਨੂੰ ਇਹ ਇੰਨਾ ਦੇ ਹੁੰਦਾ ਨਾ ਵੀ ਯਾਰ ਪੰਜ ਚਾਰ ਲਾਗਲੇ ਬੰਦੇ ਨੂੰ ਪਤਾ ਲੱਗ ਗਿਆ ਵੀ ਯਾਰ ਵੀਰ ਅੱਜ ਤੇਰਾ ਜਨਮ ਦਿਨ ਆ ਵੀ ਬਹੁਤ ਬਹੁਤ ਮੁबारक हां 10 ਬੰਦੇ ਹੋਰ ਕਹਿਣਗੇ 10 ਬੰਦੇ ਹੋਰ ਕਹਿਣਗੇ ਵੀ ਚਲੋ ਉਹ ਦਿਨ ਚੰਗਾ ਲੱਗੂਗਾ ਤੇ ਉਹ ਜਿੱਦਾਂ ਆਪਸ ਦੇ ਵਿੱਚ ਉਹਨੂੰ ਥੋੜਾ ਜਿਹਾ ਮਹਿਸੂਸ ਹੋ ਵੀ ਯਾਰ ਸਰਕਾਰ ਨੂੰ ਫਿਕਰ ਹੀ ਸਾਡਾ ਵੀ ਐਵੇਂ ਬੰਦਿਆਂ ਜਾਉਨੇ हां ਵੀ ਅਸੀਂ ਵੀ ਹੈਗੇ ਆ ਸਾਨੂੰ ਮਾਨਤਾ ਦਿੰਦੇ ਆ ਮਾਨਤਾ ਦਿੰਦੇ ਬਾਕੀ ਸੰਧਾਲੀਆ ਸਭ ਉਹਨਾਂ ਨੇ ਉਥੇ ਇਹ ਵੀ ਕਿਹਾ ਕਿ ਪਿੰਡਾਂ 'ਚ ਜਾਣਾ ਕੈਂਪ ਲਾਉਣੇ ਆ ਬਕਾਇਦਾ ਮੈਂ ਕਹਿੰਦਾ ਮਹੀਨੇ ਦਾ ਰੋਸਟਰ ਇੱਕ ਬਣਿਆ ਹੋਵੇ ਪਤਾ ਹੋਣਾ ਚਾਹੀਦਾ ਕਿ ਪਾਈ ਉਸ ਦਿਨ ਫਿਰ ਲੋਕ ਵੀ ਜਿਹੜੇ ਕਿ ਆ ਅਧਿਕਾਰੀ ਉਥੇ ਹੋਣਗੇ ਆ ਕ ਜਿਹੜੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਦਾ ਹੌਸਲਾ ਵਧੂਗਾ ਕਿ ਭਾਈ ਕੰਮ ਕਰੀਏ بڑے ਬੰਦੇ ਨੇ ਜਿਹੜੇ ਚਾਹ ਦਾ ਕੱਪ ਨਹੀਂ ਪੀਂਦੇ ਕਿਸੇ ਤੋਂ ਇਸ ਵਿਭਾਗ ਦੇ ਵਿੱਚ ਵੀ ਉਹ ਕਹਿੰਦੇ ਨਹੀਂ ਜੀ ਨਹੀਂ ਸਾਨੂੰ ਤਨਖਾਹ بڑے ਬੰਦੇ ਨੂੰ ਮਿਲਣ ਦਾ ਮੌਕਾ ਮਿਲਦਾ ਉਹ ਕਹਿੰਦੇ ਜੀ ਤਨਖਾਹ ਮਿਲਦੀ ਹੈ ਸੋਹਣਾ ਗੁਜ਼ਾਰਾ ਹੁੰਦਾ ਕਦੇ ਸੋਚਿਆ ਵੀ ਨਹੀਂ ਸੀ ਇੰਨੀ ਤਨਖਾਹ ਮਿਲਿਆ ਕਰੂਗੀ ਉਹ ਬੰਦਿਆਂ ਦਾ ਹੌਸਲਾ ਵਧੂਗਾ ਤੇ ਨਾਲ ਇੱਕ ਗੱਲ ਹੋਰ ਕਹਿਤੀ ਕਿ ਭਾਈ ਨਾਕੇ ਲਾਤੇ ਆ ਲਾਲਚੰਦ ਘਟਾਰੂ ਚੱਕ ਹੋਰੀ ਆਪਾਂ ਨੂੰ ਪਤਾ ਇੱਕ ਮਹਿਕਮਾ ਉਹਨਾਂ ਦੇ ਕੋਲ ਕਿਹੜਾ ਪੂਰੇਨ ਸਿਵਲ ਸਪਲਾਈ ਵਾਲਾ ਜਿਹੜਾ ਕਿ ਭਾਈ ਬਾਹ ਨਾਲੇ ਵੀ ਕਹਤਾ ਕਿ 14 ਘੰਟਿਆਂ ਦੇ ਵਿੱਚ ਜਿਹੜਾ ਕਿਸਾਨ ਅੱਜ ਆਇਆ ਫਸਲ ਵੇਚੀ ਐ ਜਿੰਨੇ ਵਜੇ ਵੇਚੀ ਐ ਅਗਲੇ ਦਿਨ 10 ਵਜਣ ਤੋਂ ਪਹਿਲਾਂ ਪੈਸੇ ਉਹਦੇ ਕੋਲ ਹੋਣਗੇ ਜਾਂ ਖਾਤੇ 'ਚ ਹੋਣ ਜਾਂ ਕਿ ਜਿਹੜਾ ਵੀ ਟੰਗ ਤਰੀਕਾ ਵਰਤੇ ਜਾਊਗਾ ਡੀਸੀ ਸਾਹਿਬ ਨੂੰ ਕਹਤਾ ਜੀ ਸਾਫ ਸਫਾਈ ਮੰਡੀ 'ਚ ਪੂਰੀ ਹੋਣੀ ਚਾਹੀਦੀ ਐ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਕਿਸਾਨ ਖੱਜਲ ਨਹੀਂ ਹੋਣਾ ਚਾਹੀਦਾ ਬਸ ਇਸ ਗੱਲ ਦਾ ਧਿਆਨ ਰੱਖ ਲਓ ਤੇ ਇਹ ਵੀ ਕਹਤਾ ਕਿ ਸਾਡਾ ਬੰਦਾ ਕੋ ਆਖੀ ਇਹ ਨਹੀਂ ਕਹੂਗਾ ਜੀ ਇੱਥੇ ਪਰਚਾ ਕਰੋ ਤੇ ਇੱਥੇ ਨਾ ਕਰੋ ਹਮ ਇਮਾਨਦਾਰੀ ਨਾਲ ਕੰਮ ਕਰਿਓ ਜੇ ਕੋਈ ਸਾਡਾ ਬੰਦਾ ਤੰਗ ਕਰਦਾ ਸਾਨੂੰ ਦੱਸ ਦਿ ਪਰ ਜੇ ਲੋਕ ਤੰਗ ਹੋਏ ਫੇਹੇ ਦੱਸਾਂਗੇ। ਹਾਂ। ਨਹੀਂ ਵਧੀਆ ਗੱਲ ਆ। ਬਾਕੀ ਕੁਟਾਰਚੂਆਕ ਸਾਹਿਬ ਨੇ ਜਿਹੜਾ ਇਹ ਫੈਸਲਾ ਲਿਆ ਆਪਿਆਂ ਜੀ ਚਲੋ ਜੀ ਆਪਾਂ ਹੁਣ ਨਾਕੇ ਲਾਤੇ ਆ ਵੀ ਤੁਸੀਂ ਉਸ ਚੀਜ਼ ਦੀ ਫਿਕਰ ਨਾ ਕਰੋ। ਜੀ। ਨਾਲ ਪੁੱਛ ਲਿਆ ਵੀ ਮਹਾਰਾਜ ਕਾਰਨ ਆ ਵੀ ਆ ਵੀ ਫ੍ਰੀ ਆ ਉਹ ਵੀ ਫ੍ਰੀ ਆ ਆ ਵੀ ਫ੍ਰੀ ਤੇ ਆ ਉਹ ਵੀ ਫ੍ਰੀ। ਇਹਦੇ ਫ੍ਰੀ ਕਿੱਥੇ ਹੁੰਦਾ? ਫ੍ਰੀ ਨਹੀਂ ਕੁਝ ਵੀ ਹੁੰਦਾ। ਲੋਕ ਟੈਕਸ ਦਿੰਦੇ ਆ ਤੇ ਉਸ ਟੈਕਸ ਦੇ ਵਿੱਚ ਜਿਹੜੀ ਆ ਉਹਨਾਂ ਲੋਕਾਂ ਨੂੰ ਸਹੂਲਤਾਂ ਸਰਕਾਰ ਨੂੰ ਦੇਣੀਆਂ ਚ ਬਣਦੀਆਂ ਨੇ। ਅਸੀਂ ਤੇ ਉਹਨਾਂ ਦੇ ਨੂੰ ਦੇਣ ਦੀ ਗੱਲ ਕਰਦੇ ਆ। ਹਾਂ ਜੇ ਤੁਸੀਂ ਉਹਨਾਂ ਆਖੀ ਜੋ ਵੀ ਉਹ ਫ੍ਰੀ ਆ ਫ੍ਰੀ ਕੁਝ ਨਹੀਂ। ਕਲੀ ਕਲੀ ਚੀਜ਼ ਦੇ ਲੋਕ ਟੈਕਸ ਦਿੰਦੇ ਆ ਤੇ ਉਹਦੇ ਟੈਕਸ ਨੂੰ ਜੇ ਸਰਕਾਰ ਵਾਪਸ ਉਹਨਾਂ ਨੂੰ ਸਹੂਲਤਾਂ ਦੇ ਰੂਪ ਚ ਮੋੜ ਦਵੇ ਤੇ ਉਹ ਫ੍ਰੀ ਕੁਛ ਨਹੀਂ ਆ ਪਰ ਇੱਕ ਚੀਜ਼ ਹੈ ਜੇ ਕਿਸਾਨਾਂ ਨੂੰ ਇੱਕ ਪਾਸੇ ਤੇ ਸਹੂਲਤਾਂ ਦੀ ਗੱਲਬਾਤ ਦੂਸਰੇ ਪਾਸੇ ਕਿਸਾਨਾਂ ਦੇ ਗਰੁੱਪ ਅਲੱਗ-ਅਲੱਗ ਥਾਵਾਂ ਦੇ ਉੱਪਰ ਇਕੱਠੇ ਵੀ ਹੋਣ ਲੱਗ ਪਏ ਉਹ ਕਹਿੰਦੇ ਜੀ ਇੱਕ ਤੇ ਹੁੰਦਾ ਵੀ ਬਿਜਲੀ ਵਾਲੀ ਤਾਰ ਜਿਹੜੀ ਹੈ ਜੀ ਉਹ ਸ਼ਾਰਟ ਹੈ ਤੇ ਕਰੰਟ ਮਾਰਦੀ ਜੀ ਉਹ ਕਹਿੰਦੇ ਵੀ ਹੁਣ ਬਿਜਲੀ ਵਾਲਾ ਜਿਹੜਾ ਤੁਸੀਂ ਪ੍ਰੀ-ਪੇਡ ਮੀਟਰ ਆ ਨਾ ਉਹ ਜ਼ਿਆਦਾ ਕਰੰਟ ਮਾਰੂਗਾ ਜੇ ਕਿਤੇ ਲਾਇਆ ਤੇ ਹੁਣ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਪਣੇ ਵੱਲੋਂ ਇਹ ਫੈਸਲਾ ਕਰਤਾ ਵੀ ਇਹ ਜਿਹੜੇ ਪ੍ਰੀਪੇਡ ਮੀਟਰ ਨੇ ਇਹ ਪੰਜਾਬ ਚ ਸੀ ਨਹੀਂ ਲਗੜ ਦੇਣੇ ਨਹੀਂ ਸੰਧਾਲੀਆ ਸਭ ਕਿਸਾਨ ਜੱਥੇਬੰਦੀਆਂ ਨੇ ਤਾਂ ਕੰਮਰ ਕੱਸ ਲਈ ਹੈ ਪਿੰਡਾਂ ਜਾ ਕੇ ਲਾਮਨਦੀ ਕਰਨ ਲੱਗ ਪਏ ਉਹਨਾਂ ਨੂੰ ਦੱਸਣ ਲੱਗ ਪਏ ਜੋ ਕਮੀਟਰ ਲਾਉਣ ਦਾ ਸਾਨੂੰ ਦੱਸੋ ਜਾਏਂ ਵਿਰੋਧ ਕਰੋ ਉਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਲਈ ਵੱਡੀ ਚੁਣੌਤੀ ਰਣੀ ਹੈ ਕਿ ਭਾਈ ਕਿਵੇਂ ਕੰਮ ਅਗਲੇ ਪਾਸੇ ਨੂੰ ਬਤਾਈਏ ਦੂਸਰਾ ਜਿਹੜਾ ਲੰਬੀ ਦੇ ਵਿੱਚ ਪਿਛਲੇ ਦਿਨੀ लाठी ਚਾਰਜ ਹੋਇਆ ਸੀ ਕਿ ਉਹਨਾਂ ਨੇ ਮਾਲ ਵਿਭਾਗ ਦੇ ਕਰਮਚਾਰੀ ਸਮੇਤ ਪਟਵਾਰੀ ਸਾਹਿਬ ਨੇ ਇਸ ਸਨੇਬ ਸੀਲ ਦਾ ਰਤੀ ਰਾਤ ਤੱਕ ਅੰਦਰ ਰੱਖੇ ਸੀ ਬਾਕੀ ਪਟਵਾਰੀਆਂ ਨੇ ਜਾ ਕੇ ਧਰਨਾ ਲਾ ਦਿੱਤਾ ਸੜਕ ਰੋਕ ਦਿੱਤੀ ਉਧਰੋਂ ਫਿਰ ਪੁਲਿਸ ਨੇ ਥੋੜੀ ਜਿਹੀ ਸਖਤੀ ਕਰਕੇ ਬੰਦੇ ਬਾਹਰ ਕੱਢੇ ਉਗਰਾਹਾ ਜੱਥੇਬੰਦੀ ਜੁਗਿੰਦਰ ਸਿੰਘ ਉਗਰਾਹਾ ਔਰ ਆੜੀ ਅਗਵਾਈ ਵਾਲੀ ਉਹ ਹੁਣ ਲੰਬੀ ਦੇ ਵਿੱਚ ਧਰਨਾ ਲਾ ਕੇ ਬੈਠੇ ਆ ਕਿ ਭਾਈ ਇਨਸਾਫ ਚਾਹੀਦਾ ਸਾਡੇ ਬੰਦਿਆਂ ਦੇ ਡਾਂਕ ਤਾਂ ਫਿਰਤੀ ਭਾਈ ਅਸੀਂ ਮੁਆਵਜ਼ੇ ਲਈ ਉੱਥੇ ਇਕੱਠੇ ਹੋਏ ਸੀ ਔਰ ਕਿਸੇ ਕੰਮ ਲਈ ਤਾਂ ਨਹੀਂ ਅੱਜ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਮੀਟਿੰਗ ਲਈ ਸੱਦਿਆ ਹੈ ਉਹ ਜੱਥੇਬੰਦੀ ਦੇ ਨ ਜੀ ਉਹ ਇਸ ਮੁੱਦੇ ਦੇ ਉੱਤੇ ਗੱਲ ਕਰਨਗੇ ਕਿਉਂਕਿ ਕਿਸਾਨ ਇਸ ਕਰਕੇ ਨਹੀਂ ਸੀ ਉਦੋਂ ਗਿਆ ਕਿ ਉਹਨਾਂ ਨੇ ਕਿਸੇ ਪਟਵਾਰੀ ਸਾਹਿਬ ਨੂੰ ਜਾਂ ਕਿਸੇ ਨੈਪ ਤਹਿਸੀਲਦਾਰ ਸਾਹਿਬ ਨੂੰ ਅੰਦਰ ਕਰਨਾ। ਉਹ ਇਸ ਕਰਕੇ ਗਿਆ ਸੀ ਕਿ ਮੁਆਵਜ਼ਾ ਦੇ ਉਹ ਫਸਲ ਖਰਾਬ ਹੋਈ ਹੈ। ਦੂਸਰਾ ਉਹ ਇਸ ਕਰਕੇ ਐਸੀ ਕਈ ਪਿੰਡਾਂ ਦੇ ਵਿੱਚ ਬਿਲਕੁਲ ਤੁਸੀਂ ਮੁਆਵਜ਼ਾ ਨਹੀਂ ਦਿੱਤਾ। ਤੀਸਰਾ ਉਹ ਇਸ ਕਰਕੇ ਵੀ ਗੁੱਸੇ ਸੀ ਕਿ ਸਾਨੂੰ ਕਈ ਵਾਰੀ ਪਹਿਲਾਂ ਕਹਿ ਚੁੱਕਾ ਜੀ ਤਿੰਨ ਦਿਨਾਂ ਚ ਹੋਜੂ ਚੌਦਾਂ ਦਿਨਾਂ ਚ ਹੋਜੂ ਤੇ 14 ਹੋ ਗਏ ਹੋਇਆ ਕੁਛ ਨਹੀਂ। ਉਹਦੇ ਤੋਂ ਬਾਅਦ ਵੀ ਕਹਿੰਦੇ ਜੇ ਸਾਡੇ ਡਾਂਗਾ ਹੀ ਪੈਣੀਆਂ ਤਾਂ ਫਿਰ ਸਾਨੂੰ ਧਰਨਾ ਲਾਉਣਾ ਪਊਗਾ ਤੇ ਅੱਜ ਉਹ ਮਸਲਾ ਨਿਬੜ ਜਾਏ, ਸੁਲਝ ਜਾਏ, ਦੋ ਵਧੀਆ ਗੱਲ ਹੈ ਆਪਾਂ ਆਸ ਉਮੀਦ ਕਰਦੇ ਆਂ ਬਾਕੀ ਇਹ ਆਸ ਉਮੀਦ ਦੇ ਵਿੱਚ ਇੱਕ ਗੱਲ ਤੇ ਹੈਗੀ ਆ ਵੀ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ 100/100 ਸਹੀ ਹੋ ਜਾਂਦੀਆਂ ਤੇ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ 100/95 94 ਤੱਕ ਵੀ ਰਹਿ ਜਾਂਦੀਆਂ ਮੈਨੂੰ ਲੱਗਦਾ ਵੀ ਕਈ ਵਾਰ 94 ਜਿਹੜਾ ਨਾ ਮੈਨੂੰ ਇਹ ਚੇਤਾ ਆ ਜਾਂਦਾ ਕਹਿੰਦੇ 94% ਬਾਦੀ ਪੁੱਟਿਆ ਨੇ ਉਹਦਾ 92 ਨਹੀਂ ਕਿੰਨੇ 2% ਦਾ ਵਾਚ ਹੋ ਗਿਆ ਇਹ ਪੂਰੇ ਨਾ ਆ ਉਹ 92 ਇੰਚਾ 90% ਚਲੋ ਮੈਂ ਨਾ ਵੀ 100% ਸਹੀ ਮਾਨਿਆ ਅੱਜ ਗੱਲੇ ਬਿਆਨ ਦੇ ਹਿਸਾਬ ਨਾਲ ਹੀ ਮੈਂ ਗੱਲ ਕਰਦਾ ਵੀ ਸਹੀ ਮਾਨਿਆ ਜੇ 100% ਵੀ ਗੱਲ ਬਣ ਜAVE ਤੇ ਕਿਤਨਾ ਕਿਤੇ ਹੌਲੀ ਹੌਲੀ ਤੁਰਨਾ ਚਾਹੀਦਾ ਉਸ ਪਾਸੇ ਨਾ ਮੈਂ ਤਾਂ ਇੰਨੀ ਹੀ ਬੇਨਤੀ ਕਰਦਾ ਕਈ ਵਾਰੀ ਨਾ ਦੇਖੋ ਅਸੀਂ ਚਾਹੁੰਦੇ ਆ ਕਿ ਭਾਈ ਭਾਵੇਂ 84 ਕਰਦੇ ਹੋ 85 88 90% ਤੱਕ ਕਰਦੇ ਹੋ ਵਾਦੇ ਪੂਰੇ ਆਮ ਤੌਰ ਦੇ ਉੱਤੇ ਮੈਨੂੰ ਕਦੇ ਕਹਿੰਦੇ ਥੋੜੀ ਲੀਟਰਾਂ ਦੀ ਗੱਲ ਇਦਾਂ ਲਾ ਦਿੰਦੇ ਬੰਦਾ ਕਰਦੇ ਉੱਥੇ ਬਾਰ ਚ ਖੜਾ ਹੋਊਗਾ ਉਦਦੇ ਪਿੱਛੇ ਲੋਕ ਕੋਈ ਗੱਲਾਂ ਤੇ ਖੜਦੇ ਆਂ ਕਈਆਂ ਨੂੰ ਹੁੰਦਾ ਨਾ ਕਿ ਦੋ ਘੜੀ ਬਾਹਰ ਖੜਦੇ ਆਂ ਤੇ ਆਉਂਦਾ ਜਾਂਦਾ ਕੋਈ ਕੀ ਹਾਲ ਇਹ ਬਾਰ ਸ਼ਬਦ ਸੀ ਕਿ ਬਾਰ ਜਿਹੜਾ ਬੂਹਾ ਬਾਰ ਅੱਛਾ ਨਹੀਂ ਮੈਂ ਕਹਾ ਵੀ ਐਨੂੰ ਹੀ ਲੱਗਣਾ ਪਈ ਨਹੀਂ 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 ਬਾਹਰ ਨਹੀਂ ਹੈ ਨਹੀਂ ਬਾਹਰ ਨਹੀਂ ਹੈ ਅੱਛਾ ਹਨਾ ਚੇਤਾ ਆਉਂਦਾ ਤੁਹਾਨੂੰ ਮੁਰਮੁਰ ਕੇ ਚਲੋ ਮੈਂ ਆ ਗਿਆ ਬਾਹਰਨ ਦੇ ਬੂਝ ਖਲੋਤਾ ਬੰਦੇ ਵਿੱਚ ਜੇ ਨਹੀਂ ਉਥੋਂ ਮੋਰਿਆਂ ਦੀ ਕੋਈ ਲੰਘਦਾ ਜਾਂਦਾ ਹੋਵੇ ਉਦਹੀਂ ਆਓ ਜੀ ਫੇਰ ਚਾਹ ਦਾ ਪਿਆਲਾ ਚਾਹ ਸ਼ਕਾਈਏ ਲੱਸੀ ਪਾਣੀ ਕਿ ਯਾਰੀ ਮੇਰੇ ਅਗੇ ਤੇ ਚਾਟੀ ਜੁ ਹੁੰਦੀ ਹੈ ਨੀ ਲੱਸੀ ਹੂੰ ਇਿੱਤਾਂ ਨਹੀਂ ਵਾਦੇ ਪੂਰੇ ਕਰ ਰਹੇ ਆਪਾਂ ਜੇ ਤਾਂ ਲੱਸੀ ਹੈਗੀ ਆ ਫਿਰ ਲੱਸੀ ਕਹਿੰਦੇ ਜੇ ਪਾਣੀ ਆ ਤਾਂ ਉਹ ਪਾਣੀ ਕਹਿੰਦਾ ਅੰਨੇ ਚਲੋ ਵਧੀਆ ਗੱਲ ਆ ਇੱਕ ਮੇਰਾ ਖਲਵਾਵਾ ਚਿਰ ਦੀ ਡਿਮਾਂਡ ਸੀਗੀ ਉਹਦੀ ਹੁਣ ਚਰਚਾ ਚੱਲੀ ਵੀ ਉਹ ਪੂਰੀ ਹੋ ਰਹੀ ਹੈ ਜੀ ਆਉਣ ਵਾਲੇ ਦਿਨਾਂ ਚ ਹੋ ਜਵੇ ਨੇਪਰੇ ਚੜ੍ਹ ਜੇ ਆਪਾਂ ਉਹਦੀ ਆਸ ਕਰਦੇ ਆ ਹੂੰ ਹੂੰ ਉਹ ਡਿਮਾਂਡ ਆ ਕਿ ਵੀ ਅਮਰਸਰ ਸਾਹਿਬ ਤੁਹੇ ਫਿਰੋਜ਼ਪੁਰ ਨੂੰ ਜਾਣਾ ਹੋਵੇ ਜੀ ਤੇ ਯਾਰ ਕੋ ਰੇਲ ਲਿੰਕ ਨਹੀਂ ਬਣਦਾ ਨਾ ਬੜੀ ਧੀਰੇ ਤੋਂ ਡਿਮਾਂਡ ਸੀ ਕਈ ਦਿਹਾਕੇ ਕਹਿੰਦੇ ਲਾਂਗੇ ਸੀ ਯਾਰ ਪਰ ਉਹ ਗੱਲ ਚੱਲਦੀ ਨਹੀਂ ਬਣਦਾ ਨਹੀਂ ਸੀ ਕਿ ਬਣਾਇਆ ਨਹੀਂ ਸੀ ਇਹੀ ਹੁੰਦੇ ਕੋੰਡੀ ਆ ਜਿਹੜੀ ਅਜੇ ਤੱਕ ਸਮਝ ਨਹੀਂ ਆਉਂਦੀ ਸੀ ਕੋਈ ਕਹਿੰਦੇ ਸੀ ਆਰਪੀਓ ਦੀ ਪਰਮਿਸ਼ਨ ਨਹੀਂ ਮਿਲਦੀ ਕੋਈ ਕਹਿੰਦੇ ਸੀ ਜਮੀਨ ਨਹੀਂ ਮਿਲਦੀ ਕੋਈ ਕਹਿੰਦੇ ਸੀ ਕੇਂਦਰ ਸਰਕਾਰ ਨਹੀਂ ਕਰਦੀ ਕਿਉਂਕਿ ਰੇਲਵੇ ਦਾ ਵਿਭਾਗ ਉਹਨਾਂ ਦੇ ਕੋਲ ਆ ਹੁਣ ਹੁੰਦਾ ਕੀ ਸੀ ਵੀ ਜਿੰਨੇ ਫਿਰੋਜ਼ਪੁਰੋਂ ਅਮਰਸਰ ਸਾਹਿਬ ਜਾਣਾ ਉਹਨੂੰ ਕਹਿੰਦੇ ਸੜਕੀ ਰਸਤੇ ਜਾਣਾ ਪੈਂਦਾ ਤੇ ਵਾਵਾ ਵਾਵਾ ਪੈਂਦਾ ਸੀ ਘੁੰਮ ਕੇ ਬਹੁਤ ਸਾਰਾ ਸਮਾਨ ਜੇ ਆਪਾਂ ਵਪਾਰੀ ਦਮਕੇ ਦੀ ਗੱਲ ਕਰੀ ਉਹ ਕਹਿੰਦੇ ਵੀ ਜੇ ਅਮਰਸਰ ਸਾਹਿਬ ਮੰਗਾਉਣਾ ਹੁੰਦਾ ਉਧਰਲੇ ਪਾਸਿਓ ਤੇ ਉਹ ਵਾਇਆ ਉਹੀ ਜਲੰਧਰ ਹੀ ਆਉਣਾ ਘੁੰਮ ਕੇ ਤੇ ਜੇ ਆਪਾਂ ਜੇ ਆਪਾਂ ਦਿੱਲੀ ਜਾਂ ਬਾਅਦ ਬੰ ਪੀ ਸਿੱਧਾ ਰਸਤਾ ਕਿਉਂ ਨਹੀਂ ਐਸਾ ਕੀ ਰੌਲਾ ਵੀ ਆਪਾਂ ਉਹ ਟ੍ਰੇਨ ਵਾਲਾ ਜਿਹੜਾ ਉਹਨਾਂ ਕਥਾਂ ਹੈ ਤਾਂ 24 25 ਕਿਲੋਮੀਟਰ ਦੇ ਕਹਿੰਦੇ ਏਰੀਆ ਵੀ ਉਹ ਬਣਦਾ ਨਹੀਂ ਪਰ ਹੁਣ ਕਹਿੰਦੇ ਆ ਵੀ ਉਹ ਜਿਹੜੀ ਗੱਲ ਆ ਉਹ ਨੇਪਰੇ ਚੜ ਗਈ ਸ਼ਾਇਦ ਆਉਣ ਵਾਲੇ ਦਿਨਾਂ ਜਮੀਨ ਇਕਵਾਰੀ ਵਾਲਾ ਕੰਮ ਹੀ ਹੋ ਜਵੇ। ਵੀ ਪੱਟੀ ਦੇ ਵਿੱਚ ਦੀ ਕੱਢੋਗੇ? ਇਹ ਨਹੀਂ ਹੁਣ ਪਤਾ ਅਗਲੇ ਕਿੱਧਰ ਦੀ ਕੱਢਦੇ। ਪਰ ਅਗਲਾ ਨੇ ਕੱਢ ਦੇਣੀ ਹੁਣ ਕੱਢ ਦੇਣੀ ਕਹਿੰਦੇ ਵੀ ਦਰਿਆ ਟਪਾ ਕੇ ਸਿੱਧਾ ਫਰੋਜਪੁਰ ਨੂੰ ਅਮਰਸਰ ਨਾਲ ਜੋੜ ਦੇਣਾ ਤੇ ਕੋਈ ਕਹਿੰਦਾ ਵੀ 80 ਕਿਲੋਮੀਟਰ ਦਾ ਫਰਕ ਪੈਣਾ ਕੋਈ ਕਹਿੰਦਾ 120 ਕਿਲੋਮੀਟਰ ਦਾ ਫਰਕ ਪੈਣਾ ਇਹਦੇ ਚਲੋ ਪਰ 25 ਕਿਲੋ 25 ਮਿੰਟਾਂ ਦੇ ਵਿੱਚ ਹੀ ਅਮਰਸਰੋਂ ਫਰੋਜਪੁਰ ਵਾਲਾ ਕੰਮ ਹੋ ਜਾਣਾ ਨਹੀਂ ਦੇਖੋ ਲੋਕਾਂ ਨੂੰ ਸਹੂਲਤਤਾ ਉਹਦੇ ਨਾਲ ਬਹੁਤ ਹੋ ਜੂਗੀ ਉਧਰਲੇ ਪਾਸਾ ਜਿਹੜਾ ਕਿਉਂਕਿ ਧਾਰਮਿਕ ਤੌਰ ਦੇ ਤੇ ਤਾਂ ਆਉਣਾ ਹੀ ਹੁੰਦਾ ਮੈਨੂੰ ਤਾਂ ਇਹ ਵੀ ਲੱਗਦਾ ਸੰਧਾਲੀਆ ਸਾਹਿਬ ਕਿ ਹੁਣ ਆਪਾਂ ਇਧਰਲੇ ਪਾਸੇ ਸਮਾਨ ਬੰਬਈ ਨੂੰ ਲੈ ਕੇ ਜਾਂਦੇ ਆ ਕਿ ਭਾਈ ਇੱਥੇ ਦਾ ਸਮਾਨ ਉੱਥੇ ਬੰਦਰਗਾਹ ਤੇ ਪੁੱਜੇ ਤੇ ਉਧਰ ਜਾਵੇ ਤੇ ਉਥੋਂ ਫਿਰ ਦੁਬਈ ਜਾਂਦਾ ਦੁਬਈ ਤੋਂ ਪਾਕਿਸਤਾਨ ਅਫਗਾਨਿਸਤਾਨ ਇਧਰਲੇ ਪਾਸੇ ਨੂੰ ਜਾਂਦਾ ਹੋ ਸਕਦਾ ਮੁੜ ਕੇ ਉਹ ਕਹਿਣ ਯਾਰ ਭੀ ਉਧਰ ਦੀ ਜ਼ਰੂਰ ਭੇਜਣਾ ਹੈ ਉੱਥੋਂ ਆਓ ਆਪਾਂ ਬਾਘੇ ਉਮਾਰ ਕਰਦੇ ਆ ਆਹ ਰੀਲ ਗੱਟਾ ਦਾ ਵੀ ਉਹ ਕਹਿੰਦਾ ਵੀ ਯਾਰ ਸਮੁੰਦਰੀ ਜਹਾਜ਼ ਜਿਉਂ ਲੱਦੀ ਲਏ ਫੇਰ ਉਹ ਹੌਲੀ ਹੌਲੀ ਸਮੁੰਦਰ ਦਾ ਢੇੜਾ ਕੱਢ ਕੇ ਉੱਥੇ ਜਾਂਦਾ ਉਸ ਨੂੰ ਚੰਗਾ ਵੀ ਉੱਥੋਂ ਸਿੱਧੀ ਗੱਡੀਏ ਪਾਓ ਅਮਰਸਰ ਫਰੋਜਪੁਰੋਂ ਸਦਾ ਅਮਰਸਰ ਤੇ ਅਮਰਸਰੋਂ ਕਿਤੇ ਟਰੱਕ ਰਹੀਆਂ ਅਗਲੇ ਟਰੱਕ ਰਹੀਆਂ ਆਕੇ ਫਰੋਜਪੁਰੋਂ ਕੀ ਮੈਂ ਕਹਿੰਨਾ ਬੰਬੇ ਤੋਂ ਹੀ ਆਵੇ ਕਿ ਸਮਾਨ ਇਹਨੂੰ ਜਿਹੜੀਆਂ ਚੀਜ਼ਾਂ ਆਉਣ ਨੂੰ ਜਾਂਦੀਆਂ ਇਹ ਐਂ ਦੀ ਭੇਜਣੀਆਂ ਯਾਰ ਗੱਲ ਕਿਹੜੀ ਆ ਉਹ ਸਕਦਾ ਇਹ ਹੁਣ ਜਿਹੜਾ ਰੇਲ ਲਿੰਕ ਜੁੜਨਾ ਇਹਦੇ ਨਾਲ ਬਹੁਤ ਤਰ੍ਹਾਂ ਦੀ ਤਬਦੀਲੀ ਆ ਸਕਦੀ ਆ ਬਾਕੀ ਜਦੋਂ ਆਊਗੀ ਉਦੋਂ ਪਤਾ ਲੱਗੂ ਅਜੇ ਤਾਂ ਉਹ ਕਣਕ ਖੇਤ ਕੁ ਹਰਿਆਣੇ ਦੇ ਪਿੰਡ ਪੰਜਾਬ ਦੇ ਪਿੰਡ ਹੈ ਹਰਿਆਣੇ ਦੇ ਪਿੰਡਾਂ ਦੇ ਵਿੱਚ ਵੀ ਖਾਦ ਪੈਂਦੀ ਆ ਤਾਂ ਖੇਤੀ ਹੁੰਦੀ ਆ ਸਾਡੇ ਵੀ ਖਾਦ ਪੈਂਦੀ ਆ ਤਾਂ ਖੇਤੀ ਹੁੰਦੀ ਆ ਅਸੀਂ ਵੀ ਕੀੜੇ ਮਾਰ ਦਵਾਈਆਂ ਬਹੁਤ ਪਾਉਂਦੇ ਉਹ ਵੀ ਬਹੁਤ ਪਾਉਂਦੇ ਜੇ ਪਾਣੀ ਸਾਡਾ ਧਰਤੀ ਹੇਠਲਾ ਥੱਲੇ ਤੋਂ ਉੱਥੇ ਵੀ ਥੱਲੇ ਉੱਥੇ ਵੀ ਇਦਾਂ ਨਹੀਂ ਆਇਆ ਲੰਗਰ ਪਾਣੀ ਪ੍ਰਸ਼ਾਦਾ ਜਦੋਂ ਛਕਦੇ ਆ ਜ਼ਰੂਰੀ ਨਹੀਂ ਕਿ ਰੋਜ਼ ਚੌਲ ਖਾਣੇ ਹੁੰਦੇ ਆ ਇਹਦੇ باوجود ਵੀ ਛੋਣੇ ਤੋਂ ਉਹ ਵੀ ਖੜਾ ਛੜਾਉਣਾ ਚਾਹੁੰਦੇ ਆ ਤਾਂ ਸਾਡੇ ਵਾਲੇ ਵੀ ਛੜਾਉਂਦੇ ਆ ਹਮ ਹਰਿਆਣੇ ਦੇ ਵੀ ਕਈ ਪਿੰਡ ਇਦਾਂ ਦੇ ਨੇ ਜਿੱਥੇ ਛੱਪੜ ਨਹੀਂ ਸਾਫ਼ ਹੋਏ ਤੇ ਪੰਜਾਬ ਦੇ ਵੀ ਨੇ ਹਰਿਆਣੇ ਹੁਣ ਬਿਰਲੇ ਬਾਂਝੇ ਕੇਸ ਆਉਣ ਲੱਗ ਪਏ ਆ ਬਿਰਲੇ ਬਾਂਝੇ ਤਾਂ ਨਹੀਂ ਕਾਫੀ ਆਉਣ ਲੱਗ ਪਏ ਕਿ ਉਹਨਾਂ ਦੇ ਮੁੰਡੇ ਵੀ ਕਹਿੰਦੇ ਜੀ ਕਿ 1 2 2.5 3.5 ਨੰਬਰ ਚ ਵਿਦੇਸ਼ ਸ਼ਿਕਰੀ ਪਹਚਾ ਦਿਓ ਸਹੀ ਜੇਲਾਂ ਚ ਉਹਨਾਂ ਦੇ ਵੀ ਬੰਦ ਦਾ ਸਾਡੇ ਤਾਂ ਬਹੁਤੇ ਬੰਦ ਆ ਮੈਂ ਸਿਰਫ ਤੁਹਾਨੂੰ ਇਹ ਕਹਿਣ ਲੱਗਾ ਸੀ ਕਿ ਪੰਜਾਬ ਵਾਲਿਆਂ ਨੇ ਵਿਧਾਨ ਸਭਾ ਦਾ ਸੈਸ਼ਨ ਚਲਾ ਲਿਆ ਖੱਟਰ ਸਾਹਿਬ ਨੇ ਅੱਜ ਚਲਾਉਣਾ ਹੀ ਹੋ ਸਕਦਾ ਹੈ ਕਿ ਜੇ ਮੈਨੂੰ ਸਮਝਾ ਦਿਓ ਤੁਸੀਂ ਅੱਜ ਕਿਉਂਕਿ ਲੀਡਰ ਬੰਦੇ ਹੋ ਕਿ ਜੇ ਹਰਿਆਣੇ ਵਾਲੇ ਚੰਡੀਗੜ੍ਹ ਖਿੱਚ ਕੇ ਲੈ ਗਏ ਕੀ ਨਾਲ ਲੱਗਦੇ ਪਿੰਡਾਂ ਦੇ ਛੱਪੜ ਸਾਫ਼ ਹੋ ਜਾਣੇ ਆ ਜਿਹੜੇ ਮੁੰਡੇ ਖੁੰਡੇ ਕੰਮ ਕਰਾ ਨਾ ਮਿਲਣ ਦੇ ਕਰਕੇ ਵਿਦੇਸ਼ ਚ ਜਾਂਦੇ ਆ ਉਹਨਾਂ ਨੂੰ ਕੰਮ ਕਰ ਮਿਲ ਜਾਣੇ ਜਾਂ ਫਿਰ ਜਿਹੜੀਆਂ ਜ਼ਹਿਰਾਂ ਜੂਰਾਂ ਪੈ ਕੇ ਉੱਥੇ ਬਿਮਾਰੀਆਂ ਵੀ ਲੱਗੀਆਂ ਜਾਂ ਉਹ ਬਿਮਾਰੀਆਂ ਖਤਮ ਹੋ ਜਾਣੀਆਂ ਤੇ ਜੇ ਪੰਜਾਬ ਵਾਲੇ ਕਿਤੇ ਧੂਕ ਲੈ ਰਸਈ ਆ ਇੱਧਰ ਵੀ ਸਾਰਾ ਕੁਝ ਠੀਕ ਹੋਣਾ ਚਿੱਟਾ ਚੂਟਾ ਉੱਡ ਜਾਣਾ ਹੋਣਾ ਫਿਰ ਖੰਭ ਲਾ ਕੇ ਕਿ ਕੁਝ ਹੋਰ ਵੀ ਫਰਕ ਪੈਣੀ ਆ ਨਹੀਂ ਇਹ ਗੱਲ ਤੇ ਆ ਵਿਚਾਰਨ ਵਾਲੀ ਅੱਗੇ ਵੀ ਆਪਾਂ ਕਰਦੇ ਰਿਹਾ ਪਰ ਹੁਣ ਇਹ ਗੱਲ ਸੁਨੀਲ ਜਾਖੜ ਸਾਹਿਬ ਨੇ ਵੀ ਕੀਤੀ ਉਹ ਕਹਿੰਦੇ ਦੇਖੋ ਕਾਰਨ ਆ ਵੀ ਇੰਨਾ ਲੰਮਾ ਮੁੱਦਾ 50 ਸਾਲ ਤੋਂ ਵੱਧ ਹੋ ਗਿਆ ਕਹਿੰਦੇ ਤੁਸੀਂ ਮੁੱਦਾ ਬਣਾ ਕੇ ਬੈਠੇ ਹੋ ਤੁਸੀਂ ਨਹੀਂ ਬਣਾਇਆ ਕਹਿੰਦੇ ਲੀਡਰਾਂ ਦਾ ਬਣਾਇਆ ਜੀ ਤੇ ਇੰਨਾ ਪੁਰਾਣਾ ਮੁੱਦਾ ਤੁਸੀਂ ਇੱਕ ਵਾਰਾਂ ਫਿਰ ਤੋਂ ਉਹ ਜਿੱਦਾਂ ਕਹਿੰਦਾ ਮਰਿਆ ਮੁੱਦਾ ਮਰਿਆ ਮੁੱਦਾ ਇੱਕ ਵਾਰਾਂ ਪਕੌੜਾ ਤਿੰਨ ਚਾਰ ਨਹੀਂ ਤਲਿਆ ਤੇ ਉਹਦੇ ਬਾਅਦ ਫਿਰ ਇੱਕ ਵਾਰਾਂ ਤਤਾਇਆ ਕਰਕੇ ਕਹਿੰਦੇ ਸਾਹਮਣੇ ਰੱਖਣ ਨੂੰ ਉਹਦੇ ਚ ਕਿਤੇ ਭਾਈਚਾਰਾ ਜਿਹੜਾ ਭਾਈਚਾਰਾ ਕਹਿੰਦੇ ਸਾਲ ਸਵਾ ਸਾਲ ਉੱਥੇ ਬਾਰਡਰਾਂ ਤੇ ਬਹਿ ਕੇ 700 ਤੋਂ ਵੱਧ ਤੁਸੀਂ ਆਪਣੀਆਂ ਕੁਰਬਾਨੀਆਂ ਦੇ ਕੇ ਬਣਾਇਆ ਭਾਈਚਾਰਾ ਉਸ ਭਾਈਚਾਰੇ ਨੂੰ ਤੋੜ ਨਾ ਲਿਓ ਕਿਤੇ ਚੰਡੀਗੜ੍ਹ ਦਾ ਕਰਕੇ ਇਹ ਜਾਖੜ ਸਾਹਿਬ ਨੇ ਕਿਹਾ ਪੰਜਾਬ ਤੇ ਹਰਿਆ ਸੰਧਾਲੀ ਆ ਸਾਬ ਇਹਦੇ ਵਿੱਚ ਕੋਈ ਦੂਰ ਐ ਨਹੀਂ ਜਾਖੜ ਸਾਹਿਬ ਨੇ ਬੜੀ ਸਿਆਣੀ ਗੱਲ ਕੀਤੀ ਆ ਕਿ ਭਾਈ ਚਾਰਾਂ ਨਾਲ ਰੋਟੇ ਨਹੀਂ ਤਾਂ ਸਾਰੀਆਂ ਪਾਰਟੀਆਂ ਦੇ ਪੰਜਾਬ ਦੇ ਲੀਡਰ ਹਰਿਆਣੇ ਦੇ ਲੀਡਰ ਉਹਨਾਂ ਨੂੰ ਐ ਲੱਗਦਾ ਕਿ ਬਸ ਨਾ ਨਾ ਐ ਖਰੋਚੀ ਜਾਣਾ ਕੁਛ ਨਾ ਕੁਛ ਵੀ ਭਾਈ ਚੰਡੀਗੜ੍ਹ ਵਾਲੇ ਮੁੱਦੇ ਤੇ ਹੀ ਵੋਟਾਂ ਪੈਣੀਆਂ ਹੋਰ ਕਿਸੇ ਤੇ ਵੋਟਾਂ ਨਹੀਂ ਪੈਣੀਆਂ ਇੱਥੇ ਖਿੱਚ ਕੇ ਜਰਾ ਤੱਤਾ ਜਿਹਾ ਬਿਆਨ ਦੋ ਖੱਟਰ ਸਾਹਿਬ ਕਹਿੰਦੇ ਜੀ 400 ਪਿੰਡ ਫੇ ਦੇ ਦਿਓ ਸਾਨੂੰ ਐਸ.ਐਲ ਬਣਾ ਦਿਓ ਮਾਨ ਸਾਹਿਬ ਤੇ ਬਾਕੀ ਪੰਜਾਬ ਦੇ ਲੀਡਰ ਕਹਿੰਦੇ ਚੰਡੀਗੜ੍ਹ ਹੈ ਹੀ ਪੰਜਾਬ ਦਾ ਦੇਖੋ ਚੰਡੀਗੜ੍ਹ ਵਾਲਿਆਂ ਨੂੰ ਹੁਣ ਪੁੱਛ ਪatsch ਲਈਏ ਮੈਨੂੰ ਕਦੇ-ਕਦੇ ਲੱਗਦਾ ਹੁੰਦਾ ਕਿ ਭਾਈ ਉਹ ਕਿਧਰਲੇ ਪਾਸੇ ਜਾਣਾ ਚਾਹੁੰਦੇ ਤੇ ਹੋ ਸਕਦਾ ਬਹੁਤੇ ਕਹਿੰਦੇ ਅਸੀਂ ਜਿੱਥੇ ਹੈਗੇ ਆ ਉੱਥੇ ਰਹਿਣਦੇ ਹੋ ਪਰ ਕਿਸਾਨ ਅੰਦੋਲਨ ਚੱਲਿਆ ਬਹੁਤ ਫਿੱਕ ਪਈ ਸੀ ਕਿਉਂਕਿ ਸਾਰੇ ਪੰਜਾਬੀ ਹਰਿਆਣੇ ਨਹੀਂ ਜਾਂਦੇ ਸਾਰੇ ਹਰਿਆਣੇ ਵੀ ਪੰਜਾਬ ਚ ਨਹੀਂ ਆਉਂਦੇ ਕੁਝ ਪਰਸੈਂਟ ਹੀ ਇੱਕ ਦੂਜੇ ਨਾਲ ਮਿਲਦੇ ਆ ਉਦੋਂ ਉਹਨਾਂ ਨੂੰ ਪਤਾ ਲੱਗਾ ਉਹ ਤੇਰੀ ਇਹ ਵੀ ਲੱਸੀ ਪੀਂਦੇ ਯਾਰ ਉਹ ਕਹਿੰਦੇ ਅੱਛਾ ਉਹ ਵੀ ਲੱਸੀ ਪੀਂਦੇ ਦੋਨੇ ਪੰਜਾਬ ਵਾਲਿਆਂ ਨੂੰ ਪਤਾ ਲੱਗਿਆ ਹਰਿਆਣੇ ਦੀ ਵੀ ਲੱਸੀ ਆ ਉਹਨਾਂ ਨੂੰ ਪਤਾ ਲੱਗਿਆ ਉਧਰ ਵੀ ਲੱਸੀ ਆ ਉਹ ਕਹਿੰਦੇ ਯਾਰ ਇਹ ਵੀ ਬੜੀ ਲੋਕਾਂ ਦੀ ਸੇਵਾ ਕਰਦੇ ਉਹ ਕਹਿੰਦੇ ਯਾਰ ਇਹ ਵੀ ਬੜੀ ਸੇਵਾ ਕਰਦੇ ਆ ਉਹ ਕਹਿੰਦੇ ਇਹਨਾਂ ਨੂੰ ਵੀ ਫਿਕਰ ਇਸੇ ਗੱਲ ਦਾ ਹੁੰਦਾ ਕਿ ਭਾਈ ਕੀ ਕਰੀਏ ਹੁਣ ਨਿਆਣੇ ਦੀ ਪੜ੍ਹਾਈ ਦਾ ਕੀ ਕਰੀਏ ਨੌਕਰੀ ਦਾ ਉਹ ਕਹਿੰਦੇ ਯਾਰ ਸਾਡਾ ਫਿਕਰ ਇਹੀ ਹੈ ਫਿਰ ਉਹਨਾਂ ਨੂੰ ਲੱਗਿਆ ਕਿ ਭਾਈ ਹਰਿਆਣੇ ਵਾਲੇ ਵੀ ਔਖੇ ਉਹਨਾਂ ਨੂੰ ਲੱਗਿਆ ਪੰਜਾਬ ਵਾਲੇ ਵੀ ਔਖੇ ਕਿ ਸਮੱਸਿਆਵਾਂ ਤਾਂ ਸਾਂਝੀਆਂ ਇਸ ਕਰਕੇ ਇਹ ਤਾਂ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਭਾਈ ਚੰਡੀਗੜ੍ਹ ਦਾ ਮੁੱਦਾ ਲੀਡਰਾਂ ਵਾਲੇ ਹੋਊਗਾ ਤੁਹਾਡੇ ਲਈ ਨਹੀਂ ਹੈ ਤੁਹਾਡੇ ਲਈ ਟੀਚੇ ਕੋ ਸ਼ੂਰ ਨਹੀਂ ਇੰਨੀ ਸ਼ਿੱਦਤ ਦੇ ਨਾਲ ਜੇਕਰ ਤੇ ਕੇਂਦਰ ਵਾਲੇ ਲੀਡਰ ਪੰਜਾਬ ਵਾਲੇ ਲੀਡਰ ਹਰਿਆਣੇ ਵਾਲੇ ਲੀ ਅ ਜ਼ੀਰੋ ਬਜਟ ਵਾਲੀ ਖੇਤੀ ਦੇ ਉੱਤੇ ਇੰਨਾ ਫਿਕਰ ਕਰਦੇ ਤਾਂ ਸ਼ਾਇਦ ਲੋਕ ਦੋਨੇ ਸੂਬਿਆਂ ਦੇ ਸੌਖੇ ਹੋ ਜਾਂਦੇ ਚੰਡੀਗੜ੍ਹ ਤਿੰਨ ਚਾਰ ਉਧਰ ਬਣਾ ਲੈਂਦੇ ਤਿੰਨ ਚਾਰ ਇੱਧਰ ਬਣਾ ਲੈਂਦੇ ਜੀ ਆਪਾਂ ਤਾਂ ਰੋਜ਼ ਕਹਿੰਦੇ ਇਸ ਜੀ ਨੂੰ ਵੀ ਜਿਹੜਾ ਮੁੱਦਾ ਚੁੱਕਣ ਵਾਲਾ ਉਹ ਇਹ ਹੈ ਕਿਉਂਕਿ ਇੱਕੋ ਇੱਕ ਐਸਾ ਟੌਪਿਕ ਆ ਜਿਹੜਾ ਟੌਪਿਕ ਪੰਜਾਬ ਹਰਿਆਣਾ ਚ ਸਾਂਝਾ ਆ ਤੇ ਉਹ ਆ ਖੇਤੀ ਜੀ ਤੇ ਖੇਤੀ ਦੇ ਉੱਪਰ ਬਹੁਤ ਨਿਰਭਰ ਕਰਦੀਆਂ ਦੋਵਾਂ ਸੂਬਿਆਂ ਦੀ ਜੇ ਆਪਾਂ ਇਕਨੋਮੀ ਦੀ ਗੱਲ ਕਰ ਲਈਏ ਹੁਣ ਬਜਾਏ ਦੇ ਵੀ ਇੱਕ ਵੱਖਰਾ ਸ਼ਹਿਰ ਜੇ ਇਸ ਸ਼ਹਿਰ ਦੇ ਵਿੱਚ ਤੇ ਮੇਰੇ ਖਿਆਲ ਨਾਲ ਹੋ ਸਕਦਾ ਨਾ ਵੀ ਕੋਈ ਬੰਦਾ ਕਹਿੰਦਾ ਮੈਂ ਹੁਣ ਉੱਥ ਉਹ ਠੀਕਾਠੀ ਦੂਰ ਰੇ ਵੀ ਕਮਰਾ ਵੀ ਕਰਾਇ ਤੇ ਨਹੀਂ ਲੈਣ ਜੋਗੀ ਤੇਰੀ ਪਹੁੰਚ ਆ ਗਈ ਉੱਥੇ ਹੈਨਾ ਹੁਣ ਉਸ ਸ਼ਹਿਰ ਦੇ ਬਾਰੇ ਚ ਉਹਨਾ ਆਪਾਂ ਗਰੀਬ ਕਿਸਾਨਾਂ ਨੂੰ ਜਾਂ ਉਹਨਾ ਮਾਤੜ ਬੰਦਿਆਂ ਨੂੰ ਜਾਂ ਨਾ ਮਜ਼ਦੂਰ ਭਰਾਵਾਂ ਨੂੰ ਇਹ ਆਖੀ ਇਹ ਵਿਆਪਾਂ ਤੁਹਾਨੂੰ ਜੰਡੀਗੜ ਲੈ ਕੇ ਦੇਣਾ ਉਹਨਾਂ ਦੇ ਕਿਸ ਪਹਾ ਨਹੀਂ ਉਹਨਾਂ ਨੂੰ ਉਹ ਚੰਗਾ ਨਾ ਵੀ ਉਹਨਾਂ ਨੂੰ ਆਖੇ ਵੀ ਯਾਰ ਆਹ ਲਓ ਜੀ ਆਹ ਜਿਹੜੀ ਖੇਤੀ ਹੈ ਤੁਸੀਂ ਆਹ ਕਰ ਲਓ ਕਿਤੇ ਤੁਹਾਡੇ ਇਹਦੇ ਨਾਲ ਮਿਹਨਤਾਂ ਨਾ ਘਟ ਜੂ ਦੂਸਰਾ ਤੁਸੀਂ ਬਿਮਾਰੀਆਂ ਤੋਂ ਬਚ ਜਾਓਗੇ ਤੇ ਅਗਲੇ ਨੂੰ ਵੀ ਚੰਗਾ ਲੱਗੂ ਵੀ ਯਾਰ ਆਹ ਸਰਕਾਰ ਹੈ ਜਿਹਨੇ ਸਾਡਾ ਕੋ ਸੋਚਿਆ ਸੰਧਾਲੀਆ ਸਾਹਿਬ ਅਪਾ ਤਾਂ ਪੰਜਾਬ ਤੇ ਹਰਿਆਣਾ ਦੋਨਾਂ ਦੇ ਆਮ ਲੋਕਾਂ ਨੂੰ ਇਹ ਬੇਨਤੀ ਕਰਦੇ ਜਿਹੜੇ ਕਿ ਜੋ ਕਮਾਉਂਦੇ ਉਹੀ ਖਾਂਦੇ ਹੈਂਡ ਟੂ ਮਾਉਥ ਜਿਹੜੇ ਨੇ ਕਿ ਭਾਈ ਅਸੀਂ ਸੁਣਾਉਣੀਆਂ ਤੁਹਾਨੂੰ ਸਵੇਰੇ ਖਬਰਾਂ ਹਾਂ ਪੱਕਾ ਸੁਣਾਉਣੀਆਂ ਜੇ ਅਸੀਂ ਤਕੇਰਾਂ ਸੁਣਾਉਣੀਆਂ ਕਿ ਹਰਿਆਣੇ ਨੇ ਵੀ ਕੀਤਾ ਜਵਾਬੀ ਵਾਰ ਆਹ ਇਟ ਦਾ ਜਵਾਬ ਪੱਥਰ ਦੇ ਨਾਲ ਹਰਿਆਣੇ ਨੇ ਵੀ ਮਤਾ ਆ ਕੀਤਾ ਪਾਸ ਪਤਾ ਨਹੀਂ ਕਿਹੜਾ ਕਰਨਾ ਹੈ ਕਰਨਾ ਚੰਡੀਗੜ੍ਹ ਤੇ ਹੀ ਆ ਪੰਜਾਬ ਵਾਲਿਆਂ ਨੇ ਆ ਕੀਤਾ ਸੀ ਆ ਕੀਤਾ ਸੀ ਬਹੁਤ ਕੁਝ ਹੋਜੂ ਪਰ ਜਿਹੜੀ ਅਸਲ ਦੇ ਵਿੱਚ ਕਹਾਣੀ ਚੇਤੇ ਰੱਖਣ ਵਾਲੀ ਹੈ ਕਿ ਇਕੋ ਪਹਿਲੀ ਵਾਰ ਨਹੀਂ ਹੋਣ ਲੱਗਾ ਚੰਡੀਗੜ੍ਹ ਵਾਲੇ ਮੁੱਦੇ ਦੇ ਉੱਤੇ ਜਾਂ S Y L ਦੇ ਮੁੱਦੇ ਦੇ ਉੱਤੇ ਹਰਿਆਣੇ ਦੀ ਵਿਧਾਨ ਸਭਾ ਚੋਂ ਪੰਜ ਜਾਰੀ ਮਤਾ ਪਾਸ ਹੋ ਚੁੱਕਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਆਹ ਜਿਹੜਾ ਮਤਾ ਪਾਸ ਹੋਇਆ ਇਹਦੇ ਨਾਲ ਰਲਦਾ ਮਿਲਦਾ ਮਤਾ 7 ਜਾਰੀ ਪਾਸ ਹੋ ਚੁੱਕਿਆ ਇਹ ਦੋ ਤਿੰਨ ਦਿਨ ਦੀਆਂ ਖਬਰਾਂ ਹੀ ਆ ਜੇ ਹਰਿਆਣੇ ਦੇ ਲੋਕ ਤੁਹਾਨੂੰ ਜਾਣਦੇ ਨੇ ਹਰਿਆਣੇ ਵਾਲੇ ਉਹ ਜੇ ਪੰਜਾਬ ਦੇ ਲੋਕ ਜਾਣਦੇ ਆ ਤਕਾਲਾਂ ਨੂੰ ਫੋਨ ਕਰ ਨਹੀਂ ਸੁੱਖ ਸਾਧ ਪੁੱਛਣੀ ਐ ਇਸ ਗੱਲ ਦਾ ਭੋਗ ਨਹੀਂ ਪਾਉਣਾ ਹਾਂ ਇਹ ਗੱਲਾਂ ਵੀ ਬੇਨਤੀ ਕਰਦੇ ਨੇ ਪਹਿਲਾਂ ਤਾਂ ਚਲੋ ਕੰਮ ਉਹ ਦੂਜਾ ਹੁੰਦਾ ਹੈ ਨਾ ਪਾਈਪ ਰਾਈਟਰ ਵਾਲਾ ਸਟੈਨ ਵਾਲਾ ਕੰਮ ਹੈ ਨਾ ਅਈ ਕਾਲ ਦੇ ਕੰਪਿਊਟਰ ਵਾਲਾ ਕੰਮ ਹੈ ਹੋ ਸਕਦਾ ਵੀ ਜਦੋਂ ਇਹ ਮਤਾ ਇਧਰੋਂ ਬਣਿਆ ਹੋਵੇ ਜਾਂ ਅੱਜ ਵਾਲਿਆਂ ਨੇ ਉਧਰੋਂ ਬਣਾਉਣਾ ਹੋਵੇ ਤੇ ਉਹਨਾਂ ਨੇ ਆਖਿਆ ਨੇ ਫਾਈਲ ਦੇਖਾਂ ਜਾਰੀ ਇਥੇ ਚੰਡੀਗੜ ਮਤਾ ਕਰਕੇ ਸੇਵ ਹੋਣੀ ਹੈ ਅੱਛਾ ਓਕੇ ਚਲੋ ਤਰੀਕਾਂ ਤਰੂਕਾਂ ਬਦਲ ਕੇ ਨਾਂ ਨੂੰ ਬਦਲ ਕੇ ਹਾਂ ਫਲਾਨਾ ਮੁੱਖ ਮੰਤਰੀ ਜੀ ਫਲਾਨਾ ਜੀ ਉਹਨਾਂ ਵੱਲੋਂ ਆ ਆ ਕਿਹਾ ਗਿਆ ਚਲੋ ਚਾਰਕ ਲੈਣਾ ਉਹਦੇ ਚ ਆ ਪਾ ਕੇ ਆਪਾਂ ਸਾਬ ਨੂੰ ਖਾਲ ਨੇ ਵੀ ਠੀਕ ਮਤਾ ਬਣ ਗਿਆ ਜੀ ਕੁਝ ਲੋੜ ਤਾਂ ਨਹੀਂ ਲਿਖਣਾ ਇਹਦੇ ਚ ਨਾ ਬਈ ਜੀ ਅਗਲੇ ਤੇ ਡਿਊਟੀ ਕਰ ਹੀ ਦੇਣੀ ਆਪਣੀ ਕਹਿਣ ਤੋਂ ਪਾਵੇ ਵੀ ਆਪਾਂ ਹੀ ਨਹੀਂ ਕਹਿੰਦੇ ਵੀ ਉਹਨਾਂ ਨੇ ਕਿਉਂ ਬਣਾਇਆ ਉਹਨਾਂ ਨੂੰ ਤਾਂ ਉਹਨਾਂ ਨੇ ਵੀ ਪਕੌੜਾ ਆ ਗਏ ਕਈ ਵਾਰ ਤਲ ਚੁੱਕੇ ਆ ਉਹ ਕੇ ਬਸ ਨਿੱਗਾ ਜਿਹਾ ਕਰਕੇ ਅਗੇ ਰੱਖ ਦਿਓ ਜੇ ਛਾਗਿਆ ਦੇ ਛਾਗਿਆ ਕੋਈ ਦੇ ਨਾਮ ਸੀ ਦੇਖੋ ਜੀ ਕੁੱਲ ਮਿਲਾ ਕੇ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਅਸੀਂ ਜ਼ਰੂਰ ਬੇਨਤੀ ਕਰਦੇ ਹਰਿਆਣਾ ਨੂੰ ਵੀ ਪਤਾ ਨਹੀਂ ਪੰਜਾਬ ਵਾਲੇ ਤੁਹਾਨੂੰ ਕੀ ਕਹਿ ਗਏ ਹੋਣੇ ਤੁਸੀਂ ਅੱਜ ਥੋੜਾ ਜਿਹਾ ਹਿਸਾਬ ਕਿਤਾਬ ਜਿਹਾ ਰੱਖਿਓ ਲੋਡ ਤੁਹਾਨੂੰ ਵੀ ਸਾਰੀਆਂ ਚੀਜ਼ਾਂ ਦੀ ਆ ਪੰਜਾਬ ਵਾਲਿਆਂ ਨੂੰ ਵੀ ਸਾਡੇ ਨਾਲ ਤਾਂ ਕਈ ਵਾਰੀ ਬੰਦੇ ਇਸ ਕਰਕੇ ਯਾਰ ਚੰਡੀਗੜ੍ਹ ਪੰਜਾਬ ਦਾ ਹੀ ਬਿਲਕੁਲ ਹੈ ਗਈ ਆਪਣਾ ਪਿੰਡ ਵੀ ਤਾਂ ਆਪਣਾ ਹੀ ਆ ਪੰਜਾਬ ਦਾ ਹੀ ਆ ਆਪਾਂ ਉਹਨੂੰ ਸੋਣਾ ਕਰ ਨਹੀਂ ਉਹ ਹੌਸ ਲੜਾਈ 'ਚ ਰੱਖਿਆ ਕੱਖ ਨਹੀਂ ਮੈਂ ਨਾ ਚੰਡੀਗੜ੍ਹ ਪੰਜਾਬ ਦਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਮੈਂ ਨਾ ਕਨੇਡਾ ਪੰਜਾਬ ਦਾ ਹੀ ਕਨੇਡਾ ਸਹੀ ਗੱਲ ਹੈ ਹੈ ਨਾ ਨਜ਼ਾਰਾ ਤੇ ਉੱਥੇ ਹੀ ਹੈ ਨਾ ਜਿਹੜਾ ਆ ਜ ਆਸਟ੍ਰੇਲੀਆ ਪੰਜਾਬ ਦਾ ਹੀ ਨਿਊਜ਼ੀਲੈਂਡ ਵੀ ਪੰਜਾਬ ਦਾ ਅਮਰੀਕਾ ਵੀ ਪੰਜਾਬ ਦਾ ਹੋਇਆ ਮੈਂ ਇੰਗਲੈਂਡ ਯੂਰਪ ਸਾਰੇ ਹੀ ਕਿੰਨੇ ਦੇਸ਼ ਉਹ ਪੰਜਾਬ ਦੇ ਹੀ ਵੀ ਜਿਹੜੇ ਇਹਨੂੰ ਆ ਜਾ ਜਿੱਥੇ ਅਗਲਾ ਬੰਦਾ ਕਹਿੰਦਾ ਵੀ ਮੈਂ ਜਾ ਵੀ ਸਕਦਾ ਮੈਂ ਭਾਈ ਸਾਹਿਬ ਕਮਾ ਵੀ ਸਕਦਾ ਮੈਂ ਨਿਆਣੇ ਵੀ ਪਾਲ ਸਕਦਾ ਮੈਂ ਪਿੱਛੇ ਵੀ ਕੁਝ ਭੇਜ ਸਕਦਾ ਜੀ ਤੇ ਜਿੱਦਾਂ ਮੈਂ ਹੁਣੇ ਗੱਲ ਕੀਤੀ ਵੀ ਜਿਹੜੇ ਸ਼ਹਿਰ ਤੁਸੀਂ ਕਮਰਾ ਕਰਾਏ ਤੇ ਲੈਣ ਜੋਗੇ ਨਹੀਂ ਫਿਰ ਉਹਨੂੰ ਲੈ ਕੇ ਕੀ ਕਰਨਾ ਹੈ ਖਾਸ ਤੌਰ ਦੇ ਉੱਤੇ ਉਸ ਬੰਦੇ ਨੂੰ ਬਿਲਕੁਲ ਵੀ ਚੰਡੀਗੜ੍ਹ ਵਾਲੇ ਮੁੱਦੇ ਦੇ ਉੱਤੇ ਇੱਕ ਦੂਜੇ ਨਾਲ ਲੜਨ ਦਾ ਕੋਈ ਹੱਕ ਨਹੀਂ ਜਿਹੜਾ ਅਜੇ ਤੱਕ ਵੀ ਲਿਫਾਫੇ ਪਲਾਸਟਿਕ ਦੇ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਵੀ ਘਰੋਂ ਕੱਪੜੇ ਵਾਲਾ ਝੋੜਾ ਲੈ ਜਾਣ ਚ ਸੰਗ ਮਹਿਸੂਸ ਕਰਦਾ ਹੈ ਬੜੀ ਸਿੱਧੀ ਗੱਲ ਹੈ ਚਲੋ ਬਹੁਤ ਸ਼ੁਕਰੀਆ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇਥੇ ਸਮਾਪਤ ਕਰਦੇ ਆ ਤੁਸੀਂ ਆਪਣੀ ਫੀਡਬੈਕ ਭੇਜ ਦਿਓ ਉਹਦੇ ਲਈ ਬੜੇ ਧੰਨਵਾਦੀ ਆ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਇਸ ਤਰ੍ਹਾਂ ਕਰਦੇ ਰਹਿਣਾ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ